ਤੁਸੀਂ ਜਿਆਦਾ ਫਖਰ ਕਿਹਦੇ ਵਿੱਚ ਮਹਿਸੂਸ ਕਰਦੇ ਜਦੋਂ ਪਾਪਾ ਦੇ ਨਾਮ ਤੋਂ ਪਛਾਣੇ ਜਾਂਦੇ ਹੋ ਕਿ ਆਪ ਇੱਕ ਐਕਟਰ ਤੇ ਇੱਕ ਸਿੰਗਰ ਦੇ ਨਾਮ ਤੋਂ ਪਛਾਣਦੇ ਮੈਂ ਹਮੇਸ਼ਾ ਹੀ ਆਪਣੇ ਫਾਦਰ ਦੇ ਨਾਮ ਤੋਂ ਹੀ ਮੈਨੂੰ ਫਖਰ ਮਹਿਸੂਸ ਹੋਊਗਾ ਟਿਲ ਦ ਟਾਈਮ ਆਈ ਡਾਈ ਬਟ ਉਹ ਜਿਹੜਾ ਮੇਰਾ ਆਪਣਾ ਨਾਮ ਆ ਉਹ ਫਿਰ ਕਰਦਿਆਂ ਦਾ ਫਖਰ ਜੀ ਯਾਰ ਅਨਮੁੱਲ ਵਰਗੀ ਫਿਲਮ ਤਾਂ ਨਹੀਂ ਦੇ ਪਾਈ ਕਿਉਂਕਿ ਉਦਾਂ ਦਾ ਡਾਇਰੈਕਟਰ ਹੀ ਨਹੀਂ ਮਿਲਿਆ ਸਾਨੂੰ ਬਾਅਦ ਚ ਅਨੁਰਾਗ ਸਿੰਘ ਭਾਜੀ ਸਭ ਤੋਂ ਜ਼ਿਆਦਾ ਖੁਸ਼ੀ ਤੁਹਾਨੂੰ ਪਾਜੀ ਕਿੱਥੇ ਮਿਲਦੀ ਹੈ ਸਭ ਤੋਂ ਜ਼ਿਆਦਾ ਖੁਸ਼ੀ ਉਦੋਂ ਮਿਲਦੀ ਜਦੋਂ ਡੈਡੀ ਜੀ ਕਿੰਨੇ ਸ਼ਾਬਾਸ਼ ਕਰਦੇ ਬਈ ਹੁਣ ਵੀ ਤੁਹਾਡੀ ਫਿਲਮ ਆ ਰਹੀ ਹੈ ਮੁਬਾਰਕ ਬਾਤ ਡਾਕਸਟਾਰ ਥੈਂਕ ਯੂ ਫਾਈਨਲੀ ਫਾਈਨਲੀ ਉਹਦੇ ਬਾਰੇ ਕੁਝ ਦੱਸੋ ਬਈ ਫਿਲਮ ਬਾਰੇ ਉਹ ਜਦੋਂ ਲਾਂਚ ਹੋ ਰਹੀ ਹੈ ਬਸ 12 ਤਰੀਕ ਨੂੰ ਆ ਜੀ ਲੋੜੀ ਤੋਂ ਇੱਕ ਦਿਨ ਪਹਿਲਾਂ ਥੋੜੇ ਦਿਨ ਪਹਿਲਾਂ ਮੈਂ ਇੱਕ ਆਇਨਾ ਦਿਨ ਅਸ਼ਵਾਸ਼ਾਸ਼ਾਤ ਕਮਾਇਆ ਤੇ ਮੈਂ ਫਲੈਟ ਲੈ ਇੱਕ ਚੰਡੀਗੜ੍ਹ ਚ ਪਹਿਲਾ ਮੇਰੀ ਆਪਣੀ ਪਰਸਨਲ ਪ੍ਰੋਪਰਟੀ ਮੋਹਾਲੀ ਚ ਤੇ ਮੈਂ ਡੈਡੀ ਨੂੰ ਫੋਨ ਕੀਤਾ ਮੈਂ ਕਿਹਾ ਤੁਹਾਡੀ ਕਿਰਪਾ ਨਾਲ ਜੀ ਆਸ਼ੀਰਵਾਦ ਨਾਲ ਕੱਲ ਪਰਸੋਂ ਦੀ ਗੱਲ ਉਹ ਜਿਹੜੀ ਖੁਸ਼ੀ ਸੀ ਉਹਨਾਂ ਦੇ ਉਹ इमोशनल ਜਿਹਾ ਹੋ ਗਿਆ ਕਿ ਯਾਰ ਤੂੰ ਕਰ ਲਿਆ ਇਨ ਮਤਲਬ ਉਹ ਜੋ ਹੋ ਗਿਆ ਮਤਲਬ ਹਨਾ ਕਾਈਂਡ ਆਫ ਹੀ ਵਾਸ ਸੋ ਹੈਪੀ ਉਹ ਦੇਖ ਉਹ ਸੁਣ ਕੇ ਉਹ ਚੀਜ਼ ਦੇਖ ਕੇ ਮੈਨੂੰ ਸੈਟੀਸਫੈਕਸ਼ਨ ਹੋ ਗਈ ਮੈਂ ਕਿਹਾ ਚੱਲ ਯਾਰ ਸ਼ੁਕਰ ਆ ਜਿਹੜੀ ਥੋੜੀ ਬਹੁਤ ਹੀ ਮਿਹਨਤ ਕੀਤੀ ਹਾਲਾਂਕਿ ਬਹੁਤ ਵੱਡਾ ਨਹੀਂ ਕੀਤਾ ਬਟ ਡੈਡ ਖੁਸ਼ ਆ ਸਭ ਤੋਂ ਜ਼ਿਆਦਾ ਜ਼ਰੂਰੀ ਆ ਕਿ ਉਹਨਾਂ ਨੂੰ ਖੁਸ਼ ਹੋ ਜਾਵੇ ਚਾਹ ਪੀਣ ਦਾ ਤੁਹਾਨੂੰ ਵੀ ਮੌਕਾ ਮਿਲ ਸਕਦਾ ਮੇਰੇ ਨਾਲ ਆਲਦੋ ਮੈਂ ਕੋਈ ਏਡੀ ਵੱਡੀ ਹਸਤੀ ਹੈ ਨਹੀਂ ਪਰ ਫਿਰ ਵੀ ਜੇ ਤੁਸੀਂ ਪੋਡਕਾਸਟ ਦੇਖਦੇ ਹੋ ਸਾਡੇ ਤੇ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤਾਂ ਇੱਕ ਲੱਕੀ ਜੀ ਜੇ ਜੀ ਅਸੀਂ ਚੁਣਾਂਗੇ ਨੀਚੋਂ ਵੈਸੇ ਜੀਵ ਗੱਲ ਹੈ ਨਾ ਲੋਕੀ ਆਪਣੇ ਕਮੈਂਟ ਵਾਲਿਆਂ ਨੂੰ ਆਈਫੋਨ ਦਿੰਦੇ ਨੇ ਲੱਕੀ ਵਿਨਰਸ ਨੂੰ ਵੱਡੇ ਵੱਡੇ ਘੜੀਆਂ ਦਿੰਦੇ ਨੇ ਅਸੀਂ ਦਵਾਂਗੇ ਮੇਰੇ ਨਾਲ ਚਾਹ ਪੀਣ ਦਾ ਮੌਕਾ ਚਾਹ ਦਾ ਬਿੱਲ ਦੂੰਗੇ ਤੁਸੀਂ ਪਹਿਲਾਂ ਹੀ ਮੈਂ ਦੱਸ ਦਵਾ ਤੇ ਨਵਾਂ ਪੋਡਕਾਸਟ ਲੈ ਕੇ ਫਿਰ ਇੰਨੀ ਠੰਡ ਦੇ ਵਿੱਚ ਹਾਜ਼ਰ ਹੋਇਆ ਚਾਹ ਦਾ ਕੱਪ ਫੜ ਲਓ ਤੇ ਮੇਰੇ ਕੋਲ ਤਾਂ ਇੱਥੇ ਪਿੰਨੀਆਂ ਹੈ ਨਹੀਂ ਜੇ ਘਰੇ ਪਿੰਨੀਆਂ ਬਣੀਆਂ ਹੋਈਆਂ ਤਾਂ ਉਹ ਫੜ ਕੇ ਨਾ ਬਹਿ ਕੇ ਨਾਲ ਕਟੋਰੀ ਚ ਪੋਡਕਾਸਟ ਦੇਖੋ ਔਰ ਬੜਾ 바ਕਾਮਲ ਪੋਡਕਾਸਟ ਹੈ ਮੇਰੀ ਕੋਸ਼ਿਸ਼ ਰਹਿੰਦੀ ਆ ਹਮੇਸ਼ਾ ਕਿ ਜਿੰਨੇ ਵੀ ਪੋਡਕਾਸਟ ਮੈਂ ਤੁਹਾਡੇ ਰੂਬਰੂ ਕਰਾਂ ਉਹਨਾਂ ਦੇ ਵਿੱਚੋਂ ਤੁਸੀਂ ਕੁਛ ਨਾ ਕੁਛ ਜ਼ਰੂਰ ਸਿੱਖੋ ਔਰ ਆਪਣੀ ਜ਼ਿੰਦਗੀ ਚ ਇੰਪਲੀਮੈਂਟ ਕਰੋ ਤੇ ਆਪਣੇ ਆਪ ਨੂੰ ਗਰੋ ਕਰੋ ਪਤਾ ਨਹੀਂ ਇਹ ਮੇਰੀ ਗੱਲ ਨਾਲ ਤੁਸੀਂ ਸਹਿਮਤ ਹੋਵੋਗੇ ਕਿ ਨਹੀਂ ਪਰ ਮੈਂ ਲੋਕਾਂ ਨੂੰ ਖੁਸ਼ ਦੇਖ ਕੇ ਕਾਮਯਾਬ ਹੁੰਦਾ ਦੇਖ ਕੇ ਖੁਸ਼ ਬਹੁਤ ਹੁੰਦਾ ਤੁਸੀਂ ਸਾਰੇ ਕਾਮਯਾਬ ਹੋਵੋ ਤੁਹਾਡੀ ਮਿਹਨਤ ਨੂੰ ਰੱਬ ਫਲ ਦੇਵੇ ਤੇ ਤੁਸੀਂ ਐਂ ਖੁਸ਼ ਰਹੋ ਤਾਂ ਜ਼ਿਆਦਾ ਦੇਰੀ ਨਾ ਕਰਦਾ ਹੋਇਆ ਤੁਹਾਨੂੰ ਸਿੱਧਾ ਪੌਡਕਾਸਟ ਲੈ ਕੇ ਚੱਲਦੇ ਹਾਂ ਪੌਡਕਾਸਟ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲਾਈਕ ਕਮੈਂਟ ਤਾਂ ਫਿਰ ਤੁਹਾਡਾ ਬਣਦਾ ਹੀ ਹੈ ਥੈਂਕਸ ਜੀ ਵੈਲ ਸਵਾਗਤ ਹੈ ਸਸ਼ਕਲ ਵੀਰੇ थैंक यू ਪਹਿਲਾ ਇਨਵਾਈਟ ਕਰਨ ਲਈ थैंक यू भाई टाइम ਦਿੱਤਾ ਤੁਸੀਂ ਨਹੀਂ 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 ਭਾਈ ਕਿਵੇਂ ਹੋ ਕੀ ਹਾਲ ਚਾਲ ਕਿਰਪਾ ਵੀਰੇ ਤੁਸੀਂ ਆਨ ਆਫ ਕੈਮਰਾ ਸੇਮ ਹੀ ਹੋ ਬੰਦਾ ਕਹਿੰਦਾ ਕਿ ਕੈਮਰਾ ਆਨ ਹੋਇਆ ਤੇ ਯੋ ਰਾਜ ਹੰਸ ਜੀ ਹੋਰ ਸੇਮ ਨਹੀਂ ਸੇਮ ਹੀ bro ਬੰਦੇ ਨੂੰ ਸੇਮ ਹੀ ਰਹਿਣਾ ਚਾਹੀਦਾ ਇਹ ਦੁਨੀਆ ਸੈਪਟ ਕਰਦੀ ਹੈ ਭਾਈ ਜਦੋਂ ਬੰਦਾ ਸੇਮ ਰਹਿਣ ਦੀ ਕੋਸ਼ਿਸ਼ ਕਰਦਾ ਹੈ ਹੌਲੀ ਹੌਲੀ ਦੁਨੀਆ ਨੂੰ ਆਦਤ ਪੈ ਜਾਂਦੀ ਆ ਬਟ ਆਪ ਮੈਂ ਪਹਿਲਾ ਪਹਿਲਾ ਨਹੀਂ ਸੀਗਾ ਪਹਿਲਾਂ ਮੈਂ ਥੋੜਾ ਡਿਪਲੋਮੈਟਿਕ ਜਿਹਾ ਸੀਗਾ ਜੀ ਭਾਈ ਬਟ ਮੈਂ ਆਪਣੀ ਵਾਈਫ ਤੋਂ ਬੋਗ ਸਿੱਖਿਆ bro ਜੀ ਮਾਨਸੀ ਤੋਂ ਆ ਪਹਿਲਾਂ ਮੈਂ ਥੋੜਾ ਡਿਪਲੋਮੇਸੀ ਜੀ ਕਰ ਲੈਂਦਾ ਕਿ ਚੱਲਿਆ ਫਿਲਮਾਂ ਕਰਨੀਆਂ ਦਾਨੀ ਕਰਨਾ ਚਾਹੀਦਾ ਬਟ ਉਹ ਕੁਝ ਚੀਜ਼ਾਂ ਦੇ ਨੁਕਸਾਨ ਵੀ ਹੋ ਜਾਂਦਾ ਸੀ ਮੇਰਾ ਉਹ ਵਿਦਾਊਟ ਫਿਲਟਰ ਨੇ ਹਾਂ ਉਹ ਵਿਦਾਊਟ ਫਿਲਟਰ ਆ ਫਿਰ ਮੈਂ ਉਤੋਂ ਸਿੱਖਿਆ ਪਿਛਲੇ 4 3-4 ਸਾਲਾਂ ਤੋਂ ਮੈਂ ਹੁਣ ਕੋਈ ਫਿਲਟਰ ਨਹੀਂ ਜੋ ਬਾਬਾ ਜੀ ਨੇ ਦੇਣਾ ਉਹ ਦੇਣਾ ਹੀ ਦੇਣਾ ਤੁਹਾਨੂੰ ਕੋਈ ਚਾਪਲੂਸੀ ਕਰਕੇ ਜਾਂ ਨੰਬਰ ਬਣਾਉਣ ਦੀ ਲੋੜ ਨਹੀਂ ਉਹ ਮਿਲ ਹੀ ਜਾਣਾ ਤੁਹਾਡੇ ਹੱਕ ਦਾ ਜਦੋਂ ਰਿਸਰਚ ਕਰਦਾ ਸੀ ਨਾ ਤੁਹਾਡੇ ਤੇ ਤੁਸੀਂ ਸਟਾਰ ਕਿਡ ਵੀ ਹੋ ਰਿਚ ਕਿਡ ਵੀ ਹੋ ਸਵੀਟ ਕਿਡ ਵੀ ਹੋ ਇੱਕ ਸੁਪਰਸਟਾਰ ਦੇ ਘਰ ਪੈਦਾ ਹੋਏ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਡੀ ਫੈਮਿਲੀ ਦਾ ਬਹੁਤ ਨਾਮ ਹੈ ਹੰਸ ਰਾਜ ਹੰਸ ਜੀ ਯੂਵਰਾਜ ਹੰਸ ਜੀ ਬਹੁਤ ਕਿਰਪਾ ਪਰਮਾਤਮਾ ਦੀ ਤੁਸੀਂ ਜਿਆਦਾ ਫਕਰ ਕਿਹਦੇ ਚ ਮਹਿਸੂਸ ਕਰਦੇ ਜਦੋਂ ਪਾਪਾ ਦੇ ਨਾਮ ਤੋਂ ਪਛਾਣੇ ਜਾਂਦੇ ਹੋ ਕਿ ਆਪ ਇੱਕ ਐਕਟਰ ਤੇ ਇੱਕ ਸਿੰਗਰ ਦੇ ਨਾਮ ਤੋਂ ਮੈਂ ਮੈਂ ਹਮੇਸ਼ਾ ਹੀ ਆਪਣੇ ਫਾਦਰ ਦੇ ਨਾਮ ਤੋਂ ਹੀ ਜਾਣਾ ਮੈਨੂੰ ਫਕਰ ਮਹਿਸੂਸ ਹੋਗਾ ਟਿਲ ધ ਟਾਈਮ ਆਈ ਡਾਈ ਬਟ ਉਹ ਜਿਹੜਾ ਮੇਰਾ ਆਪਣਾ ਨਾਮ ਆ ਉਹ ਫਿਰ ਕਰਦਿਆਂ ਨੂੰ ਫਕਰ ਹੁੰਦਾ ਉਹ ਖੁਸ਼ ਹੋ ਜਾਂਦੇ ਆ ਕਿ ਡੈਡੀ ਜੀ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਤੁਸੀਂ ਥੋੜਾ ਬਹੁਤਾ ਠੀਕ ਗਾ ਲੈਨੇ ਹੋ ਔਰ ਤੜਾਕਾਮ ਵੀ ਠੀਕ ਠੀਕ ਚੱਲ ਰਿਹਾ ਵਧੀਆ ਸਲੋ ਐਂਡ ਸਟੈਡੀ ਇਹ ਮੇਰੀ ਕਮਾਈ ਆ ਬਈ ਤੁਹਾਡੇ ਫਾਦਰ ਸਾਹਿਬ ਫਕਰ ਬੰਦੇ ਨੇ ਮਤਲਬ ਬੜੀ ਇੱਕ ਰੂਹ ਜਦੋਂ ਉਹਨਾਂ ਨੂੰ ਸੁਣਨ ਬੈੰਨੇ ਆ ਨਾ ਪਰਮਾਤਮਾ ਤੋਂ ਇਲਾਵਾ ਉਹ ਗੱਲ ਕੋਈ ਹੋਰ ਨਹੀਂ ਕਰਦੇ ਬਿਲਕੁਲ ਤੁਸੀਂ ਉਹਨਾਂ ਦੀ ਅਬਰਿੰਗਿੰਗ ਚ ਰਹੇ ਹੋ ਤੁਸੀਂ ਕੀ ਸਿੱਖਿਆ ਉਹਨਾਂ ਤੋਂ ਮੈਨੂੰ ਜੋ ਲੱਗਦਾ ਸੀਗਾ ਕਿ ਇੱਕ ਬੱਚਾ ਜਦੋਂ ਇੱਕ ਇੰਨੇ ਵੱਡੇ ਸਟਾਰ ਦੇ ਘਰ ਪੈਦਾ ਹੁੰਦਾ ਪੌਰਨ ਵਿਦ ਸਿਲਵਰ 스ਪੂਨ ਤੁਸੀਂ ਉਹ ਛੋਟੀਆਂ-ਛੋਟੀਆਂ ਚੀਜ਼ਾਂ ਸਟਰਗਲ ਕਿਵੇਂ ਮਹਿਸੂਸ ਕਰਦੇ ਹੋ ਹਾਲਾਂਕਿ ਤੁਸੀਂ ਆਰਾਮ ਨਾਲ ਵੀ ਬੈਠ ਸਕਦੇ ਸੀਗੇ ਕਿ ਮੈਂ ਕੈਂਪੀ ਦਾ ਬੇਟਾ ਆ ਮੈਂ ਇੰਨੇ ਵੱਡੇ 스타 ਦਾ ਬੇਟਾ ਪਰ ਮੈਂ ਤੁਹਾਨੂੰ ਤੇ ਤੁਹਾਡੇ ਪਾਪਾ ਨੂੰ ਹਮੇਸ਼ਾ ਤੁਸੀਂ ਆਪਣੀ ਮਿਹਨਤ 'ਚ ਕੋਈ ਕਸਰ ਨਹੀਂ ਛੱਡ ਰਹੇ ਜੀ ਜਿਵੇਂ ਨਾ ਹੁਣ ਪਿੱਛੇ ਜਦੋਂ ਪੈਟਰੋਲ ਦੀ ਸਟ੍ਰਾਈਕ ਹੋਈ ਤੇ ਤੁਹਾਡੇ ਵੀ ਦਿਮਾਗ 'ਚ ਆਇਆ ਸੀਗਾ ਕਿ ਪੈਟਰੋਲ ਕਿੱਥੋਂ ਆਏਗਾ ਉਹ ਕੀ ਮੈਂ 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 ਅੱਛਾ ਦੱਸਾਂ ਤੁਹਾਨੂੰ ਸਾਡੀ ਪ੍ਰਮੋਸ਼ਨ ਸ਼ੁਰੂ ਹੋਈ ਪਈ ਤੇ ਉਹ ਲੱਗ ਕੀ ਲਈ ਰਾਤ ਨੂੰ ਹੀ ਮੈਂ ਇਹਨਾਂ ਨੂੰ ਮੁੰਡਿਆਂ ਨੂੰ ਕਿਹਾ ਮੈਂ ਕਿਹਾ ਡਰਾਈਵਰ ਨੂੰ ਮੈਂ ਕਿਹਾ ਯਾਰ ਤੇਲ ਭਰਾ ਲਓ ਜੀ ਸਵੇਰੇ ਨਿਕਲਣਾ ਆਪਾਂ ਬਾਅਦ ਚ ਪਤਾ ਨਹੀਂ ਤੁਹਾਨੂੰ ਪਤਾ ਜਦੋਂ ਇੱਕ ਵਾਰੀ ਨਿਕਲ ਜਾਂਦੇ ਫਿਰ ਉਹ ਲੱਕੀ ਲਈ ਭਰਾਇਆ ਹੋਇਆ ਸੀ ਇਹ ਸ਼ੁਕਰ ਕੀਤਾ ਮੈਂ ਰੱਬ ਦਾ ਨਹੀਂ ਤਾਂ ਇਹ ਟੈਨਸ਼ਨ ਹੋ ਗਈ ਮੈਂ ਕਿਹਾ ਯਾਰ ਤੇਲ ਦਾ ਹੁਣ ਕੀ ਕਰਾਂਗੇ ਜੇ ਨਾ ਪੋਇਆ ਹੁੰਦਾ ਬਈ ਪੈਟਰੋਲੀਅਮ ਮਿਨਿਸਟਰ ਨੂੰ ਫਾਦਰ ਸਾਹਿਬ ਨੇ ਫੋਨ ਕਰਨਾ ਉਹ ਉਹ ਸਾਡੇ ਕਲਚਰ ਹੀ ਨਹੀਂ ਹੈਗਾ ਫੈਮਿਲੀ ਚ ਉਹ ਵਾਲਾ ਸਿਸਟਮ ਹੀ ਨਹੀਂ ਹੈਗਾ ਕਿਉਂਕਿ ਮੈਂ ਤੁਹਾਨੂੰ ਇੱਕ ਸਟੋਰੀ ਦੱਸਦਾ ਆਪਣੀ ਜੀ ਬੜੀ ਕਹਨ ਸਟੋਰੀ ਆ ਉਹਨਾਂ ਨੇ ਕਿਦੋਂ ਮੈਨੂੰ ਰਿਅਲਾਈਜ਼ ਕਰਾ ਦਿੱਤਾ ਸੀ ਕਿ ਪੁੱਤ ਪੇਉ ਦਾ ਨਾਂ ਜੇ ਜ਼ਿੰਦਗੀ ਚ ਲਿਆ ਨਾ ਉਹ ਉਹ ਵੀ ਗਲਤ ਕੰਮ ਚ ਤੇ ਤੇਰੀ ਮੌਤ ਹੀ ਆ ਅੱਛਾ ਜੀ ਤੇ ਉਹ ਮੈਂ ਤੁਹਾਨੂੰ ਦੱਸਦਾ ਚੋਰੀ ਮੈਂ ਨਵਾਂ ਨਵੇਂ ਜਵਾਨੀ ਜੀ ਆਏ ਹਾਂ 11ਵੀਂ 12ਵੀਂ ਸੀ ਗਿਆ ਸੀ ਤੇ ਮੇਰੇ ਕੋਲ ਲਾਲ ਰੰਗ ਦੀ ਸਵਿਫਟ ਹੁੰਦੀ ਸੀ ਮਤਲਬ ਮੇਰੀ ਨਹੀਂ ਸੀ ਉਹ ਘਰ ਦੀ ਸੀਗੀ ਉਹ ਤੇ ਕਬਜ਼ਾ ਕੀਤਾ ਹੋਇਆ ਸੀ ਤੇ ਕਰ ਲੈਂਦੇ ਨਾ ਘਰ ਦੀ ਗੱਡੀ ਦੇ ਐਵੇਂ ਲੈ ਜਾਂਦੇ ਗੇੜੀ ਗੁੜੀ ਲਈ ਤੇ ਉਹ ਚੂਫ ਫੁਰਵਾ ਫਰਵਾ ਆ ਕੇ ਕਾਲੀ ਸ਼ੀਸ਼ੇ ਕਰਾ ਕੇ ਤੇ ਸਾਡੇ ਜਲੰਧਰ ਮੋਡਲ ਟਾਊਨ ਗੇੜੀ ਰੂਟ ਆ ਉੱਥੇ ਗੇੜੀ ਮਾਰਨ ਡਿਆ ਮੈਂ ਤੇ ਪੁਲਿਸ ਨੇ ਰੋਕ ਲਿਆ ਪੁਲਿਸ ਨੇ ਉਹ ਗੱਲ ਹੁਣ ਮੈਂ ਉਤਰਿਆ ਕਿੰਨਾ ਬਾਹਰ ਨਿਕਲ ਮੈਂ ਕਿਹਾ ਹਾਂਜੀ ਸਰ ਕਿੰਨਾ ਫਿਲਮ ਲਾਈ ਆ ਮੈਂ ਕਿਹਾ ਸੌਰੀ ਜੀ ਹਨਾ ਕਿੰਦਾ ਕਿਹਦੀ ਗੱਡੀ ਆ ਮੈਂ ਡੈਡੀ ਦਾ ਨਾਮ ਲੈਤਾ ਸਿੱਧਾ ਹੀ ਸਦੀ ਨਹੀਂ ਸੀ ਲਾਜ ਮਤਲਬ ਪਹਿਲੀ ਵਾਰ ਹੀ ਫੜਿਆ ਪੁਲਿਸ ਨੇ ਤੇ ਪਹਿਲੀ ਵਾਰੀ ਨਾਮ ਲੈਤਾ ਮੈਂ ਜੀ ਤੇ ਕਹਿੰਦੇ ਹੰਸਪਾਈ ਦੀ ਗੱਡੀ ਆ ਮੈਂ ਕਿਹਾ ਹਾਂਜੀ ਕਹਿੰਦਾ ਫੋਨ ਮੜਾ ਜੀ ਮੈਂ ਫੋਨ ਕੀਤਾ ਡਰਦੇ ਡਰਦੇ ਨੇ ਤੇ ਮੈਂ ਕਿਹਾ ਪੈਰੀ ਪਨਾ ਜੀ ਪੁਲਿਸ ਨੇ ਮੈਨੂੰ ਇੱਥੇ ਰੋਕ ਲਿਆ ਉਹ ਕਹਿੰਦਾ ਗੱਲ ਕਰਨੀ ਆ ਤੜਨਾ ਵਿਸ਼ਵਾਸ ਨਹੀਂ ਕਰਦੇ ਪੈ ਜੀ ਤੇ ਮੈਨੂੰ ਸੀ ਹੁਣ ਬੀਇੰਗ ਫਾਦਰ ਉਹ ਕਹਿਣਗੇ ਚਲੋ ਗਲਤੀ ਹੋ ਗਈ ਜਾਣ ਦੋ ਜੀ ਕੋਈ ਗੱਲ ਨਹੀਂ ਹਣਾ ਬੱਚਾ ਤੇ ਹੁਣ ਆ ਉਹਨਾਂ ਨੇ ਜਿਹੜੇ ਆਫੀਸਰ ਸਾਹਿਬ ਸੀਗੇ ਉਹਨਾਂ ਨੇ ਲਾਇਆ ਫੋਨ ਤੇ ਉਹ ਕਹਿੰਦੇ ਉਹਨਾਂ ਦੇ ਐਕਸਪ੍ਰੈਸ਼ਨ ਦੇਖ ਰਹਾ ਹੁਣ ਮੈਂ ਇੱਥੇ ਬੈਠਾ ਕਹਿੰਦਾ ਉਹ ਕਹਿ ਰਿਹਾ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਪਾਜੀ ਹਾਂਜੀ ਸਰ ਕੋਈ ਗੱਲ ਨਹੀਂ ਜੀ ਨਹੀਂ 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 ਅੱਛਾ ਉਹਨੇ ਮੇਰੇ ਵੱਲ ਦੇਖਿਆ ਠੀਕ ਹੈ ਜੀ डन डन ਮੈਂ ਉਹਨੂੰ ਉਹਨੂੰ ਫੋਨ ਕੱਟ ਕੇ ਮੈਨੂੰ ਫੜਾਇਆ ਮੈਂ ਕਿਹਾ ਜਾਵਾਂ ਜੀ ਕਹਿੰਦਾ ਨਹੀਂ ਤੇਰੇ ਡੈਡੀ ਕਹਿੰਦੇ ਦੋ ਤਿੰਨ ਘੰਟੇ ਨੂੰ ਸਾਲੇ ਨੂੰ ਜਿਪਸੀ 'ਚ ਬਿਠਾਓ ਜਿਹੜੀ ਤੁਹਾਡੀ ਪੁਲਿਸ ਵਾਲੀ ਆ ਤੇ ਪਟੇ ਮਾਰੋ ਇਹਦੇ ਇਹ ਗੱਲ ਤੁਸੀਂ ਕਦੀ ਨਹੀਂ ਦੱਸੀ ਹੋਣੀ ਮੈਂ ਬਹੁਤ ਘੱਟ ਦੱਸੀ ਆ ਬਟ ਉਹ ਮੈਨੂੰ ਉਸ ਤੋਂ ਬਾਅਦ ਰਿਅਲਾਈਜ਼ ਹੋਗਾ ਕਿ ਨਹੀਂ ਇਹ ਜ਼ਿੰਦਗੀ ਚ ਨਹੀਂ ਕਰਤਾ ਕਹਿਣਾ ਕਿ ਤੂੰ ਜਾਣਦਾ ਹੈ ਮੇਰਾ ਬਾਪ ਕਾ ਇਹ ਮੈਂ ਵੀ ਚੀਜ਼ ਮਹਿਸੂਸ ਕੀਤੀ ਹੈ ਭਾਈ ਮੈਂ 2-3 ਦਿਨ ਤੋਂ ਤੁਹਾਡੇ ਤੇ ਰਿਸਰਚ ਕਰ ਰਿਹਾ ਤੇ ਮੈਂ ਖੁਦ ਚੀਜ਼ ਮਹਿਸੂਸ ਕੀਤੀ ਹੈ ਕਿ ਤੁਸੀਂ ਕਦੀ ਵੀ ਇੱਕ ਪੈਂਪਰਡ ਕਿਡ ਵਾਂਗੂ ਘਰੇ ਰੱਖਿਆ ਜ਼ਰੂਰ ਗਏ ਹੋ ਪਰ ਤੁਸੀਂ ਕਦੀ ਫਾਦਰ ਦਾ ਨਾਮ ਮੈਂ ਹੈਗਾ ਵੀਰੇ ਪਰ ਸਾਨੂੰ ਕਰਦਿਆ ਨੇ ਨਾ ਪੂਏ ਨਹੀਂ ਕਦੀ ਜਿਹੜਾ ਕਹਿੰਦੇ ਆ ਨਾ ਪੂਏ ਚੜਾਉਣਾ ਇਹ ਹੁੰਦਾ ਹੋ ਕਿ ਰਿਸਕ ਤੇ ਚੜਾਉ। ਕਦੀ ਵੀ ਨਹੀਂ ਸਾਨੂੰ ਸਾਨੂੰ ਹਰ ਇੱਕ ਚੀਜ਼ ਦੀ ਵੈਲਿਊ ਸਮਝਾ ਕੇ ਇਸ ਚੀਜ਼ ਦੀ ਕਦਰ ਕਰਾ ਕੇ ਫਿਰ ਮਿਲੀ ਆ। ਜੇ ਉਹ ਕਿਤੇ ਗੱਡੀ ਵੀ ਮੈਨੂੰ ਮਿਲੀ ਆ ਔਖੇ ਸੌਖੇ ਹੋ ਕੇ ਰੋ ਪਟ ਕੇ ਮਤਲਬ ਜਦੋਂ ਮੇਰੀ ਯਾਰ ਨੂੰ ਮਿਲੇ ਆ ਗਈ ਸੀਗੀ ਉਸ ਤੋਂ ਬਾਅਦ ਮੈਂ ਥੋੜਾ ਬਹੁਤਾ ਆਫ ਕਰਕੇ ਉਹ ਅੱਧੇ ਗੁਨਾਹ ਨੇ ਪਾਤੇ ਫਿਰ ਇਦਾਂ ਹੋਇਆ ਰੀਅਲਾਈਜ਼ ਉਹਨਾਂ ਨੇ ਜ਼ਰੂਰ ਕਰਿਆ ਕਿ ਰੇਸਾਂ ਨੂੰ ਉਹਨਾਂ ਨੇ ਘਰ ਵੀ ਬਾਹਰ ਵੀ ਇਹ ਨਹੀਂ ਮਹਿਸੂਸ ਹੋ ਦਿਖਾਉਣ ਦਿੱਤਾ ਕਿ ਤੂੰ ਇੱਕ ਦੀ ਹੰਸਰਾਜ ਹੰਸ ਦਾ ਬੱਚਾ ਹੈ ਇੱਕ ਨਾਰਮਲ ਮਿਡਲ ਕਲਾਸ ਫੈਮਿਲੀ ਵਾਂਗੂ ਉਹਨਾਂ ਨੇ ਸਾਨੂੰ ਪਾਲਿਆ ਤੇ ਉਹੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਉਂਕਿ ਸਾਡੇ ਨਾਲੋਂ ਜ਼ਿਆਦਾ ਉਹਨਾਂ ਦਾ ਜ਼ਿਆਦਾ ਨਾਮ ਜਿਹੜਾ ਜੁੜਿਆ ਉਹਨੂੰ ਕੈਰੀ ਫਾਰਵਰਡ ਕਰਨਾ ਵੀਰੇ ਬਹੁਤ ਔਖਾ ਆ ਔਰ ਜੇ ਅਸੀਂ ਉਹੀ ਨਹੀਂ ਕਰ ਪਾਏ ਫਿਰ ਲੱਖ ਲਾਂਤ ਸਾਡੇ ਐਸੇ ਬੱਚਿਆਂ ਦੇ ਜੋ ਜਦੋਂ ਰਾਜਨੀਤੀ ਘਰ ਦੇ ਵਿੱਚ ਆਂਦੀ ਹੈ परमात्मा ਨੇ ਝੋਲੀ ਪਾਈ ਤੁਹਾਡੇ ਦਾਤ ਬਾਈ ਪਾਪਾ ਤੁਹਾਡੇ ਮੈਂਬਰ ਆਫ ਪਾਰਲੀਮੈਂਟ ਬਣੇ ਉਦੋਂ ਕਿੱਦਾਂ ਦਾ ਮਹਿਸੂਸ ਹੁੰਦਾ ਉਦੋਂ ਤਾਮਾ ਜਾਮਾ ਜਿਪਸੀਆ ਪੁਲਿਸ ਫੋਨ ਚੱਲਣ ਲੱਗ ਜਾਂਦੇ ਆ ਵੀਰੇ ਮੈਂ ਜਦੋਂ ਦੀ ਹੁਣ ਸੰਭਾਲੀਏ ਦੇ ਸੀ ਮੈਂ ਉਦੋਂ ਦਾ ਹੀ ਦੇਖਦਾ ਦੇਖੋ ਆਰਟਿਸਟ ਦਾ ਤੁਹਾਨੂੰ ਪਤਾ ਆਰਟਿਸਟ ਨੂੰ ਤਾਂ ਇਹਨਾਂ ਤੋਂ ਜ਼ਿਆਦਾ ਪਿਆਰ ਮਿਲਦਾ ਬਿਲਕੁਲ ਤੇ ਉਹ ਡੈਡ ਦੀ ਹੰਸਰਾ ਹੰਸਿਗੇ ਨਹੀਂ ਇੱਕ ਪਿਆਰ ਤੇ ਪਾਵਰ 'ਚ ਬਹੁਤ ਫਰਕ ਹੈ ਮੈਂ ਇਹੀ ਕਹਿੰਦਾ ਬਟ ਡੈਡੀ ਜੀ ਨੇ ਪਾਵਰ ਵੀ ਸ਼ੁਰੂ ਤੋਂ ਹੀ ਰੱਖੀ ਨਾਲ ਉਹ ਬਾਇ ਪੋਲਿਟਿਕਸ ਸੀਗੇ ਨਹੀਂ ਸੀਗੇ ਉਹਨਾਂ ਦੀ ਸੀਗੀ ਸਿਸਟਮ ਪਾਵਰ ਐਜ਼ ਇਨ ਰਿਲੇਸ਼ਨਸ ਬਹੁਤ ਅੱਛੇ ਰਹਾ ਉਹ ਮੈਂ ਸ਼ੁਰੂ ਤੋਂ ਹੀ ਦੇਖ ਰਿਹਾ ਹਾਂ ਗੱਲ ਦਾ ਵਜ਼ਨ ਹੁੰਦਾ ਦੀ ਹਾਂ ਮਾਹੌਲ ਉਹ ਦੇਖਿਆ ਮੇਰੇ ਲਈ ਕੋਈ ਨਵਾਂ ਨਹੀਂ ਸੀਗਾ ਬਟ ਹਾਂ ਇੱਕ ਗੱਲ ਹੋਰ ਯਾਦ ਆ ਗਈ ਮੈਨੂੰ ਜਿੱਦਣ ਮੈਂ MP ਬਣੇ ਹੁਣ ਹੈ ਤੇ ਆਬਵੀਅਸਲੀ ਸਾਨੂੰ ਤਾਂ ਬੀਇੰਗ ਵਾਇਰ MP ਬਣ ਕੇ ਬੱਲੇ ਬੱਲੇ ਘੈਂਟ ਹੋ ਗਿਆ ਕੰਮ ਠੀਕ ਹੈ ਹਣਾ ਦਿੱਲੀ ਚੋ ਵੀ ਜੀ ਦਿੱਲੀ ਚ ਤੇ ਅਸੀਂ ਕਰ ਜਦੋਂ ਮਿਲਿਆ ਅਲੋਟ ਹੋ ਗਿਆ ਨਾ ਘਰ ਸਰਕਾਰੀ ਘਰ ਤੇ ਕਹਿੰਦੇ ਆਜੋ ਚਲੋ ਦੇਖੋ ਹੁਣ ਘਰ ਦੇਖ ਲਿਆ ਤੇ ਉੱਥੇ ਗਏ ਤੇ ਰੋ ਡਿਨਰ ਡੋਨਰ ਕੀਤਾ ਬੜੇ ਹੁਣ ਇਦਾਂ ਹੀ ਬੈਠੇ ਆ ਨਵਰਾਜ ਭਾਜੀ ਨਹੀਂ ਸੀ ਮੈਂ ਸੀਗਾ ਮਾਨਸੀ ਸੀਗੀ ਤੇ ਮੇਰੀ ਮਦਰ ਤੇ ਬਾਪਾ ਮੈਨੂੰ ਕਹਿੰਦੇ ਮੇਰੀ ਗੱਲ ਸੁਣ ਤਿੰਨੋ ਗੱਲ ਯਾਦ ਆ ਮੌਲ ਟਾਰਨ ਵਾਲੀ ਮੈਂ ਕਿਹਾ ਹਾਂਜੀ ਅੱਛਾ ਉਹ ਗੱਡੀ ਵਾਲੀ ਹਾਂ ਗੱਡੀ ਵਾਲੀ ਮੈਂ ਕਿਹਾ ਹਾਂਜੀ ਕਹਿੰਦੇ ਉਹ ਇੱਥੇ ਨਹੀਂ ਕਿਦੀ ਹੋਣੀ ਚਾਹੀਦੀ ਐਮਪੀ ਬਣ ਗਿਆ ਤਾਂ ਮਤਲਬ ਇਹ ਨਹੀਂ ਤੁਸੀਂ ਕੁਛ ਵੀ ਕਰਨਾ ਔਰ ਕਹਿੰਦੇ ਐਮਪੀ ਬਣ ਗਿਆ ਹੁਣ ਤਾਂ ਹੋਰ ਡਾਊਨ ਟੂ ਅਰਥ ਹੋ ਜਾਣਾ ਉਹ ਆਪਣੇ ਦਿਮਾਗ ਨੂੰ ਬਿਲਕੁਲ ਵੀ 1% ਵੀ ਨਾ ਉਹ ਰੱਖਿਓ ਦਿਮਾਗ ਚ ਕਿ ਮੈਂ ਕਦੀ ਕੋਈ ਗਲਤ ਕੰਮ ਤੇ ਤੁਹਾਡਾ ਸਾਥ ਦੇ ਦੂੰਗਾ ਜਾਂ ਉਹ ਕਰ ਦੂੰਗਾ ਮੈਨੂੰ ਮੇਰੇ ਤੋਂ ਵੀ ਉਮੀਦ ਨਹੀਂ ਰੱਖਣੀ ਬੰਦ ਜੀ ਐਮਪੀ ਤਾਂ ਪਤਾ ਹੀ ਨਹੀਂ ਹੋਣਾ ਚਾਹੀਦਾ ਕਿ ਤੇਰਾ ਵੀ ਐਮਪੀ ਆ ਦਿੱਲੀ ਚ ਵੀ ਆ ਕਿਤੇ ਵੀ ਇਦਾਂ ਹੀ ਰਹਿਣਾ ਔਰ ਅਸੀਂ ਕੋਸ਼ਿਸ਼ ਇਹੀ ਕਰੀਦੀ ਕਿ ਉਹ ਨਾ ਹੀ ਉਹ ਕਦੀ ਰੱਬ ਕਰੇ ਕਦੀ ਯੂਜ਼ ਕਰਨ ਦੀ ਲੋੜ ਪਵੇ ਉਸ ਨਾਮ ਕਿਤੇ ਕਿਤੇ ਤਾਂ ਲੋਕਾਂ ਨੂੰ ਮੇਰੇ ਖਾਲਸਾ ਪਤਾ ਹੀ ਹੁੰਦਾ ਹੈ ਕਿ ਤੁਸੀਂ ਕੌਣ ਇੰਟਰੋਡਕਸ਼ਨ ਦੀ ਲੋੜ ਨਹੀਂ ਹੁਣ ਹੁਣ ਚਿਹਰਾ ਪਛਾਣ ਨਾਲ ਆਪੇ ਸ਼ੁਕਰ ਆ ਪਹਿਲਾਂ ਪਹਿਲਾਂ ਨਹੀਂ ਸੀ ਬਟ ਉਸ ਗੱਲ ਤੋਂ ਬਾਅਦ ਮੈਂ ਬਹੁਤ ਚਲਾਨ ਕਰਾਇਆ ਕਦੀ ਨਾਮ ਨਹੀਂ ਲਿਆ ਉਸ ਤੋਂ ਬਾਅਦ ਫੀਲ ਨਹੀਂ ਹੁੰਦਾ ਸੀ ਬਾਈ ਕਿ ਪਾਵਰ ਹੁੰਦੇ ਹੋਏ ਵੀ ਘਰੇ ਅਸੀਂ ਕਿਉਂ ਸੁਣਨੇ ਬੈਰੇ ਫੀਲ ਕਿਉਂਕਿ ਸਾਨੂੰ ਪਾਜੀ ਉਹਨਾਂ ਨੇ ਕਦੀ ਮੈਂ ਦੱਸਿਆ ਨਾ ਰਿਅਲਾਈਜ਼ ਹੀ ਨਹੀਂ ਕਰਾਇਆ ਕਿ ਤੁਹਾਡੇ ਕੋਲ ਕੋਈ ਪਾਵਰ ਹੈਗੀ ਆ ਸਾਨੂੰ ਬਹੁਤ ਨਾਰਮਲ ਰਿਹਾ ਕਰਾ ਕਿ ਤੁਹਾਨੂੰ ਦੋਸਤਾਂ ਚ ਕਿਤੇ ਫੋਕ ਨਹੀਂ ਸ਼ਕਾਂਦੇ ਸੀ ਕਿ ਯਾਰ ਤੂੰ ਐਮਪੀ ਦਾ ਮੁੰਡਾ ਹੈ ਕਿੱਥੇ ਨਹੀਂ ਹਜੇ ਵੀ ਹੁਣ ਮੈਨੂੰ ਇੱਕ ਦੋ ਮੇਰੇ ਫੈਲੋ ਆਰਟਿਸਟ ਆ ਉਹ ਇੱਕ ਦਿਨ ਉਹਦਾ ਨਾਂ ਨਹੀਂ ਲੈਂਦਾ ਚੰਗਾ ਲੈਂਦਾ ਉਹਦਾ ਫੋਨ ਆਇਆ ਥੋੜੇ ਦਿਨ ਪਹਿਲਾਂ ਮੈਨੂੰ ਥੋੜੇ ਦਿਨ ਨਹੀਂ 2 ਮਹੀਨੇ ਹੋ ਗਏ ਬਹੁਤ ਕਹੈਂ ਸ਼ਰੀਬ ਬੰਦਾ ਆ ਮੈਨੂੰ ਫੋਨ ਆਇਆ ਵੀਰੇ ਕਿੱਥੋਂ ਮੈਂ ਕਿਹਾ ਮੈਂ ਵੀਰੇ ਇੱਥੇ ਆਂ ਕਰੇ ਤੇ ਕਿੰਦੋ ਯਾਰ ਮੈਨੂੰ ਪੁਲਿਸ ਨੇ ਰੋਕਿਆ ਦਿੱਲੀ ਚ ਮੇਰੀ ਦਿੱਲੀ ਦੇ ਪੁਲਿਸ ਨੇ ਰੋਕਿਆ ਤੇ ਯਾਰ ਮੇਰਾ ਨਾ ਚਲਾਨ ਕਰਨ ਲੱਗੇ ਆ ਕਹਿੰਦੇ ਗੱਡੀ ਉਹ ਕੰਨੀ ਬੌਂਡ ਉਹ ਕੋਈ ਉਹ ਸੀਗਾ ਡੀਜ਼ਲ ਡੂਜ਼ਲ ਵਾਲੀ ਗੱਡੀ ਦਾ ਡੇਟ ਲੰਘ ਗਈ ਸੀਗੀ ਤੇ ਮੈਂ ਵੀਰੇ ਨੂੰ ਸਿੱਧਾ ਗਿਆ ਮੈਂ ਕਿਹਾ ਵੀਰੇ ਮੇਰੀ ਰਿਕੁਐਸਟ ਆ ਇਹ ਕੰਮ ਨਾ ਮੇਨ ਤੋਂ ਕਰਾਓ ਕਿਉਂਕਿ ਮੈਨੂੰ ਡੈਡੀ ਜੀ ਨੇ ਸਿੱਧੀ ਤਾ ਗੋਲੀ ਮਾਰਨੀ ਆ ਜੇ ਮਨ ਉਹਨੂੰ ਫੋਨ ਕੀਤਾ ਕਿ ਮੇਰੇ ਦੋਸਤ ਨੂੰ ਪੁਲਿਸ ਨੇ ਰੋਕਿਆ ਹੋਇਆ ਤੇ ਕਿਸੇ ਤਰ੍ਹਾਂ ਮੈਂ ਕਿਹਾ ਵੀਰੇ ਚਲਾਨ ਕਰਾ ਲਓ ਫਿਰ ਉਹਨੇ ਵਿਚਾਰਾ ਨੇ ਚਲਾਨ ਕਰਾ ਲਿਆ ਇਹ ਤਾਂ ਨਹੀਂ ਕਰਦੇ ਤੁਸੀਂ ਕਿ ਪੇਟੀਮ ਮੈਂ ਕਰ ਦੇਣਾ ਭਰਾ ਉਹ ਤੋਂ ਚਲਾਨ ਕਰਾ ਨਹੀਂ ਪੇਟੀਮ ਨਹੀਂ ਬਟ ਤੂੰ ਮੇਰੇ ਜਦੋਂ ਬੱਚਾ ਬੌਰਨ ਵਿਦ ਸਿਲਵਰ ਸਪੂਨ ਹੁੰਦਾ ਤੁਸੀਂ ਤਾਂ ਸ਼ੁਰੂਤ ਤੋਂ ਹੀ ਪਰਮਾਤਮਾ ਦੀ ਕਿਰਪਾ ਨਾਲ ਐਸੇ ਘਰ 'ਚ ਜਨਮ ਲਿੱਤਾ ਉਸ ਬੱਚੇ ਨੂੰ ਮਹਿਸੂਸ ਕਿਵੇਂ ਹੁੰਦਾ ਸਟਰਗਲ ਦਾ ਕਿਉਂਕਿ ਮੈਂ ਹਮੇਸ਼ਾ ਵੀ ਜਦੋਂ ਵੀ ਪੋਡਕਾਸਟ ਕੀਤੇ ਨੇ ਜਾਂ ਮੈਂ ਕਿਸੇ ਇੱਕ ਸਟਰਗਲਰ ਬੰਦੇ ਤੋਂ ਬਾਅਦ ਇੱਕ ਕਾਮਯਾਬ ਬੰਦੇ ਨਾਲ ਬੈਠਾ ਪਰ ਤੁਸੀਂ ਆਲਰੇਡੀ ਬੌਰਨ ਵਿਦ ਸਿਲਵਰ ਸਪੂਨ ਹੋ ਤੁਹਾਨੂੰ ਕਿਵੇਂ ਮਹਿਸੂਸ ਹੋਈ ਘਰ ਦੀ ਸਿਚੁਏਸ਼ਨ 'ਚੋਂ ਇੰਨੀ ਸਟਰਗਲ ਕਰ ਰਹੇ ਹੋ ਅੱਜ ਵੀ ਭੱਜਦੇ ਫਿਰ ਰਹੇ ਹੋ ਬੀਇੰਗ ਬੀਇੰਗ ਅ ਸਟਾਰਕਟ ਇੱਕ ਪਹਿਲਾ ਪੁਸ਼ਤਾ ਬਹੁਤ ਈਜ਼ੀਲੀ ਮਿਲ ਜਾਂਦਾ ਨੋ ਡਾਊਟ ਇਸ 'ਚ ਕੋਈ ਗੱਲ ਨਹੀਂ ਹੁ ਉਸ ਚੀਜ਼ ਨੂੰ ਤੁਸੀਂ ਕੈਰੀ ਫਾਰਵਰਡ ਕਰਨਾ ਸਸਟੇਨ ਕਰਨਾ ਉਹ ਤੁਹਾਡੀ ਮਿਹਨਤ ਤੇ ਬਾਬਾ ਜੀ ਦੇ ਹੱਥ ਚ ਮੈਂ ਮੈਂ ਬ్రో ਬਾਬਾ ਜੀ ਨੂੰ ਬਹੁਤ ਜ਼ਿਆਦਾ ਮਤਲਬ ਅੰਨਾ ਵਿਸ਼ਵਾਸ ਜੀ ਨੂੰ ਕਹਿੰਦੇ ਨਾ ਉਹ ਕੰਮ ਇੱਕ ਤਕਦੀਰ ਤੇ ਇੱਕ ਬਾਬਾ ਜੀ ਤੇ ਔਰ ਮਿਹਨਤ ਤੇ ਤਿੰਨ ਚੀਜ਼ਾਂ ਤੇ ਮੈਂ ਬਹੁਤ ਬਿਲੀਵ ਕਰਦਾ ਉਹ ਤੁਸੀਂ ਹਾਰਡ ਵਰਕ ਕਰੋਗੇ ਤਾਂ ਹੀ ਤੁਹਾਨੂੰ ਸਸਟੇਨ ਹੋਊਗਾ ਨਹੀਂ ਤਾਂ ਕੁਝ ਪ੍ਰੋਡਕਸ਼ਨ ਹਾਊਸਿਸ ਨੇ ਬਾਲੀਵੁੱਡ ਤੋਂ ਲੈ ਲੋ ਉਹਨਾਂ ਦੇ ਬੱਚੇ ਨਹੀਂ ਅੰਗਿਆ ਪਾਏ ਹਾਲਾਂਕਿ ਉਹ ਉਹਨਾਂ ਨੇ ਬਹੁਤ ਵਟੇ ਵਟੇ ਡਿਸਟਾਰਸ ਕੀਤੇ ਆ ਜੇ ਪੈਸੇ ਨਾਲ ਹੀ ਸਾਰਾ ਕੁਝ ਹੁੰਦਾ ਫਿਰ ਉਹ ਅਮੀਰ ਤਬਚਨ ਬਣ ਜਾਂਦੇ ਜਾਂ ਹੋਰ ਕੋਈ ਬਣ ਜਾਂਦੇ ਸੋ ਇਟਸ ਨਾਟ ਅਬਾਊਟ ਕੇ ਬੀਇੰਗ ਉਹ ਆ ਪਹਿਲਾ ਪੁਸ਼ ਬਹੁਤ ਈਜ਼ੀ ਮਿਲ ਜਾਂਦਾ ਬਟ ਉਸ ਤੋਂ ਬਾਅਦ ਜਿਹੜੀ ਸਟਰਗਲ ਆ ਉਹ ਤੁਹਾਨੂੰ ਉਦਾਂ ਹੀ ਕਰਨੀ ਪੈਂਦੀ ਆ ਉਦਾਂ ਹੀ ਕੰਮ ਮੰਗਣਾ ਪੈਂਦਾ ਉਦਾਂ ਹੀ ਜਾਣਾ ਪੈਂਦਾ ਸਾਰਿਆਂ ਕਿਉਂਕਿ ਬਾਜੀ ਪਲੀਜ਼ ਆਪਾਂ ਕੰਮ ਕਰੀਏ ਮੈਂ ਹਜੇ ਵੀ ਮੈਸੇਜ ਕਰ ਦਿੰਨਾ ਫੋਨ ਕਰ ਦਿੰਨਾ ਕਿ ਬਾਜੀ ਜੇ ਮੇਰੇ ਲਈ ਕੁਝ ਤੁਹਾਨੂੰ ਲੱਗੇ ਉਹ ਚਾਹੇ ਕੋਈ ਅੱਛਾ ਕੈਂਡ 뮤직 ਡਾਇਰੈਕਟਰ ਹੋਵੇ ਜਿਹੜੇ ਮੈਨੂੰ ਲੱਗਦਾ ਕਿ ਯਾਰ ਮੈਨੂੰ ਕਰ ਕਿ ਜੇ ਤੁਹਾਨੂੰ ਲੱਗੇ ਮੇਰੇ ਲਾਈਕ ਕੋਈ ਜਦੋਂ ਹੁਣ ਮੈਨੂੰ ਮੈਂ ਹਾਨੀ ਸਿੰਘ ਭਾਜੀ ਦਾ ਸ਼ੁਰੂ ਤੋਂ ਫੈਨ ਰਹਾ ਹਣਾ ਆ ਥੋੜੇ ਦਿਨ ਪਹਿਲਾਂ ਮੈਂ ਤੁਹਾਨੂੰ ਉਹਨ ਦਿਖਾ ਵੀ ਦਊਗਾ ਮੈਂ ਖੁਦ ਮੈਸੇਜ ਕੀਤਾ ਭਾਜੀ ਨੂੰ ਮੈਂ ਕਿਹਾ ਭਾਜੀ ਮੈਂ ਤੁਹਾਨੂੰ ਪਤਾ ਹੀ ਆ ਸ਼ੁਰੂ ਤੋਂ ਹੀ ਤੁਹਾਡਾ ਫੈਨ ਆ ਔਰ ਕਦੀ ਤੁਹਾਨੂੰ ਲੱਗੇ ਮੇਰੇ ਲਾਈਕ ਕੁਝ ਕਰਨ ਨੂੰ ਹੈਗਾ ਤੇ ਪਲੀਜ਼ ਮੈਨੂੰ ਯਾਦ ਕਰਿਓ ਤੇ ਉਹ ਤੁਹਾਨੂੰ ਕਰਨਾ ਹੀ ਪੈਣਾ ਭਾਜੀ ਉਹ ਇਹ ਨਹੀਂਗਾ ਕਿ ਮੇਰੇ ਪਾਪਾ ਨੇ ਫੋਨ ਕਰਤਾ ਵੀ ਮੇਰੇ ਮੁੰਡੇ ਨੂੰ ਬਾਹ ਫਿਲਮ ਕਰਾ ਦਿਓ ਵੀ ਆ ਕਰਾ ਔਰ ਸਾਡੀ ਫੈਮਿਲੀ ਚ ਇੱਕ ਕਲਚਰ ਹੈ ਹੀ ਨਹੀਂ ਜਮਾ ਜਮਾ ਹੀ ਨਹੀਂ ਹੈਗਾ ਇਹ ਪਪਾ ਕਰਕੇ ਲੱਗ ਹੋਇਆ ਸੀ ਪਪਾ ਕਰਕੇ ਨਹੀਂ ਹੈ हां ये शुरू तो उन्होंने सानू मेंटली इत्ता दा कीता होया कि पुत्त कदी ये एक्सपेक्ट हालांकि ये नहीं कि वो नाल नहीं खडूगे या सपोर्ट नहीं करदे बट उन्होंने ये कहया सी ਤੁਸੀਂ ਆਪ ਖਵਾਉਂਗੇ ਆਪ ਖਾਉਂਗੇ ਨਾ ਜਿਹੜਾ ਆਪ ਕਰਕੇ ਖਾਣ ਦਾ ਮਜ਼ਾ ਮਾ ਕੇ ਉਹ ਦਾ ਕੁਛ ਹੋਰ ਹੀ ਮਜ਼ਾ ਸੋ ਐਕਚੁਅਲੀ ਉਹ ਦਾ ਮਜ਼ਾ ਸੱਚੀ ਕੁਛ ਹੋਰ ਆ ਥੋੜੇ ਦਿਨ ਪਹਿਲਾਂ ਮੈਂ ਇੱਕ ਛੋਟਾ ਜਿਹਾ ਜਿੰਨਾ ਕਿ ਮੈਂ ਇਹਨਾਂ ਦਿਨਾਂ ਦੇ ਸ਼ੁਆਸ਼ੁਆਤ ਕਮਾਇਆ ਤੇ ਮੈਂ ਫਲੈਟ ਲੈ ਇੱਕ ਚੰਡੀਗੜ੍ਹ ਚ ਪਹਿਲਾ ਮੇਰੀ ਆਪਣੀ ਪਰਸਨਲ ਪ੍ਰਾਪਰਟੀ ਮੁਹਾਲੀ ਚ ਤੇ ਮੈਂ ਡੈਡੀ ਨੂੰ ਫੋਨ ਕੀਤਾ ਮੈਂ ਕਿਹਾ ਤੁਹਾਡੀ ਕਿਰਪਾ ਨਾਲ ਜੀ ਆਸ਼ੀਰਵਾਦ ਨਾਲ ਕੱਲ ਅ ਪਰਸੋਂ ਦੀ ਗੱਲ ਰਜਿਸਟਰੀ ਹੋ ਗਈ ਆ ਉਹ ਜਿਹੜੀ ਖੁਸ਼ੀ ਸੀ ਉਹਨਾਂ ਦੇ ਉਹ ਇਮੋਸ਼ਨਲ ਜਿਹੀ ਹੋ ਗਏ ਕਿ ਯਾਰ ਤੂੰ ਕਰ ਲਿਆ ਮਤਲਬ ਉਹ ਇਮੋਜੀ ਹੋ ਗਏ ਮਤਲਬ ਹਨਾ ਉਹ ਕਾਈਂਡ ਆਫ ਹੀ ਵਾਸ ਸੋ ਹੈਪੀ ਉਹ ਦੇਖ ਉਹ ਸੁਣ ਕੇ ਉਹ ਚੀਜ਼ ਦੇਖ ਕੇ ਮੈਨੂੰ ਸੈਟੀਸਫੈਕਸ਼ਨ ਹੋ ਗਈ ਮੈਂ ਕਿਹਾ ਚੱਲ ਯਾਰ ਸ਼ੁਕਰ ਆ ਜਿਹੜੀ ਥੋੜੀ ਬਹੁਤੀ ਮਿਹਨਤ ਕੀਤੀ ਹਾਲਾਂਕਿ ਬਹੁਤ ਵੱਡਾ ਨਹੀਂ ਕੀਤਾ ਬਟ ਜਿੰਨਾ ਕਿ ਵੀ ਹੋ ਪਾਇਆ ਉਹ ਮੈਂ ਆਪਣੀ ਮਿਹਨਤ ਨਾਲ ਕਰਕੇ ਮੈਨੂੰ ਖੁਸ਼ੀ ਹੋਈ ਔਰ ਡੈਡ ਖੁਸ਼ ਆ ਸਭ ਤੋਂ ਜ਼ਿਆਦਾ ਜ਼ਰੂਰੀ ਆ ਕਿ ਉਹਨਾਂ ਨੂੰ ਕੁਝ ਹੋ ਜਾਏ ਮੈਂ ਹੁਣ ਤੱਕ ਦੀ ਗੱਲਬਾਤ ਚ ਨਾ ਭਾਈ ਇਹ ਜਜ ਕਰ ਪਾ ਰਹੇ ਆ ਕਿ ਤੁਸੀਂ ਆਪਣੇ ਪਿਤਾ ਜੀ ਦੀ ਪ੍ਰਾਪਰਟੀ ਪੈਸਾ ਨੇਮ ਫੇਮ ਨੂੰ ਅਲੱਗ ਰੱਖ ਰਹੇ ਹੋ ਤੇ ਆਪਣੀ ਨੂੰ ਅਲੱਗ ਰੱਖ ਰਹੇ ਹੋ ਬਿਲਕੁਲ ਵੀਰੇ ਕਿ ਤੁਸੀਂ ਇਹ ਵੀ ਕਿਹਾ ਸੀਗਾ ਨਾ ਕਿ ਕਾਰ ਸੀਗੀ ਸਾਡੇ ਘਰੇ ਚਲੋ ਮੇਰੀ ਆਪਣੀ ਹੀ ਸੀ ਤੇ ਮੁੰਡੇ ਤਾਂ ਅਕਸਰ ਕਹਿੰਦੇ ਨੇ ਕਿ ਜੋ ਮ ਤੁਸੀਂ ਥੋੜਾ ਜਿਹਾ ਅਲੱਗ-ਅਲੱਗ ਚੱਲ ਰਹੇ ਹੋ ਦੇਖੋ ਉਹ ਉਹ ਵੀਰੇ ਉਹ ਐਥਿਕਲੀ ਜਾਂ ਉਹਦਾ ਤਾਂ ਹੈਗਾ ਹੀ ਹੈਗਾ ਉਸ ਵਿੱਚ ਕੋਈ ਡਾਊਟ ਨਹੀਂ ਹੈਗਾ ਮੈਂ ਤੁਹਾਨੂੰ ਦੱਸਿਆ ਨਾ ਉਹ ਮੇਰੇ ਵਰਗਾ ਬੰਦਾ ਤੁਹਾਡੀ ਜਗ੍ਹਾੋਂ ਦਾ ਕਹਿੰਦਾ ਲੈ ਡੈਡੀ ਦਾ ਜੋ ਆਪਣਾ ਹੀ ਆ ਮੇਰੀ ਕਾਰ ਹੈ ਐਟ ਦੀ ਐਂਡ ਆਫ ਡੇ ਪਾਜੀ ਇਹ ਰੀਅਲਾਈਜੇਸ਼ਨ ਕਿਥੋਂ ਹੀ ਤੁਹਾਨੂੰ ਪਤਾ ਨਹੀਂ ਸਾਨੂੰ ਸ਼ੁਰੂ ਤੋਂ ਹੀ ਡੈਡੀ ਜੀ ਨੇ ਨਾ ਮੈਨੂੰ ਕਦੀ ਵੀ ਉਹਨਾਂ ਨੇ ਸਾਨੂੰ ਖਰਚਾ ਵੀ ਨਹੀਂ ਇਦਾਂ ਮਿਲਿਆ ਖੁੱਲਾ ਖੁੱਲਾ ਕਿ ਜਾਓ ਐਸ਼ ਕਰੋ ਜਾ ਕੇ 10 ਰੁਪਏ ਮਿਲਦੇ ਹੁੰਦੇ ਸੀ ਮੈਨੂੰ ਅੱਜ ਵੀ ਯਾਦ ਆ ਜਦੋਂ ਮੈਂ 9ਵੀਂ 10ਵੀਂ ਤੱਕ ਸੀਗਾ 10 10 ਤੋਂ 20 ਰੁਪਏ ਮਿਲ ਜਾਂਦੇ ਬਈ ਨਾ ਕੋ ਇੰਨੇ ਪੁਰਾਣੇ ਨਹੀਂ ਤੁਸੀਂ ਲੱਗਦੇ ਸਾਨੂੰ ਨਹੀਂ ਵੀਰੇ ਮੈਂ ਦੋ ਇਹ ਤਾਂ ਤੁਸੀਂ ਆਪਣਾ ਉਹ ਆਪਣਾ ਤੁਸੀਂ ਆਪ ਹੀ ਦੱਸ ਦਿਨੋ ਕਿ ਵਿਆਹ ਹੋਇਆ ਹੋਇਆ ਬੱਚੇ ਨਹੀਂ ਤਾਂ ਤੁਸੀਂ ਕਿਤੇ ਕਹੋ ਫੋਟੋ ਫਾ ਕੇ ਅਵੇਲੇਬਲ ਵਾਰ ਮੈਂ 36 37 ਸਾਲਾਂ ਦਾ ਮੈਂ ਬ్రో ਆ ਮੀ 37 ਵਾਰ ਤੇ ਉਹ ਉਹ ਉਸ ਚੀਜ਼ ਦੀ ਵੈਲਿਊ ਸਾਨੂੰ ਮੇਰੀ ਮਦਰ ਨੂੰ ਬਹੁਤ ਕ੍ਰੈਡਿਟ ਜਾਂਦਾ ਇਸ ਚੀਜ਼ ਦਾ ਕਿਉਂਕਿ ਡੈਡ ਤਾਂ ਆਬਵੀਅਸਲੀ ਕੰਮ ਕਰਦੇ ਸੀਗੇ ਟਰੈਵਲ ਕਰਦੇ ਹੁੰਦੇ ਸੀਗੇ ਬਟ ਉਹ ਮਾਂ ਨੇ ਕਿਵੇਂ ਦੱਸਿਆ ਕਿ ਇੰਨੇ ਚ ਹੀ ਸਾਰਨਾ ਪੈਣਾ ਜੋ ਮਰਜ਼ੀ ਕਰ ਲਾ ਭਾਵੇਂ ਰੋ ਭਾਵੇਂ ਪਿੱਟ ਤੈਨੂੰ ਦੋਜ ਦਿਨ ਬਾਅਦ ਹੀ ਪੈਸੇ ਮਿਲਣੇ ਆ ਤੇਰੀ ਜੋ ਪਾਕਟ ਮਨੀ ਦਾ ਹੋ ਗਿਆ ਸਿਸਟਮ ਹਨਾ ਤੇ ਉਹ ਸ਼ੁਰੂ ਤੋਂ ਰਿਅਲਾਈਜੇਸ਼ਨ ਹੋ ਗਈ ਸੀ ਕਿ ਯਾਰ ਮਿਹਨਤ ਤਾਂ ਕਰਨੀ ਹੀ ਪੈਣੀ ਆ ਜੋ ਮਰਜ਼ੀ ਹੋ ਜਵੇ ਅ ਫਿਰ ਪਹਿਲੀ ਫਿਲਮ ਆ ਗਈ ਯਾਰ ਨੂੰ ਵੱਲੇ ਤੇ ਬਾਬਾ ਹੀ ਨੇ ਸੁਣ ਲਈ ਚੱਲ ਗਿਆ ਕੰਮ ਉਦੋਂ ਤੋਂ ਫਿਰ ਲੱਗੇ ਆ ਉਹ ਮੈਨੂੰ ਲੱਗਦਾ ਨਹੀਂ ਮੈਨੂੰ ਯਾਦ ਨਹੀਂ ਉਸ ਤੋਂ ਬਾਅਦ ਮੈਂ ਕਦੀ ਆ ਕਰੋ ਇਦਾਂ ਯਾਰ ਅਨਮੁੱਲੇ ਵਰਗੀ ਫਿਲਮ ਤੁਸੀਂ ਫਿਰ ਕਿਉਂ ਨਹੀਂ ਦਿੰਦੀ ਯਾਰ ਅਨਮੁੱਲੇ ਤੋਂ ਮੈਂ ਤੁਹਾਡਾ ਫੈਨ ਹਾਂ ਅੱਜ ਵੀ ਉਹ ਫਿਲਮ ਦੇਖਦੇ ਆ ਨਾ ਯਾਰਾਂ ਦੀਆਂ ਯਾਦਾਂ ਪੁਰਾਣੀਆਂ ਹੋ ਜਾਂਦੀਆਂ ਔਰ ਹਰ ਹਰ ਕਹਿ ਦੋ ਕਿ ਯਾਰਾਂ ਦੀ ਮਹਿਫਲ ਚ ਗਾਣਾ ਚੱਲਦਾ ਹੀ ਚੱਲਦਾ ਯਾਰ ਅਨਮੁੱਲੇ ਯਾਰ ਅਨਮੁੱਲੇ ਵਰਗੀ ਫਿਲਮ ਤਾਂ ਨਹੀਂ ਦੇ ਪਾਈ ਕਿਉਂਕਿ ਉਦਾਂ ਦਾ ਡਾਇਰੈਕਟਰ ਹੀ ਨਹੀਂ ਬਣਿਆ ਸਾਨੂੰ ਬਾਦ ਚ ਅਨੁਰਾਗ ਸਿੰਘ ਪਾਟੇ ਉਹ ਹੀਜ਼ ਜੀਨੀਅਸ ਆ ਬੋਥ ਕੈਂਡ ਬੰਦੇ ਨੇ ਬਟ ਆਈ ਡੋਨਟ ਨੋ ਉਹਨਾਂ ਨੇ ਕੱਤੋਂ ਨਹੀਂ ਕਰਦੇ ਪੰਜਾਬ ਭਾਜੀ ਜੇ ਸੁਣਦੇ ਹੋ ਪਲੀਜ਼ ਮਿੰਤੀ ਆ ਤੁਹਾਡੇ ਅੱਗੇ ਪਲੀਜ਼ ਕਰ ਲਓ ਯਾਰਾਂ ਨੂੰ ਮੁੱਲੇ ਤੁਸੀਂ ਉਹ ਕਿਉਂਕਿ ਭਾਜੀ ਨੇ ਜੀਆ ਹੋਇਆ ਉਸ ਚੀਜ਼ ਨੂੰ ਉਹ ਜਿਹੜਾ ਕੈਰੈਕਟਰ ਸੀ ਨਾ ਮੇਰੇ ਵਾਲਾ ਉਹ ਅਨੁਰਾਗ ਭਾਜੀ ਖੁਦ ਸੀਗੇ ਉਹ ਮੈਨੂੰ ਉਹਨਾਂ ਨੇ ਦੱਸਿਆ ਹੈ ਕਹਿੰਦੇ ਯਾਰ ਮੈਂ ਇਦਾਂ ਦਾ ਸੀ ਇਹ ਮੇਰਾ ਕੈਰੈਕਟਰ ਆ ਤੇ ਉਹ ਭਾਜੀ ਹੁਣ ਭਾਜੀ ਕੋਈ ਕਰਿਸ਼ਮਾ ਕਰ ਸਕਦੇ ਆ ਜਦੋਂ ਘਰ ਦੇ ਵਿੱਚ ਰਾਜਨੀਤੀ ਆਂਦੀ ਹੈ ਤਾਂ ਯੂਥ ਮੋਸਟਲੀ ਇਨਸਪਾਇਰ ਹੁੰਦੀ ਹੈ ਉਤੋਂ ਕਿ ਡੈਡੀ ਦਾ ਧਾਮਾ ਜਾਮਾ ਦੇਖ ਕੇ ਪੁਲਿਸ ਸਲੂਟ ਮਾਰਦੀ ਹੈ ਕਾਈਪੀਐਸ ਆਫਸਰ ਨਾਲ ਐਮਪੀ ਸਾਹਿਬ ਦੇ ਤੁਸੀਂ ਨਹੀਂ ਇਨਸਪਾਇਰ ਹੋਏ ਤੁਸੀਂ ਕਿਉਂ ਨਹੀਂ ਪੈਰ ਤਰਿਆ ਰਾਜਨੀਤੀ ਦੇ ਵਿੱਚ ਬ੍ਰੋ ਮੈਂ ਹਜੇ ਮੈਨੂੰ ਮੈਂ ਕਦੀ ਸੋਚਿਆ ਨਹੀਂ ਇਹਦੇ ਬਾਰੇ ਬਟ ਇਨਸਪਾਇਰ ਨਹੀਂ ਹੋਏ ਪਾਪਾ ਦਾ ਸਿਸਟਮ ਦੇਖ ਕੇ ਕਿ ਲੋਕ ਕਿੰਨਾ ਪਿਆਰ ਕਰਦੇ ਨੇ ਇਨੀਆਂ ਦੋਵਾਂ ਮੈਂ ਮੈਂ ਕਿਉਂਕਿ ਮੇਰਾ ਇੰਨਾ ਇੰਟਰਸਟ ਵੀ ਨਹੀਂ ਹੈਗਾ ਪੋਲਿਟਿਕਸ ਔਰ ਸਾਡੀ ਕਦੀ ਵੀ ਫੈਮਿਲੀ ਜਦੋਂ ਇਕੱਠੇ ਬੰਨੇ ਆ ਕਦੀ ਪੋਲਿਟਿਕਸ ਡਿਸਕਸ ਹੀ ਨਹੀਂ ਹੋਇਆ ਔਰ ਪਲੱਸ ਉਹਦੇ ਨੂੰ ਇੰਸਪੀਰੇਸ਼ਨ ਆ ਫਾਦਰ ਸਾਹਿਬ ਤੋਂ ਉਹ ਮਿਹਨਤ ਕਰਨੀ ਔਰ ਗਾਣਾ ਮੈਂ ਅੱਜ ਵੀ ਦੇਖਦਾ ਬਰੋ ਹੀ ਇਸ ਆਲਮੋਸਟ 65 ਹੈ ਨਾ ਤੇ ਹੀ ਹੈਜ਼ ਅਚੀਵਡ ఎవਰੀਥਿੰਗ ਉਹਨਾਂ ਨੇ ਸਭ ਕੁਝ ਪਾ ਲਿਆ ਐਮ ਪੀ ਵੀ ਬਣ ਗਏ ਐਮ ਪੀ ਤੋਂ ਵੀ ਪਹਿਲਾਂ ਸਾਰੀ ਦੁਨੀਆ ਜਿੱਤੀ ਹੋਈ ਹੈ ਨਾ ਬਟ ਹਜੇ ਵੀ ਆਪਣੇ ਗਾਣੇ ਨੂੰ ਆਪਣਾ ਰਿਆਜ਼ ਨਹੀਂ ਛੱਡਦੇ ਸਾਨੂੰ ਸ਼ਰਮ ਆ ਜਾਂਦੀ ਕਿ ਯਾਰ ਅਸੀਂ ਬੀਇੰਗ ਯੂਥ ਅਸੀਂ ਅਲਗਰਜੀ ਕਰ ਲੈਂਦੇ ਆ ਕਿ ਯਾਰ ਚੱਲ ਫੇਰ ਕਰ ਲਾਂਗੇ ਰਿਆਜ਼ ਡੂਗੋ ਦੀ ਗੱਲ ਆ ਚੱਲੀ ਜਾਂਦਾ ਕੰਮ ਮੈਂ ਓਨੈਸਟਲੀ ਦੱਸ ਰਿਹਾ ਬਟ ਉਸ ਬੰਦੇ ਕੋ ਹਜੇ ਵੀ ਤਾਨਪੂਰਾ ਪਿਆ ਹੁੰਦਾ ਉਹਨਾਂ ਦਾ ਰੋਜ਼ ਉਹਨਾਂ ਨੇ ਸਾਧ ਦਾ ਰਿਆਜ਼ ਕਰਨਾ ਹੀ ਕਰਨਾ ਇੰਨਾ ਪਿਆਰ ਕਰਦੇ ਹੋ ਆਪਣੇ ਜਿਹੜਾ ਦਿਲੋਂ ਜਿਸ ਚੀਜ਼ ਨਾਲ ਪਿਆਰ ਕਰਦੇ ਜੋ ਉਹਨਾਂ ਦਾ ਪੈਸ਼ਨ ਆ ਸੋ ਉਹ ਉਹ ਚੀਜ਼ ਮੈਨੂੰ ਜ਼ਿਆਦਾ ਇਨਸਪਾਇਰ ਕਰਦੀ ਆ ਪੋਲਿਟਿਕਸ ਹਜੇ ਨਹੀਂ ਹੈਗਾ ਬਟ ਇਨ ਫਿਊਚਰ ਯੂ ਨੇਵਰ نو ਦਰਵਾਜ਼ੇ ਬੰਦ ਨਹੀਂ ਗਏ ਕੁੱਲੇ ਆ ਵੈਸੇ ਰਾਨੀ ਕੰਸਟ ਰੱਖਦੇ ਹੋ ਟਾਈਮ ਦਾ ਕੁਝ ਨਹੀਂ ਪਤਾ ਹੁੰਦਾ ਯਾਰ ਕਿੱਥੇ ਤੁਹਾਨੂੰ ਕਿਵੇਂ ਤੁਸੀਂ ਵੀ ਕਦੀ ਸੋਚਿਆ ਨਹੀਂ ਹੁਣ ਆਈ ਗੈਸ ਕਿ ਮੈਂ ਯਾਰ ਇੱਦਾਂ ਐਨਜੀਓ ਕਰੂੰਗਾ ਲੋਕਾਂ ਦੀ ਹੈਲਪ ਕਰੂੰਗਾ ਇੱਦਾਂ ਵੱਡਾ ਨਾਮ ਹੋ ਜਾਊਗਾ ਉਹ ਤਾਂ ਰੱਬ ਜਿਹੜੇ ਰਾਹੇ ਪਾ ਦਿੰਦਾ ਉਹ ਪਾ ਦਿੰਦਾ ਬਸ ਮੈਨੂੰ ਲੱਗਦਾ ਬਈ ਸਾਡੀਆਂ ਪਲੈਨਿੰਗਾਂ ਫਿਰ ਛੋਟੀਆਂ ਰਹਿ ਜਾਂਦੀਆਂ ਨੇ ਉਹ ਬਿਗ ਪਲੈਨਰ ਹੈ ਮੈਂ ਉਹੀ ਕਹਿੰਦਾ ਉਹਨੇ ਸੋਚਿਆ ਹੁੰਦਾ ਤੁਹਾਡੇ ਲਈ ਕੀ ਕਰਕੇ ਭੇਜਣਾ ਕੀ ਕਰਨਾ ਬਟ ਬਸ਼ਰਤੇ ਹਾਂ ਇਹ ਕਿਹਾ ਕਿ ਤੁਸੀਂ ਮਿਹਨਤੀ ਹੋਣੇ ਚਾਹੀਦੇ ਜੇ ਮਿਹਨਤੀ ਨਹੀਂ ਹੈਗੇ ਨਾ ਫੇ ਨਹੀਂ ਮਿਲਦਾ ਸਾਫ਼ ਇੱਥੋਂ ਤੇ ਮਿਹਨਤੀਆਂ ਬਾਬਾ ਜੀ ਤੁਹਾਨੂੰ ਦਊਗੇ ਦਊਗੇ ਰੱਖਿਆ ਹੁੰਦਾ ਉਹਨੇ ਸਰਾਮ ਕੀ ਇੱਥੇ ਤੇ ਜਦੋਂ ਉਹਨੂੰ ਲੱਗਦਾ ਨਹੀਂ ਯਾਰ ਇਹ ਵਿਚਾਰਾ ਮੁੰਡਾ ਮਿਹਨਤ ਕਰਦਾ ਆ ਚੱਕ ਵੇਤੇ ਰਹੇ ਹਿੱਸੇ ਦਾ ਕਿਸੇ ਪੋਡਕਾਸਟ ਇੰਟਰਵਿਊ ਚ ਮਾਨਸੀ ਜੀ ਦੀ ਗੱਲ ਨਾ ਹੋਵੇ ਮੈਨੂੰ ਲੱਗਦਾ ਇਹ ਤਾਂ ਹੋ ਹੀ ਨਹੀਂ ਸਕਦਾ ਹੋ ਮਰਨਾ ਨਹੀਂ ਸੱਚੀ ਵਈ ਤੁਹਾਡਾ ਇਦਾਂ ਦਾ ਪਿਆਰ ਹੈਗਾ ਕਿ ਸਿਰਫ ਇੰਟਰਵਿਊ ਤੇ ਪੋਡਕਾਸਟ ਦੇ ਵਿੱਚ ਇੰਟਰਵਿਊਸ ਬੰਦਾ ਕਿੰਨਾ ਕਿਤੇ ਪਹਿਲੀ ਗੱਲ ਮੈਂ ਇੰਟਰਵਿਊਸ ਕਰਦਾ ਨਹੀਂ ਸੌਰੀ ਮੈਂ ਤੁਸੀਂ ਦੇਖਿਆ ਹੋਣਾ ਮੈਂ ਜੀ 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 ਬਹੁਤ ਰੇਅਰ ਬਹੁਤ ਰੇਅਰ ਮੈਨੂੰ ਨਾ ਡਰ ਬਹੁਤ ਲੱਗਦਾ ਇਹਨਾਂ ਚੀਜ਼ਾਂ ਤੋਂ ਕਿਉਂ ਭਾਈ ਵੀਰ ਬਹੁਤ ਨੈਗੇਟਿਵ ਕੁਝ ਕਦੀ ਕਦੀ ਚੀਜ਼ਾਂ ਅਲੱਗ ਪਾਸੇ ਵੀ ਚੱਲ ਜਾਂਦੀਆਂ ਨਹੀਂ ਆਪਸ ਆਪਸ ਦੀ ਨਹੀਂ ਗੱਲ ਕਰ ਰਹਾ ਮੈਂ ਜੀ ਜੀ ਕਮੈਂਟਸ ਇਹ ਉਹ ਮੈਂ ਸ਼ੁਰੂ ਤੋਂ ਜੀ ਰਹੇ ਆ ਭਾਜੀ ਗਰਾਊਂਡਡ ਲੋ ਲੈਵਲ ਤੇ ਕਦੀ ਇਹ ਚੀਜ਼ਾਂ ਅਸੀਂ ਨਾ ਕਿਸੇ ਨੂੰ ਕਹਿੰਦੇ ਆ ਨਾ ਸੁਣਨ ਦੀ ਆਦਤ ਆ ਸਾਡੀ ਹਨਾ ਨਾ ਬੁਰਾ ਬੋਲੋ ਨਾ ਸੁਣੋ ਤੇ ਉਹ ਫਿਰ ਮੈਂ ਤਾਂ ਕਰਕੇ ਇੰਟਰਵਿਊ ਵਗੈਰਾ ਬਹੁਤ ਘੱਟ ਰੇਅਰ ਹੋ ਤਾਂ ਫਿਲਮ ਕਰਕੇ ਮੈਨੂੰ ਥੋੜਾ ਜਿਆਦਾ ਕਰਨਾ ਮੈਂ ਅੱਜ ਵੀ ਮੈਨੂੰ ਇਹ ਸੀ ਕਿ ਮੈਂ ਕਿਹਾ ਯਾਰ ਅਨਮੋਲ ਹੁਣਾਂ ਦੇ ਜਾਣਾ ਤੇ ਆ ਬਟ ਹਾਲਾ ਕਿ ਉਹ ਇਦਾਂ ਦਾ ਨਹੀਂ ਕਰੂਗਾ ਬਟ ਯੂ हैव ਟੂ ਨੋ ਕਿ ਕਿਉਂਕਿ ਤੁਹਾਡੀ ਚੀਜ਼ ਹਮੇਸ਼ਾ ਵਾਇਰਲ ਹੁੰਦੀ ਹੈ ਜੀ 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 ਉਹ ਬਹੁਤ ਫੇਮਸ ਹੁੰਦੀ ਹੈ ਅਸੀਂ ਅਸੀਂ ਦਿਲੋਂ ਜੁੜਦੇ ਬਾਅਦ ਵਿੱਚ ਮੈਨੂੰ ਮਾਨਸੀ ਦਾ ਫੋਨ ਆਇਆ ਮੈਨੂੰ ਕਹਿੰਦੀ ਸੈਂਸਿਬਲ ਰਹੋ ਉੱਥੇ ਉਹ ਮੈਂ ਕਿਹਾ ਭਰਾਵਾ ਮੈਂ ਦਿੱਤਾ ਤਾਂ ਆਪਾਂ ਸੈਂਸਿਬਲ ਹੀ ਚੱਲ ਰਿਹਾ ਬੜੇ ਮੈਨੂੰ ਕਹਿੰਦੀ ਸੀ ਕਹਿੰਦੀ ਮੈਂ ਕਿਹਾ ਭਰਾਵਾ ਮੈਂ ਜਿੱਦਾਂ ਦਾ ਉਦਾਂ ਹੀ ਰਹੂੰਗਾ ਹੁਣ ਨਹੀਂ ਨਹੀਂ ਕਹਿੰਦੀ ਉਦਾਂ ਮੈਂ ਕਹਿ ਰਹੀ ਆ ਉਹ ਵਧੀਆ ਚੱਲ ਰਿਹਾ ਇਜ਼ ਡੂਇੰਗ ਗੁੱਡ ਸੋ ਬੀ ਵੈਰੀ 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 ਨਾਈਸ ਟੂ ਹਿਮ ਮੈਂ ਕੋਸ਼ਿਸ਼ ਕਰਦਾ ਵੀਰੇ ਕਿਉਂਕਿ ਮੈਂ ਵੀ ਪੋਡਕਾਸਟਿੰਗ ਦਾ ਸੁਪਨੇ 'ਚ ਵੀ ਨਹੀਂ ਸੋਚੀ ਸੀ ਹਾਂ ਦੇਖੋ ਹਾਂ ਸੁਪਨਾ ਵੀ ਨਹੀਂ ਲੱਤਾ ਸੀਗਾ ਉਹ ਤਾਂ ਕਿਸੇ ਨੇ ਸਲਾਹ ਦੇ ਦਿੱਤੀ ਕਿ ਅੱਜਕੱਲ੍ਹ ਨਾ ਮੈਨੂੰ ਬੋਲਣ ਦਾ ਬਹੁਤ ਸ਼ੌਂਕ ਸੀ ਬਈ ਬਹੁਤ ਜ਼ਿਆਦਾ ਤੇ ਸ਼ੁਰੂ ਤੋਂ ਇੰਟਰਵਿਊਜ਼ ਦੇਣ ਦੀ ਆਦਤ ਸੀ ਕਿ ਆ ਔਰ ਟਾਪਿਕਸ ਐਸੇ ਲੈ ਆਣੇ ਕਿਉਂਕਿ ਨਾ ਅੱਜਕੱਲ੍ਹ ਬਈ ਕੰਟੈਂਟ ਹੈ ਜਿਹੜਾ ਲੋਕ ਚੰਗਾ ਸੁਣਨਾ ਸ਼ੁਰੂ ਕਰ ਰਹੇ ਨੇ ਬਿਲਕੁਲ ਬਿਲਕੁਲ ਦੋ ਤਰ੍ਹਾਂ ਦੇ ਕੰਟੈਂਟ ਦੁਨੀਆ ਛੱਤ ਤੋਂ ਜ਼ਿਆਦਾ ਵਾਇਰਲ ਹੁੰਦੇ ਨੇ ਕਰ ਦੇ ਗਲੇਸ਼ ਤੇ ਬਲਗਰਟੀ ਕੰਟੈਂਟ ਜਿਹੜਾ ਗੰਦਾ ਹੈ ਇਹ ਤੀਜਾ ਕੰਟੈਂਟ ਹੁਣ ਸ਼ੁਰੂ ਹੋ ਰਿਹਾ ਹੈ ਕਿ ਲੋਕ ਅੱਛਾ ਸੁਣਨਾ ਚਾਹੁੰਦੇ ਨੇ ਤਾਂ ਪੋਡਕਾਸਟਿੰਗ ਚ ਕੀ ਹੈ ਜਦੋਂ ਦੋ ਬੰਤੇ ਗੱਲ ਕਰਦੇ ਨੇ ਤੁਸੀਂ ਵੀ ਮਹਿਸੂਸ ਕਰ ਰਹੇ ਹੋ ਸਾਨੂੰ ਦੋਨਾਂ ਨੂੰ ਵੀ ਬੜਾ ਕੁਝ ਸਿੱਖਣ ਨੂੰ ਮਿਲੂਗਾ ਤੇ ਤੀਜਾ ਬੰਦਾ ਜਿਹੜਾ ਸੁਣ ਰਿਹਾ ਉਹਨੂੰ ਵੀ ਉਹਨੂੰ ਇਨਸਪੀਰੇਸ਼ਨ ਰੈਦਰ ਦੈਨ ਆਪਾਂ ਤੇ听ਹੀ ਜੀ ਗੱਲ ਕਰਦਾ ਤੇ ਤੁਸੀਂ ਕਹੋ ਯਾਰ ਇਹੀ ਕੀ ਯਾਰ ਇਹ ਤਾਂ ਕੈਮਰੇ ਦੇ ਮੋਰੇ ਇਦਾਂ ਹੋ ਗਿਆ ਤੇ ਪਿੱਛੇ ਤਾਂ ਇਦਾਂ ਨਾ ਸਾਨੂੰ ਵਿਊਜ਼ ਨਹੀਂ ਚਾਹੀਦੇ ਪਰ ਸਾਨੂੰ ਚਾਹੀਦਾ ਇੱਕ ਐਸਾ ਕੰਟੈਂਟ ਜਿਹਨੂੰ ਸੁਣ ਕੇ ਕੋਈ ਕਵੇ ਸਵਾਦ ਆ ਬਿਲਕੁਲ ਬਿਲਕੁਲ ਤਾਂ ਹੀ ਤੇ ਮੈਨੂੰ ਮੈਨੂੰ ਇਹ ਸੀਗਾ ਮੈਂ ਕਿਹਾ ਯਾਰ ਅੱਛਾ ਹੋ ਜਾਵੇ ਅੱਜ ਦੀ ਬਹੁਤ ਜ਼ਰੂਰੀ ਮੈਨੂੰ ਸੱਚੀ ਦੱਸਾਂ ਮੈਂ ਓਨੈਸਟਲੀ ਦੱਸਾਂ ਜੀ ਬਾਈ ਮੈਨੂੰ ਵੀ ਅੰਦਰ ਘਬਰਾਹਟ ਸੀ ਕਿਉਂਕਿ ਮੈਂ ਕਿਹਾ ਯਾਰ ਇਕਦਮ ਇੰਟਰਵਿਊਸ ਕਰਦਾ ਨਹੀਂ ਉਪਰੋ ਕਰ ਵੀ ਸਿੱਧਾ ਹੁਣ ਏਡੇ ਵੱਡੇ ਚੈਨਲ ਨਾਲ ਰੈਂਕ ਜਿਹੜਨ ਜਿੰਨੇ ਸਾਰੀ ਦੁਨੀਆ ਨੇ ਦੇਖਣਾ ਨਹੀਂ ਮੈਨੂੰ ਇਹ ਤਾਂ ਸਭ ਸਹੀ ਹੁਣ ਸਭ ਸਮੇਂ ਦੇ ਲੋਕ ਇੱਦਾਂ ਕਿਉਂ ਸਮਝਦੇ ਮੈਨਾਂ ਜਿੰਨੇ ਨਹੀਂ ਤੁਹਾਨੂੰ ਤੁਹਾਡੀ ਬਾਰੇ ਨਹੀਂ ਨਜ਼ਰੀਆ ਉਹ ਇੱਕ ਤੁਹਾਡੀ ਰੀਚ ਹੈ ਨਾ ਬਰੋ ਕਿ ਤੁਹਾਡੇ ਬਾਰੇ ਤਾਂ ਸੋਚਦੇ ਹੋਣੇ ਕਿਉਂਕਿ ਉਹਨਾਂ ਨੂੰ ਪਤਾ ਯਾਰ ਇਹ ਹਰ ਬੰਦੇ ਨੇ ਦੇਖਣਾ ਜੀ ਬਾਈ ਹਰ ਬੰਦੇ ਨੇ ਦੇਖਣਾ ਔਰ ਰੱਬ ਨਾ ਕਰੇ ਨਾ ਚਾਹਿਆ ਵੀ ਕੁਝ ਗਲਤ ਨਾ ਨਿਕਲ ਜੀ ਬਾਈ ਕਿਉਂਕਿ ਸਾਨੂੰ ਵੀਰੇ ਲੋਕੀ ਜਿੱਦਾਂ ਆਪਾਂ ਸਿੱਖ ਦੇ ਵੀ ਸਾੜ ਤੋਂ ਇਨਸਪਾਇਰ ਵੀ ਹੁੰਦੇ ਆ ਉਹਨਾਂ ਨੇ ਗ੍ਰੈਬ ਵੀ ਕਰਨਾ ਉਹਨਾਂ ਚੀਜ਼ਾਂ ਨੂੰ ਸੋ ਸਾੜ ਤੋਂ ਕੁਝ ਵੀ ਉੱਪਰ ਥੱਲੇ ਕੁਝ ਨਾ ਹੋਵੇ ਬਸ ਪਰ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਬਈ ਔਰ ਵੈਸੇ ਵੀ ਬਸ ਤੁਸੀਂ ਇਹ ਦੇਖੋ ਕਿ ਤੁਸੀਂ ਰੱਬ ਦੇ ਨਾਮ ਤੋਂ ਸ਼ੁਰੂ ਕੀਤੀ ਨਾ ਔਰ ਜਿਹੜਾ ਬੰਦਾ ਪ੍ਰਮਾਤਮਾ ਨਾਲ ਕਨੈਕਟਡ ਹੈ ਨਾ ਔਰ ਉਹ ਪ੍ਰਮਾਤਮਾ ਮੈਂ ਹੁਣ ਪੋਡਕਾਸਟ ਤੋਂ ਪਹਿਲਾਂ ਜਦੋਂ ਤੁਹਾਡੀ ਵੇਟ ਕਰ ਰਿਆ ਸੀ ਨਾ ਮੈਂ ਬੈਠਾ ਤੇ ਕੀ ਕਹਿ ਰਿਹਾ ਸੀ ਮੈਂ ਕਿ ਰੱਬਾ ਸ਼ਾਮਲੀ ਮੈਂ ਕੋਈ ਪਰਚੀ ਲੈ ਕੇ ਨਹੀਂ ਬੈਠਦਾ ਕੋਈ ਇਹ ਨਹੀਂ ਕਿ ਮੈਨੂੰ ਇਹ ਹੁੰਦਾ ਕਿ ਗੈਸਟ ਅਨਕੰਫਰਟੇਬਲ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਕਿਉਂਕਿ ਮੈਂ ਪੱਤਰਕਾਰ ਨਹੀਂ ਬਈ ਕਿ ਜਿਹੜਾ ਤੁਹਾਨੂੰ ਦੁਆਰਾ ਮਿਲਣਾ ਨਹੀਂ ਆਪਾਂ ਦੁਆਰਾ ਕਿਤੇ ਮਿਲिए ਤਾਂ ਨਜ਼ਰਾ ਮਿਲਾ ਸਕੀਏ ਇਹ ਨਾ ਹੋਵੇ ਪੋਡਕਾਸਟ ਤੋਂ ਬਾਅਦ ਤੁਸੀਂ ਕੋਈ ਆਹ ਕੀ ਕਰਤਾ ਇੰਨੇ ਆ ਕੀ ਪਾਤਾ ਉਹ ਫॉर द ਟਾਈਮਿੰਗ ਤੁਸੀਂ ਕਰ ਲਓਗੇ ਬਟ ਲਾਈਫ ਟਾਈਮ ਨਹੀਂ ਫਿਰ ਬੰਦਾ ਅੱਗੇ ਉਹ ਕਹਿ ਦਿੰਦਾ ਕਿ ਰੂਹ ਨਹੀਂ ਨਾ ਦੁਖਾਣੀ ਬਈ ਕਿਤਨਾ ਕਿਤੇ ਮਕਸਦ ਤਾਂ ਜ਼ਿੰਦਗੀ ਦਾ ਹੀ ਇਹ ਨਾ ਕਿ ਕੋਈ ਕਿਸੇ ਨੂੰ ਖੁਸ਼ ਕਰੀਏ ਨਾ ਕਰੀਏ ਦੁੱਖ ਨਾ ਦੇ ਦਈਏ ਕਿਸੇ ਨੂੰ ਤਾਂ ਸਹੀ ਗੱਲ ਹੈ 100% ਬੜਾ ਵਧੀਆ ਲੱਗ ਰਿਹਾ ਤੁਹਾਡਾ ਨਾਲ ਗੱਲਬਾਤ ਕਰਕੇ ਥੈਂਕ ਯੂ ਜੀ ਮੈਨੂੰ ਆ ਬੜਾ ਮਜ਼ਾ ਆ ਰਿਹਾ ਹੁਣ ਮੈਂ ਬਿਲਕੁਲ ਰਿਲੈਕਸਡ ਹੋ ਗਿਆ ਨਹੀਂ ਮੈਂ ਤੁਹਾਨੂੰ ਜਾਣਨ ਦੀ ਕੋਸ਼ਿਸ਼ ਕਰੂੰਗਾ ਵੀ ਇੱਕ ਤਾਂ ਤੁਸੀਂ ਮੇਰੇ ਤੋਂ ਵੱਡੇ ਹੋ ਉਸ ਤੋਂ ਬਾਅਦ ਤੁਹਾਡਾ ਐਕਸਪੀਰੀਅੰਸ ਬਹੁਤ ਜ਼ਿਆਦਾ ਹੈ ਜੀ ਹਨਾ ਤੁਸੀਂ ਇੰਡਸਟਰੀ ਲਾਈਨ ਚ ਇੰਨਾ ਕੰਮ ਕਰ ਰਹੇ ਹੋ ਸਭ ਤੋਂ ਵੱਡੀ ਜਿਹੜੀ ਮੈਨੂੰ ਸਭ ਤੋਂ ਘੈਂਟ ਗੱਲ ਤੁਹਾਡੀ ਲੱਗਦੀ ਹੈ ਜੀ ਕਿ ਜਿਹੜਾ ਤੁਸੀਂ ਫਾਦਰ ਦੇ ਨਾਮ ਤੋਂ ਹਟ ਕੇ ਆਪ ਸਟਰਗਲ ਕਰ ਰਹੇ ਹੋ ਪਿੱਛੇ ਕਫਵਾ ਚੱਲੀ ਸੀ ਕਿ ਅ ਹੰਸਪਾ ਜੀ ਨੇ ਕਾਲ-ਕੋਲ ਕੀਤੀਆਂ ਤੇ ਇੰਡਸਟਰੀ ਹੁਣ ਨਾ ਕੰਮ ਦੇ ਪਰ ਤੁਸੀਂ ਫੇਰ ਗਰਾਉਂਡਡ ਹੋ ਕੇ ਚੱਲੇ ਉਹ ਭਰਾਵਾ ਮੈਨੂੰ ਤਾਂ ਕੋਈ ਫਿਲਮ ਹੀ ਨਹੀਂ ਦਿੰਦਾ ਮੈ ਕੀ ਇਹ ਇਟਸ ਅ ਟਿੱਟਲੀ ਸੁਣੀ ਸੀਗੀ ਮੈਂ ਕਿ ਹੰਸਪਾਈ ਨੇ ਕਾਲ ਕਰਤਾ ਜੇ ਉਹ ਅੱਛਾ ਹਾ ਕਦੀ ਰੱਬ ਨਾ ਕਰੇ ਕੋਈ ਸਿਹਤ ਤੇ ਜਾਂ ਇਦਾਂ ਦੇ ਕੋਈ ਪ੍ਰੋਬਲਮ ਆਵੇ ਜਾਂ ਕੁਝ ਵੀ ਹੋਵੇ ਉਦੋਂ ਫੋਨ ਜ਼ਰੂਰ ਕਰੋਗੇ ਬਟ ਕੰਮ ਲਈ ਤਾਂ ਉਹਨਾਂ ਨੇ ਅੱਜ ਤੱਕ ਕਦੀ ਵੀ ਨਹੀਂ ਯਾਰ ਮੇਰਾ ਬ੍ਰਦਰ ਵੱਡਾ bro ਮੈਨੂੰ ਅੱਜ ਵੀ ਯਾਦ ਆ ਉਹਨੂੰ অলਮੋਸਟ ਵੀਰੇ ਹੁਣ ਹੋ ਗਏ 12 ਤੋਂ 15 ਸਾਲ ਬੰਬੇ ਚ ਹੁਣ ਕਿਤੇ ਜਾ ਕੇ ਉਹ ਤੂੰ ਘਰ ਲਿਆ ਹੋਇਆ ਆਪਣਾ ਸਮਝਦੇ ਇੰਨੇ ਸਾਲਾਂ ਬਾਅਦ ਪਰ ਜਦੋਂ ਮਹਿੰਗੇ ਮਹਿੰਗੇ ਕੱਪੜੇ ਨਾ ਪਾਣ ਤਾਂ ਘਰ ਦਾ ਕਦੋਂ ਤੇ ਲੈ ਲੈਂਦੇ ਇਹ ਵੀ ਸਹੀ ਗੱਲ ਮੈਂ ਜਦੋਂ ਅੱਛਾ ਤੁਹਾਨੂੰ ਪਤਾ ਡੈਡੀ ਜੀ ਵੀ ਇਹੇ ਕਹਿੰਦੇ ਕਹਿੰਦੇ ਯਾਰ ਮੈਨੂੰ ਇਹ ਸਮਝ ਨਹੀਂ ਆਉਂਦੀ ਇਹ ਬੂਟਾ ਦਾ ਕਰਨਾ ਕੀ ਆ ਤੂੰ ਉਹਨੂੰ ਸ਼ੂਜ਼ ਦਾ ਬਹੁਤ ਸ਼ੌਂਕ ਆ ਵਾਰੋਂ ਮੈਂ ਕਵਰ ਯੂਨਨ ਉਹਨਾਂ ਨੂੰ ਕਿਦਾਂ ਵਿਆਹ ਤੇ ਦੇਖਿਆ ਸੀਗਾ ਤੇ ਮੈਂ ਉੱਤੋਂ ਐਨਕ ਤੋਂ ਲੈ ਕੇ ਬੂਟਰ ਤੱਕ ਹੀ ਦੇਖ ਰਿਹਾ ਕੱਟੋ-ਬੱਟ 8-10 ਲੱਖ ਰੁਪਏ ਤੇ ਪਾ ਕੇ ਚੱਲਦਾ ਉਹਦਾ ਇਹ ਆ ਜੇ ਉਹਨੇ 8 ਲੱਖ ਸ਼ੋ ਦਾ ਲੈਣਾ ਆ ਤੇ 2-3 ਲੱਖ ਉਹਦਾ ਸਿੱਧਾ ਬੂਟਾ ਚ ਬਟ ਠੀਕ ਹੈ ਭਾਜੀ ਸ਼ੌਂਕ ਦਾ ਕੋਈ ਮੁੱਲ ਨਹੀਂ ਉਹਦਾ ਉਹ ਦੱਸਦਾ ਪਿਆ ਉਦੋਂ ਉਦੋਂ ਸ਼ੋਜ਼ ਨਹੀਂ ਸੀ ਕਰਦੇ ਉਹ ਜੀ ਬਾਈ ਜੋ ਜ਼ੋਰ ਨੇ ਸ਼ੁਰੂ ਕੀਤੇ ਮੈਂ ਵੀ ਹੋਣੀ ਸ਼ੁਰੂ ਕੀਤੇ ਜਦੋਂ ਲੱਗਾ ਕਿ ਵਿਆਹ ਹੋ ਗਿਆ ਭਰਾਵਾ ਸੂਟ ਲੈ ਕੇ ਦੇਣੇ ਰੋਟੀ ਨੂੰ ਗਹਿਣੇ ਲੈ ਕੇ ਦੇਣੇ ਆ ਅੱਗੇ ਤਾਂ ਚਲੋ ਕਵਾਰੇ ਹੁ ਤੁਸੀਂ ਹੁੰਦੇ ਸੀਗੇ ਸਾਲ ਜੇ ਇੱਕ ਫਿਲਮ ਆ ਗਈ ਉਹਦੇ 20 25 30 ਲੱਖ ਰੁਪਏ ਮਿਲ ਗਿਆ ਜਿਹੜਾ ਉਸ ਹਸਾਬ ਇਹਨਾਂ ਖਰਚੀ ਜਾਣਾ ਹੁਣ ਤਾਂ ਰੈਗੂਲਰ ਇਨਕਮ ਚਾਹੀਦੀ ਆ ਪਰ ਬਈ ਮੈਂਬਰ ਆਫ ਪਾਰਲੀਮੈਂਟ ਕਰਦਾ ਹੋਣ ਤੁਹਾਨੂੰ ਲੱਗਦਾ ਕਿ ਸੱਡ ਕਲਚਰ ਹੀ ਨਹੀਂ ਆਇਆ ਇਥੋਂ ਆਡੀਅנס ਨੂੰ ਮੈਂ ਸੁਣਾਣਾ ਚਾਹੁੰਦਾ ਕਿ ਕਿਵੇਂ ਲੋਕ ਕਹਿੰਦੇ ਨੇ ਕਿ ਰਾਜਨੀਤੀ 'ਚ ਇੰਨਾ ਪੈਸਾ ਉਹਨਾਂ ਕੋਲ ਤੁਸੀਂ ਦੇਖੋ ਕੀ ਤੁਸੀਂ ਦੋਨੋਂ ਬੱਚੇ ਕਿ ਰਾਜਨੀਤੀ ਐਮਪੀ ਦੇ ਘਰੋਂ ਹੋ ਕੇ ਵੀ ਖੁਦ ਮਿਹਨਤ ਕਰਕੇ ਪੈਸੇ ਕਮਾ ਰਹੇ ਹੋ ਜੇ ਤੁਹਾਡੇ ਘਰੇ ਐਮਪੀ ਸਾਹਿਬ ਨੇ ਫਾਦਰ ਸਾਹਿਬ ਨੇ ਇੰਨਾ ਕਰੋੜਾ ਅਰਬ ਰਪਾ ਇਕੱਠਾ ਕੀਤਾ ਉਹ ਰਾਜਨੀਤੀ ਤੁਸੀਂ ਕੰਮ ਨਹੀਂ ਕਰਨਾ ਤੇ ਮੈਂ ਉਹੀ ਕਹਿ ਰਿਹਾ ਨਾ ਡੈਡ ਸ਼ੋਜ਼ ਨਹੀਂ ਕਰਦੇ ਹੁਣ ਸੌਰੀ ਮੈਂ ਇਹ ਗੱਲ ਕਰ ਰਿਹਾ ਡੈਡੀ ਜੀ ਵੈਸੇ ਕਰਨੀ ਨਹੀਂ ਚਾਹੀਦੀ ਬਟ ਪਤਾ ਨਹੀਂ ਕਿਉਂ ਮੇਰਾ ਦਿਲ ਕਰਾ ਕਿ ਤੁਹਾਡ ਨਾਲ ਸ਼ੇਅਰ ਕਰਾਂ ਇਹ ਗੱਲ ਡੈਡ ਸ਼ੋਜ਼ ਨਹੀਂ ਕਰਦੇ ਹੁਣ ਆਲਮੋਸਟ 10 12 ਸਾਲ ਤੋਂ ਸਾਡਾ ਕੋਈ ਬਿਜ਼ਨਸ ਵੀ ਨਹੀਂ ਹੈਗਾ ਕੋਈ ਸੋਰਸ ਆਫ ਇਨਕਮ ਨਹੀਂ ਆਇਆ ਹਾਂ ਪ੍ਰਾਪਰਟੀ ਬ੍ਰੂਫ ਤੇ ਹੈਗੀ ਬਟ ਇੱਕ ਸੋਰਸ ਉਹ ਆਪਣੀ ਤਨਖਾਹ ਤੇ ਹੁਣ ਕਰਦੇ ਸਾਰਾ ਕੁਝ ਇਸ ਤੋਂ ਜਿਹਨੇ ਉਹਨਾਂ ਦੀ ਤਨਖਾਹ ਆ ਸਿੰਪਲਿਸਿਟੀ ਬਹੁਤ ਹੈ ਬਾਈ ਉਹਨਾਂ ਦੀ ਸਿੰਪਲਿਸਿਟੀ ਤੁਸੀਂ ਮੰਨੋਗੇ ਅੱਜ ਵੀ ਦਿੱਲੀ ਉਸ ਏਰੀਆ ਚ ਜਾ ਕੇ ਕੋਈ ਵੀ ਕਹਿ ਦੇਵੇ ਕਿ ਇਸ ਬੰਦੇ ਨੇ ਸਾਡੇ ਤੋਂ ਇੰਨਾ ਇਦਾਂ ਕੀਤਾ ਉਹ ਕਿਉਂਕਿ ਇੱਕ ਤਾਂ ਅਸੀਂ ਰੱਬ ਤੋਂ ਬਹੁਤ ਡਰਨ ਵਾਲੇ ਬੰਦੇ ਆ ਜਵਾਬ ਤਾਂ ਉਹਨੇ ਦੇਣਾ ਐਟ ਦਿ ਐਂਡ ਆਫ ਡੇ ਜੀ ਬਾਈ ਜੀ ਤੇ ਉਹ ਚੀਜ਼ ਮੈਨੂੰ ਅੱਜ ਤੱਕ ਵੀ ਹਜੇ ਵੀ ਫਤ ਮੈਂ ਕਦੇ-ਕਦੀ ਹੈਰਾਨ ਹੋ ਜਾਂਦਾ ਨਾ ਮੈਂ ਸੋਚਦਾ ਆ ਯਾਰ ਕਿ ਦਿੱਲੀ ਜਿੱਥੋਂ ਸ਼ੁਰੂ ਹੁੰਦਾ ਨਾ ਸ਼ੰਭੂ ਬਾਰਡਰ ਤੋਂ ਜੀ ਬਾਈ ਜੀ ਉਥੋਂ ਲੈ ਕੇ ਰੋहिणी ਐਂਡ ਤੱਕ ਇੰਡੀਆ ਦੀ ਸਭ ਤੋਂ ਵੱਡੀ ਕੌਨਸ਼ੀਅਨਸੀ ਆ ਕਰੋ ਨੂੰ ਬੰਦਾ ਮਤਲਬ 10000 ਕਰੋੜ ਇਕੱਠਾ ਕਰ ਲਵੇ ਪਹਿਲਾਂ ਤਾਂ ਪੂਰਾ ਪੂਰੀ ਫੈਮਿਲੀ ਦਿੱਲੀ ਸ਼ਿਫਟ ਹੋਵੇ ਹਾਂ ਸਭ ਤੋਂ ਪਹਿਲਾਂ ਤਾਂ ਫੈਮਿਲੀ ਹੀ ਸ਼ਿਫਟ ਹੋਵੇ ਤੇ ਬਟ ਸਟਿਲ ਬਟ ਸ਼ੁਕਰ ਆ ਪਾਜੀ ਉਹ ਉਧਰ ਦੀ ਕਮਾਈਆਂ ਰਹਿੰਦੀਆਂ ਵੀ ਨਹੀਂ ਯਾਰ ਪਾਜੀ ਉਹ ਕਿਤੇ ਨਾ ਕਿਤੇ ਉਹ ਵੀ ਤੁਹਾਡੇ ਪਾਪਾ ਚੀਜ਼ ਕਿੱਥੋਂ ਆਈ ਰਾਜਨੀਤੀ ਦਾ ਖਿਆਲ ਕਿੱਦਾਂ ਬਣ ਗਿਆ ਇੱਕੋ ਜੰਮ ਪ੍ਰੋਫੈਸ਼ਨ ਤੋਂ ਕਿੱਥੇ ਰਾਜਨੀਤੀ ਜਿੱਥੋਂ ਤੱਕ ਦੇਖੋ ਪਹਿਲੀ ਗੱਲ ਉਹ ਬਹੁਤ ਘੱਟ ਆਪਣੀ ਪਰਸਨਲ ਲਾਈਫ ਤੋਂ ਇਲਾਵਾ ਜਿੱਦਾਂ ਸਾਡੀ ਫੈਮਿਲੀ ਤੋਂ ਇਲਾਵਾ ਜਿਹੜੀ ਪ੍ਰੋਫੈਸ਼ਨਲ ਲਾਈਫ ਆ ਬਹੁਤ ਘੱਟ ਡਿਸਕਸ ਕਰਦੇ ਸਾਨੂੰ ਤਾਂ ਸਾਨੂੰ ਤਾਂ ਆਪਕ ਖਬਰਾਂ ਚੋਂ ਪਤਾ ਲੱਗਦਾ ਹੁੰਦਾ ਤੁਸੀਂ ਮੰਨੋਗੇ ਕਿ ਹੰਸ ਰਾਜ ਹੰਸ ਨੂੰ ਨੇ ਤੁਹਾਡੇ ਅਕੈਡਮੀ ਮੈਂ ਉਹ ਤੇਰੀ ਇੱਕਦੋ ਹੋ ਗਿਆ ਸਾਨੂੰ ਨਹੀਂ ਪਤਾ ਲੱਗਣ ਦਿੰਦੇ ਉਹ ਤੇ ਉਹ ਕੁਝ ਮਜਬੂਰੀਆਂ ਸੀ ਭਾਜੀ ਉਹ ਟਾਈਮ ਟਾਈਮ ਕਿਦੋਂ ਕਿਦਾਂ ਬੰਦੇ ਨੂੰ ਖਿੱਚ ਕੇ ਲਿਆਉਂਦਾ ਜੀ ਇੰਟਰਸ ਸੀਗਾ ਕਿ ਦੀ ਪਾਪਾ ਦਾ ਰਾਜਨੀਤੀ ਤੋਂ ਪਹਿਲਾਂ ਤੁਹਾਨੂੰ ਲੱਗਦਾ ਸੀ ਕਿ ਤੁਹਾਨੂੰ ਲੱਗਦਾ ਉਹ ਪੋਲਿਟਿਕਲ ਬੰਦਾ ਆ ਬਿਲਕੁਲ ਨਹੀਂ ਤੁਹਾਨੂੰ ਕਦੀ ਲੱਗਦਾ ਉਹ ਪੋਲਿਟਿਕਸ ਵਾਲਾ ਫੱਕਰ ਬੰਦੇ ਮੈਂ ਪਹਿਲੇ ਦੱਸਿਆ ਫੱਕਰ ਬੰਦੇ ਉਹ ਪੋਲਿਟਿਕਸਲੀ ਬਣੇ ਨਹੀਂ ਫੱਕਰ ਬੰਦੇ ਕੋਲ ਰਾਜਨੀਤੀ ਨਹੀਂ ਹੁੰਦੀ ਨਾ ਡਿਪਲੋਮੈਟਿਕ ਬੰਦਾ ਬਟ ਟਾਈਮ ਘੇਰ ਕੇ ਲੈ ਆਇਆ ਉਹਨਾਂ ਨੂੰ ਕੁਝ ਚੀਜ਼ਾਂ ਸੀਗੀਆਂ ਉਹਨਾਂ ਨੇ ਪ੍ਰੂਫ ਕਰਨਾ ਚਾਹ ਕਰਨੀਆਂ ਸੀਗੀਆਂ ਉਹ ਹੋ ਗਿਆ ਵਧੀਆ ਹੋ ਗਿਆ ਹੁਣ ਠੀਕ ਆ ਬਟ ਉਹ ਉਹਨਾਂ ਨੇ ਸਾਨੂੰ ਐਤ ਕੀ ਕਹਿੰਦੇ ਸੀ ਕਹਿੰਦੇ ਯਾਰ ਮੈਂ ਡਾਊਟ ਫੁੱਲਾਂ ਕੀ ਕਰਾਂ ਨਾ ਕਰਾਂ ਨਹੀਂ ਕਰਾਂ ਕਿਵੇਂ ਕਰਾਂ ਮੈਂ ਬਹੁਤ ਲਾਈਫ ਟੂ ਸਟਰਗਲ ਕਰ ਲਈ ਹੈ ਯਾਰ ਮਤਲਬ ਦੌੜ ਭੱਜ ਜੀ ਰਹੀ ਆ ਮੈਂ ਰਿਲੈਕਸ ਹੋਣਾ ਚਾਹੁੰਦਾ ਫਿਰ ਮੈਂ ਉਹਨਾਂ ਨੂੰ ਉਦਣ ਗਿਆ ਮੈਂ ਕਿਹਾ ਤੁਸੀਂ ਜਿੱਦਾਂ ਵੀ ਐਕਚੁਅਲੀ ਤੁਸੀਂ ਬਹੁਤ ਕੀਤਾ ਜੀ ਸਾਰੀ ਲਾਈਫ ਸਾਡੇ ਜਿੰਨੇ ਵੀ ਰਿਸ਼ਤੇਦਾਰ ਬਾਹਰ ਸੈਟਲ ਕਰਤੇ ਚਾਚੇ ਤਾਇਆ ਦੇ ਮੁੰਡੇ ਜਿੰਨੇ ਵੀ ਜੋ ਹੋ ਸਕਿਆ ਹਾਲਾਂਕਿ ਬੋਲਣੀਆਂ ਨਹੀਂ ਚਾਹੀਦੀਆਂ ਚੀਜ਼ਾਂ ਬਟ ਉਹਨੇ ਸਾਰੀ ਉਮਰ ਆਪਣੀ ਲਾਈਫ ਸਟਰਗਲ ਜੀ ਕਰਦੀ ਉਸ ਇਨਸਾਨ ਨੇ ਤੇ ਹੁਣ ਤਾਂ ਡਿਸਰਵ ਕਰਦੇ ਹੋ ਰਿਲੈਕਸ ਹੋਣਾ ਫਿਰ ਮੈਂ ਕਿਹਾ ਜਿਵੇਂ ਤੁਹਾਨੂੰ ਠੀਕ ਲੱਗਦਾ ਜੀ ਤੁਸੀਂ ਚੈਨ ਮਾਰੋ ਸਭ ਤੋਂ ਜ਼ਿਆਦਾ ਖੁਸ਼ੀ ਤੁਹਾਨੂੰ ਭਾਜੀ ਕਿੱਥੇ ਮਿਲਦੀ ਹੈ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਉਦੋਂ ਮਿਲਦੀ ਜਦੋਂ ਡੈਡੀ ਜੀ ਕਹਿੰਦੇ ਸ਼ਾਬਾਸ਼ ਬੇਟੇ ਮਾਨਸੀ ਜੀ ਦੇ ਨਾਲ ਰਹਿ ਕੇ ਨਹੀਂ ਮਿਲਦੀ ਉਹ ਤਾਂ ਨਾ ਤਾਂ ਮਿਲਦੀ ਜਿਵੇਂ ਡੈਡੀ ਦੀ ਗੱਲ ਚੱਲਦੀ ਆ ਉਹ ਤਾਂ ਉਹ ਤਾਂ ਹੈਗੀ ਹੈਗੀ ਉਹ 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 ਕਹਿਣ ਦੀ ਲੋੜ ਹੀ ਨਹੀਂ ਉਹ ਸਮਝਦੀ ਆ ਪਾਪਾ ਕੋਲ ਸਭ ਤੋਂ ਸੋਹਣੀ ਚੀਜ਼ ਕਿਹੜੀ ਸਿੱਖੀ ਬਾਈ ਤੁਸੀਂ ਜਿਹੜੀ ਤੁਹਾਨੂੰ ਲੱਗਦਾ ਯਾਰ ਇਹ ਤੋਹਫ਼ਾ ਮੈਂ ਜਿਹੜਾ ਸਿੱਖਿਆ ਵੈਲਿਊਜ਼ ਫੈਮਿਲੀ ਵੈਲਿਊਜ਼ ਆਪਣੇ ਸਹੀ ਟਾਈਮ ਤੇ ਵੈਲਿਊ ਕਰਨਾ ਬਿਲਕੁਲ ਔਰ ਫੈਮਿਲੀ ਨੂੰ ਨਾਲ ਰੱਖਣਾ ਹਮੇਸ਼ਾ ਭਾਜੀ ਫੈਮਿਲੀ ਤੋਂ ਵੱਡਾ ਕੁਝ ਨਹੀਂ ਹੁੰਦਾ ਟਰਸ ਇੱਕ ਦੋ ਯਾਰ ਦੋਸਤ ਹੁੰਦੇ ਤੁਹਾਡੇ ਲਾਈਫ ਚ ਪੋਟਿਆਂ ਦੇ ਗਿਨੇ ਜਾਂਦੇ ਬਿਲਕੁਲ ਵਕਤ ਵਾਰ ਦੋ ਤਿੰਨ ਉਂਗਲਾਂ ਦੇ ਵੀ ਹੁੰਨੇ ਹਨ ਬਿਲਕੁਲ 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 ਆ ਮੇਰਾ ਦੋਸਤਾਂ ਮੇਰਾ ਇਹ ਮੈਂ ਨਾ ਖੜੂਗਾ ਰਾਤੀ ਹਨਾ ਫਿਰ ਸਭ ਤੋਂ ਵੱਲ ਫੈਮਿਲੀ ਫਿਰ ਯਾਰ ਦੋਸਤ ਹੁੰਦੇ ਤੇ ਮੈਨੂੰ ਇਹ ਲੱਗਦਾ ਕਿ ਮੈਂ ਡੈਡੀ ਤੋਂ ਇਹ ਸਿੱਖਿਆ ਕਿ ਆਪਣੀ ਫੈਮਿਲੀ ਨੂੰ ਔਰ ਜਿਹੜੇ ਤੁਹਾਡੇ ਕਰੀਬ ਫੈਮਿਲੀ ਵਾਲੇ ਯਾਰ ਦੋਸਤਾਂ ਉਹਨਾਂ ਨੂੰ ਕਦੀ ਖੋਣਾ ਨਹੀਂ ਕਦੀ ਵੀ ਮਤਲਬ ਦੁਖੀ ਨਾ ਕਰੋ ਜੇ ਕੁਝ ਹੋ ਵੀ ਜਾਂਦਾ ਉਹਨੂੰ ਸੌਰੀ ਕਰ ਲਓ ਉਹ ਕਦੀ ਥਰਡ ਤੋਂ ਵਿਛੜ ਨਾ ਜਾਵੇ ਸੋ ਫੈਮਲੀ ਬਹੁਤ ਜ਼ਰੂਰੀ ਹੈ ਫੈਮਲੀ ਵੈਲਿਊਜ਼ ਇਹਨਾਂ ਚੀਜ਼ਾਂ ਦੀ ਚੀਜ਼ਾਂ ਦੀ ਕਦਰ ਹੋ ਸਕੇ ਮੈਂ ਪਹਿਲੀ ਵਾਰ ਹੀ ਮਿਲਿਆ ਤੁਹਾਨੂੰ ਪਰ ਮੈਂ ਮਹਿਸੂਸ ਕਰ ਪਾ ਰਿਹਾ ਕਿ ਤੁਸੀਂ ਕਿਤਨੇ ਕਿਤੇ ਰਿਸ਼ਤੇ ਆਜ ਸਭ ਤੋਂ ਪਹਿਲਾਂ ਹੁੰਨੇ ਸੌਰੀ ਮੰਗਣ ਵਾਲੇ ਹਾਂ ਹਾਂ ਮੈਂ ਵੀ ਕਦੇ-ਕਦੇ ਮੈਂ ਵੀ ਨਹੀਂ ਮੰਨਦਾ ਐਡੀ ਕੋਈ ਗੱਲ ਨਹੀਂ ਗਈ ਮਾਨਸੀ ਦੀ ਜਦੋਂ ਮੇਰੀ ਲੜਾਈ ਹੋ ਜਾਂਦੀ ਹੈ ਫੇ ਇਗੋ ਵੀ ਆ ਜਾਂਦੀ ਯਾਰ ਇੱਕ ਹਿਊਮਨ ਨੇਚਰ ਹੈ ਭਾਜੀ ਮੈਂ ਕਿਉਂ ਮੰਗਾ ਉਹ ਮੰਗ ਲਵੇ ਹੋ ਜਾਂਦਾ ਏਦਾਂ ਬਠਾ मोस्ट ਆਫ ਦਾ ਟਾਈਮਸ ਮੈਂ ਫਿਰ ਮੇਰੀ ਨੇਚਰ ਏਦਾਂ ਦੀ ਜੇ ਮੈਨੂੰ ਕੋਈ ਅੱਗੇ ਉਹ ਪਿਆਰ ਕਰੂਗਾ ਮੈਂ ਡਬਲ 트리플 ਪਿਆਰ ਕਰ ਦਿੰਦਾ ਪਰ ਉਹ ਵੀ ਨੇਚਰ ਆ ਇੱਕ ਇੱਕ ਮੇਰਾ ਉਹ ਵੀ ਹਿੱਸਾ ਹੈਗਾ ਕਿ ਜੇ ਬਦਤਮੀਜ਼ ਹੋਊਗਾ ਜਾਂ ਉਹ ਥੋੜਾ ਹੋਊਗਾ ਫਿਰ ਮੈਂ 500 ਕਦਮ ਪਿੱਛੇ ਚਲੇ ਜਾਣਾ ਉੱਤੋਂ ਅੱਛਾ ਮੈਨ ਲੱਗੇ ਤਾਂ ਇਹ ਕਹਿਣਾ ਕਿ ਮੈਂ 500 ਕਦਮ ਹੋਰ ਚੜ ਜਾਣਾ ਨਹੀਂ 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 ਮੈਂ ਫਿਰ ਦੂਰ ਹੋ ਜਾ ਅਵੋਇਡ ਹੀ ਕਰ ਦਿੰਦਾ ਫਿਰ ਲੜਨ ਦਾ ਤਾਂ ਫਾਇਦਾ ਹੀ ਨਹੀਂ ਪਾਜੀ ਲੜਾਈ ਲੜਾਈ ਕਰਕੇ ਕੀ ਕਰ ਲੈਣਾ ਲਾਈਫ ਚ ਬਸ ਉਹਨੂੰ ਅਵੋਇਡ ਕਰੋ ਕਿਸੇ ਵੀ 네ਗਟਿਵਿਟੀ ਨੂੰ ਅਵੋਇਡ ਕਰਕੇ ਰਸਤਾ ਚੇਂਜ ਕਰ ਲਓ ਸਕੂਨ ਕਿੱਥੇ ਮਿਲਦਾ ਭਾਈ ਤੁਹਾਨੂੰ ਜ਼ਿੰਦਗੀ 'ਚ ਜੇ ਅੱਜ ਦੇ ਟਾਈਮ 'ਚ ਪੱਜ ਤੋੜ ਬਰੀ ਜ਼ਿੰਦਗੀ ਅੱਜ ਕੱਲ ਅੱਜ ਕੱਲ ਮੈਨੂੰ ਕੋ ਮੇਰੇ ਬੇਟੇ ਕੋ ਜਾ ਕੇ ਔਰ ਮੇਰੀ ਬੇਟੀ ਕੋ ਜਾ ਕੇ ਜਿੰਨਾ ਮਰਜ਼ੀ ਥੱਕਿਆ ਹੋਵਾਂ ਮੈਂ ਸ਼ਾਮ ਨੂੰ ਜਦੋਂ ਮੈਂ ਰਦਾਨ ਕੋ ਜਾਂਦਾ ਹਾਂ ਮੈਨੂੰ ਆਂਦੇ ਕਹਿੰਦਾ ਪਾਪਾ ਭਾਗੀ ਭਾਗੀ ਕਰੇ ਉਹਨੂੰ ਭੱਜਣਾ ਬਹੁਤ ਪਸੰਦ ਆ ਤੇ ਉਹਦੇ ਆਲੇ ਦੁਆਲੇ ਭੱਜਣਾ ਹੁੰਦਾ ਮੈਂ ਉਹਨੇ ਮੈਨੂੰ ਫੜਨਾ ਹੁੰਦਾ ਤੇ ਮਿਸਰਾਬ ਹੁਣ ਥੋੜਾ ਰਿਸਪੌਂਡ ਕਰਨ ਲੱਗ ਪਈ ਯਾਰ 3.5 ਮਹੀਨਿਆਂ ਦੀ ਹੋ ਗਈ ਬੇਟੀ ਤੇ ਉਹਦੀਆਂ ਆਵਾਜ਼ਾਂ ਜਿਹੜੀਆਂ ਉਹ ਮੈਨੂੰ ਦੇਖ ਕੇ ਇੱਕਦਮ ਸਮਾਈਲ ਕਰ ਦਿੰਦੀ ਆ ਉਹ ਪਾਜੀ ਉਸ ਕੋ ਅਮੇਜ਼ਿੰਗ ਆ ਤੁਸੀਂ ਵੀ ਇਨ ਫਿਊਚਰ ਆਪਾਂ ਕਰੀ ਮਿਲਾਂਗੇ ਤੁਹਾਡੇ ਵਿਆਹ ਤੋਂ ਬਾਅਦ ਵਿਆਹ ਤੋਂ 2 ਸਾਲ ਬਾਅਦ ਮਿਲਾਂਗੇ ਜੀ ਬਈ ਜੀ ਰੱਬ ਕਰੇ ਤੁਹਾਡੇ ਬਹੁਤ ਜ਼ਿਆਦਾ ਬੱਚੇ ਹੋਣ ਮੈਂ ਤਾਂ ਤੁਹਾਨੂੰ ਪੁੱਛਣਾ ਹੀ ਸੀ ਵਿਆਹ ਦਾ ਐਕਸਪੀਰੀਅੰਸ ਕੀ ਹੈ ਬਈ ਮੈਂ ਤਾਂ ਸਾਰੇ ਸਲਾਹ ਦਿੰਦੇ ਨੇ ਕਿ ਜਿੰਨਾ ਬੱਚ ਸਕਦਾ ਬੱਚ ਦੇ ਫਿਰ ਉਹਨਾਂ ਦਾ ਬੈਡ ਐਕਸਪੀਰੀਅੰਸ ਹੈ ਨਾ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਹੈ ਤੁਹਾਡਾ ਤਾਂ ਲਵ ਮੈਰਿਜ ਹੈ ਮੇਰੀ ਲਵ ਮੈਰਿਜ ਹੈ ਨਹੀਂ ਭਾਜੀ ਅ ਪਾਰਟਨਰ ਅੱਛਾ ਮਿਲ ਜਾਵੇ ਨਾ ਇੱਕ ਪਾਰਟਨਰ ਦਾ ਹੋਣਾ ਇੱਕ ਤੁਹਾਨੂੰ ਪੁਸ਼ ਕਰਨ ਵਾਲਾ ਬੰਦਾ ਜਿੱਦਾਂ ਮੈਂ ਸ਼ੋਜ਼ ਦੀ ਗੱਲ ਕੀਤੀ ਸੀਗੀ ਤੇ ਉਦੋਂ مانਸੀ ਨੂੰ ਮਿਲਿਆ ਉਦੋਂ ਮੈਂ ਸ਼ੋਜ਼ ਨਹੀਂ ਕਰਦਾ ਸੀਗਾ ਬਟ ਹੁਣ مانਸੀ ਦੀ ਵੀ ਏਜ ਹੋ ਸੀਗੀ ਵਿਆਹ ਵੀ ਉਹ ਵਾਲਾ ਔਰ ਸਾਡਾ ਪਿਆਰ ਵੀ ਵਧੀਆ ਹੋ ਸੀਗਾ ਤੇ ਉਹ ਕਹਿੰਦੀ ਹੁਣ ਵਿਆਹ ਕਰ ਲਈਏ ਮੈਂ ਕਿਹਾ ਯਾਰ مانਸੀ ਕੱਲ ਸੁਣ ਤੈਨੂੰ ਵੀ ਪਤਾ ਆ ਪੈਸੇ ਪੂਸੇ ਮੇਰੇ ਕੋਲ ਥੋੜੇ ਹੀ ਆ ਹੈ ਹੀ ਨਹੀਂਗੇ ਥੋੜੇ ਤਾਂ ਕੀ ਆ ਤੇ ਉਦੋਂ ਪਾਪਾ ਰਾਏ ਨਹੀਂ ਨਹੀਂ ਸੀ ਨੇ ਪੁਰਾਣੇਤੀ ਤੋਂ ਇਲਾਵਾ ਵੀ ਬਹੁਤ ਪੈਸਾ ਕਮਾ ਲਿਆ ਐਡੀ ਕਿ ਟੈਨਸ਼ਨ ਨਹੀਂ ਰਾਜਨੀਤੀ ਤਾਂ ਗਰਾਊਂਡਡਲੈਸ ਹੈ ਭਾਈ ਤੇ ਕੀ ਅਸੀਂ ਗਰਾਊਂਡਡ ਹੀ ਚੰਗੇ ਪੈਸੇ ਸੀਗੇ ਪਰ ਆਪਣੇ ਪੈਸੇ ਨਹੀਂ ਸੀ ਤੁਹਾਡੇ ਹਾਂ ਉਹ ਵਾਲੇ ਨਹੀਂ ਸੀਗੇ ਮਤਲਬ ਇਹ ਹੁੰਦਾ ਹੈ ਮੁੰਡਿਆਂ 'ਚ ਥੋੜਾ ਥੋੜਾ ਮੇਰੇ 'ਚ ਵੀ ਹੈਗਾ ਪਾਜੀ ਹੁਣ ਗੈਰਤਮੰਦ ਹੋਣਾ ਚਾਹੀਦਾ ਲਾਈਫ 'ਚ ਇਹ ਥੋੜੀ ਜਿਹਾ ਤੁਹਾਡੇ ਪਾਪੇ ਕੋ 100 ਕਰੋੜ ਰੁਪਇਆ ਤੇ ਤੁਸੀਂ ਜਾ ਕੇ ਕਹੋ ਮੈਂ ਤਾਂ ਭਈ ਹੁਣ ਨਿੱਕਰ ਪਾ ਕੇ ਬਸ ਨੈਟਫਲਿਕਸ ਹੀ ਦੇਖੀ ਪਰ ਲੋਕ ਕਰਦੇ ਨੇ ਨਾ ਕਰਦਿਆਂ ਦੇ ਪੈਸੇ ਨਹੀਂ ਬਹੁਤ ਵੱਡੀ ਚੀਜ਼ ਸਮਝੋਗੇ ਬਿਲਕੁਲ ਕਿੰਨੀ ਦੇਰ ਕਰ ਲੋਂਗੇ ਫਿਰ ਤੁਹਾਡੇ ਬੱਚੇ ਵੀ ਅੱਗੇ ਉਧਰ ਨਿਕਲੂਗੇ ਉਹ ਪੈਸਾ ਜਾਂ ਉਹ ਚੀਜ਼ ਨੂੰ ਕੈਰੀ ਫਾਰਵਰਡ ਕਿੰਨੀ ਦੇਰ ਕਰ ਲੋਂਗੇ ਤੁਸੀਂ ਭਾਜੀ ਕੰਦੇ ਦਾ ਖੂਬ ਹੀ ਖਾਲੀ ਹੋ ਜਾਂਦਾ ਉਹ ਹੀ ਤਾਂ ਕਹਿੰਦੇ ਜੋ ਮਰਜ਼ੀ ਕਰੀ ਜੋ ਪਏ ਉਹਦਾ ਖੂਬ ਖਾਲੀ ਹੋ ਜਾਣਾ ਤੇ ਬਸ ਫਿਰ ਉਹ ਇਸ ਚੀਜ਼ ਨੂੰ ਕਿਵੇਂ ਦੂਰ ਕੀਤਾ ਚੰਗਾ 파ਟਨ ਮਿਲ ਜੂਆ ਉਹਨੇ ਉੱਥੇ ਗੱਲ ਚੱਲ ਰਹੀ ਸੀ ਕਿ ਕਿ ਮੈਨੂੰ ਮਾਨਸੀ ਨੂੰ ਮੈਂ ਕਿਹਾ ਮਾਨਸੀ ਪੈਸੇ ਪੁੱਛਦਾ ਯਾਰ ਅਜੇ ਥੋੜਾ ਇਦਾਂ ਇੰਨਾ ਕੰਮ ਕਿਦਾਂ ਜਾਂ ਮੈਂ ਕਿਹਾ ਫਿਰ ਮੈਨੂੰ ਇੱਕ ਕੰਮ ਕਰਨ ਦੇ ਮੈਚ ਸ਼ੋਜ਼ ਵਾ ਲੈ ਸ਼ੁਰੂ ਕਰ ਲੈਣਾ ਸੀ ਸਤੋ ਮੈਚ ਸ਼ੋਜ਼ ਨਹੀਂ ਮੈਨੂੰ ਡਰ ਲੱਗਦਾ ਸੀ ਮੈਂ ਐਕਟਿੰਗ ਹੀ ਕਰਦੇ ਸੀ ਮੈਂ ਐਕਟਿੰਗ ਚ ਹੀ ਸੀ ਉਦੋਂ ਸ਼ੋਜ਼ ਨਹੀਂ ਸੀ ਕਿਉਂਕਿ ਸ਼ੋਜ਼ ਨਾ ਇਹ ਕੀ ਹੈਲਪ ਹੋ ਜਾਂਦੀ ਰੈਗੂਲਰ ਇਨਕਮ ਹੋ ਜਾਂਦੀ ਐਕਟਿੰਗ ਦਾ ਜਾਂ ਫਿਲਮ ਆ ਗਈ ਪੈਸੇ ਆ ਗਏ ਫਿਲਮ ਨਹੀਂ ਆਈ ਤਾਂ ਜੀ ਬਈ ਜੀ ਤੁਸੀਂ ਵਿਹਲੇ ਹੀ ਆ ਜੀ ਜੀ ਕਿਉਂਕਿ ਸਾਡਾ ਮੈਂ ਜਿਵੇਂ ਦੱਸਿਆ ਸਾਡਾ ਕਿਹੜਾ ਕੋਈ ਸਾਈਡ ਬਿਜ਼ਨਸ ਸੀਗਾ ਜਾਂ ਇਹ ਸੰਭਾਲ ਲਵਾਂ ਮੈਂ ਗੱਲੇ ਤੇ ਜਾ ਕੇ ਬਹਿ ਜਾਵਾਂ ਹਾਂ ਠੀਕ ਆ ਵੀ ਅੱਜ ਦਾ ਹਿਸਾਬ ਕਿਹਾ ਵੀ ਦੱਸੋ ਤੇ ਫਿਰ ਮੈਂ ਮਾਨਸ਼ੀ ਨੂੰ ਕਿਹਾ ਮੈਂ ਕੀ ਚੱਲ ਮੈਂ ਮੈਂ ਫਿਰ ਅੱਜ ਮੈਂ ਪਹਿਲੀ ਵਾਰੀ ਥੈਂਕਸ ਕਰਦਾ ਮੇਰੇ ਵੱਡੇ ਭਾਈ ਸੋਨੂ ਸਪੀਡ ਰਿਕਾਰਡਸ ਤੋਂ ਔਰ ਨikhil honee nikhil veera ankush eyp eyp ਤੋਂ ਹੀ ਲੈ ਪਿਆਨ ਨੂੰ ਫੋਨ ਕੀਤਾ ਮੈਂ ਮੈਂ ਕਿਹਾ ਭਾਜੀ ਮੈਨੂੰ ਸਮਝ ਨਹੀਂ ਆ ਰਹੀ ਔਰ ਮੈਂ ਕੀ ਕਰਾਂ ਪਹਿਲੀ ਵਾਰੀ ਕਿਸੇ ਨੂੰ ਫੋਨ ਕੀਤਾ ਇਦਾਂ ਵਾਹ ਜੀ ਵਾਹ ਮੈਨੂੰ ਕੰਮ ਚਾਹੀਦਾ ਮੈਂ ਕਿਹਾ ਭਾਜੀ ਮੈਂ ਕੰਮ ਕਰਨਾ ਚਾਹੁੰਦਾ ਬਟ ਕਿ ਰਾ ਨਹੀਂ ਸਮਝ ਆ ਰਿਹਾ ਕੀ ਕਰਾਂ ਮੈਂ ਸੋਨ ਭਾਜੀ ਕਹਿੰਦੇ ਨikhil veera ਕਹਿੰਦਾ ਭਾਜੀ ਆਪਾਂ ਕੱਲ ਮਿਲਦੇ ਫਿਰ ਅਸੀਂ ਮਿਲੇ ਇੱਕ ਦੋ ਦਿਨਾਂ ਗੱਲ ਹੋਈ ਉਹ ਪਿਆਰ ਹੀ ਹੁੰਦਾ ਭਾਈ ਉਹ ਪੈ ਗਿਆ ਬਸ ਫਿਰ ਉਸ ਤੋਂ ਬਾਅਦ ਕਿਰਪਾਈ ਉਹ ਉਹ ਜੁੜੇ ਸੀ ਸਟਾਰਸ ਜਿਹੜੇ ਜੁੜ ਜਾਂਦੇ ਨੇ ਨਾ ਫਿਰ ਸ਼ੋਅ ਸ਼ੁਰੂ ਹੋ ਗਏ ਹੁਣ ਫਿਰ ਹੁਣ ਸ਼ੋਅ ਤਾਂ ਬਾਈ ਕਿੰਨੇ ਸ਼ੋਅ ਲਾਏ ਮਹੀਨੇ ਸਭ ਤੋਂ ਜ਼ਿਆਦਾ ਮੈਂ ਵੀ ਬਈ ਚਾਹੁੰਦਾ ਤੁਹਾਡਾ ਤਮਾਜਮਾ ਦਿਖਦਾ ਘੱਟ ਆ ਸੋਸ਼ਲ ਮੀਡੀਆ ਦੇ ਪਰ ਤੇ ਅੰਦਰੋਂ ਅੰਦਰੋਂ ਦੀ ਸ਼ੋਅ ਬਹੁਤ ਲਾਨੇ ਹੋ ਹਾਂ ਮੈਂ 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 ਨਾ ਸੋਸ਼ਲ ਮੀਡੀਆ ਲਈ ਬਣਿਆ ਮਤਲਬ ਬਣਿਆ ਆ ਬਟ ਬਹੁਤ ਮੇਰ ਮੇਰ ਤੋਂ ਨਾ ਹਰ ਚੀਜ਼ ਨਹੀਂ ਪੋਸਟ ਹੋ ਪਾਂਦੀ ਜੇ ਮੈਨੂੰ ਲੱਗੂਗਾ ਜਦੋਂ ਮੈਂ ਗਾਣੇ ਗੁਣੇ ਪਿੱਛੇ ਜੇ ਗਾਉਂਦਾ ਹੁੰਦਾ ਸੀ ਰੀਕ੍ਰੀਏਟ ਕਰਦਾ ਹੁੰਦਾ ਸੀ ਉਹ ਮੇਰੀ ਰੂਹ ਦੀ ਖੁਰਾਕ ਸੀਗੀ ਉਹ ਮੈਨੂੰ ਲੱਗਦਾ ਕਿ ਯਾਰ ਹਾਂ ਇਹਨੂੰ ਮੈਂ ਵੀ ਇੰਜੋਏ ਕਰ ਰਿਹਾ ਔਰ ਇਹਨੂੰ ਮੇਰੀ ਆਡੀਅੰਸ ਯਾ ਜਿਹੜੇ ਮੇਰੇ ਫਾਲੋਅਰਸ ਆ ਉਹ ਵੀ ਇੰਜੋਏ ਕਰਨਗੇ ਜਿੰਨਾ ਚ ਇੱਕ ਜਿਹੜੀ ਚੀ enjoy ਨਾ ਕਰ ਪਾਵਾਂ ਮੈਂ ਜਾਂ ਮੈਨੂੰ ਸਮਝ ਨਾ ਆਵੇ ਨਾ ਕਿ ਇਹ ਪਾਉਣਾ ਚਾਹੀਦਾ ਨਹੀਂ ਪਾਉਣਾ ਮੈਂ ਪਾਉਂਦਾ ਨਹੀਂ ਬਹੁਤ ਘੱਟ ਮਤਲਬ ਸੁਸਤ ਐ ਇਨ ਐਮਪਲ ਸੈਂਸ ਸੋਸ਼ਲ ਮੀਡੀਆ ਤਾਂ ਸੁਸਤ ਤਾਂ ਮੈਂ ਕਹਿੰਦਾ ਬਈ ਪਤਾ ਨਹੀਂ ਮੈਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਨਹੀਂ ਪਰ ਮੈਂ ਫਿਰ ਵੀ ਪੁੱਛਣਾ ਚਾਹਨਾ ਕਿ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਕੰਮ ਮੰਗਣ ਕਿਉਂ ਜਾਣਾ ਪਿਆ ਐਜ਼ ਤੁਹਾਡੀ ਆਡੀਅנס ਜੇ ਮੈਂ ਰਿਵਿਊ ਦਵਾਂ ਤਾਂ ਯਾਰ ਨਮੁੱਲੇ ਚ ਮੈਂ ਮਤਲਬ ਮੇਰੀ ਫੇਵਰਿਟ ਮੂਵੀ ਸੀ ਤੇ ਕੈਰੇਕਟਰ ਤੁਸੀਂ ਸੀ ਇੰਨੀ ਕੈਂਟ ਇੰਨਾ ਹੱਸਾ ਹਾਸਾ ਖੇਡਾ ਆਪਣੇ ਆਪ ਨੂੰ ਕਨੈਕਟ ਕਰਨਾ ਪਰ ਫਿਰ ਵੀ ਤੁਹਾਨੂੰ ਮਾਰਕੀਟ ਚ ਉਸ ਤੋਂ ਬਾਅਦ ਫਿਲ ਅਛਾ ਇਹ ਗੱਲ ਦੱਸਦਾ ਇਹ ਵੀ ਮੈਨੂੰ ਇੱਕਦਮ ਯਾਦ ਆ ਗਿਆ ਹੁਣ ਯਾਰ ਨੂੰ ਮੁੰਲੇ ਹਿੱਟ ਹੋ ਗਈ ਠੀਕ ਆ ਤੇ ਸਾਨੂੰ ਪ੍ਰੀਮੀਅਰ ਤੇ ਕਹਿਣ ਲੱਪੇ ਲੋ ਕਿ ਲੈ ਹੁਣ ਤਾਂ ਚੜੀਆਂ ਲਾ ਜਾਣੀਆਂ ਫਿਲਮਾਂ ਦੀਆਂ ਹਰੀਸ਼ ਤੇ ਮੈਂ ਪੂਰਾ ਮੇਰਾ ਹਰੀਸ਼ ਦੀ ਬੌਂਡਿੰਗ ਬਹੁਤ ਟੱਚਡ ਸ਼ੁਰੂ ਤੋਂ ਹੀ ਆ ਪਿਆਰ ਆ ਵੀਰੇ ਦਾ ਤੇ ਅਸੀਂ ਤਾਂ ਬੜੇ ਚਾ ਮੈਂ ਕਿਹਾ ਲੈ ਵੀ ਹੁਣ ਤਾਂ ਬੱਲੇ ਬੱਲੇ ਹੋ ਗਈ ਮਹੀਨਾ ਹੋ ਗਿਆ ਕੋਈ ਫੋਨ ਹੀ ਨਹੀਂ ਆਇਆ ਹੈ ਯਾਰ ਨੂੰ ਮੁੰਲੇ ਤੋਂ ਬਾਅਦ ਵੀ ਮੈਂ ਹਰੀਸ਼ ਨੂੰ ਫਰੀਜ ਬੰਬੇ ਸੀਗਾ ਮੇਰਾ ਮੈਂ ਫੋਨ ਬੈਠਿਆ ਕੋਈ ਫੋਨ ਫੋਨ ਆਇਆ ਫਿਲੋਂ ਤਾਂ ਨਹੀਂ ਯਾਰ ਮੈਂ ਕਿਹਾ ਮਿੰਨੂ ਵੀ ਨਹੀਂ ਆਇਆ ਤੇ ਮੈਂ ਮੈਂ ਸੋਚਣ ਲੱਪਿਆ ਮੈਂ ਕਿਹਾ ਯਾਰ ਸਾਲਾ ਫਿਲਮ ਇਨੀ ਢ ਹੋ ਗਈ ਇਹ ਪ੍ਰੋਬਲਮ ਕੀ ਹੋ ਗਈ ਜ਼ਿੰਦਗੀ ਚ ਪਤਾ ਨਹੀਂ ਕੀ ਹੋ ਰਿਹਾ ਹਨਾ ਉਹ ਵੀ ਹਰੀਸ਼ ਵੀ ਸਾਨੂੰ ਸਮਝ ਹੀ ਨਹੀਂ ਸਾਰੀ ਕਿ ਇਹ ਕਾਤੋਂ ਹੋ ਰਿਹਾ ਕੀ ਹੋ ਗਈ ਪ੍ਰੋਬਲਮ ਬਟ ਫਿਰ ਉਸ ਤੋਂ ਬਾਅਦ 2 ਕੁ ਮਹੀਨੇ ਬਾਅਦ ਪਲਾ ਹੋਵੇ ਸਾਗਰ ਭਾਜੀ ਦਾ ਬੁਰਾ ਫਿਲਮ ਆ ਗਈ ਸੀ ਪੰਗੜੇ ਵਾਲੀ ਉਸ ਤੋਂ ਬਾਅਦ ਬਟ ਹਾਂ ਜਿਵੇਂ ਤੁਸੀਂ ਮੈਂ ਮੈਨੂੰ ਵੀ ਰਿਗਰਟ ਆ ਕਿ ਮੈਂ ਉਸ ਮਾਰਕ ਦਾ ਕੰਮ ਨਹੀਂ ਕਰ ਪਾਇਆ ਅਪ ਟੂ ਦਾ ਮਾਰਕ ਜਿੱਦਾਂ ਦਾ ਮੈਂ ਕਰ ਸਕਦਾ ਸੀਗਾ ਉਹ ਮੇਬੀ ਉਹ ਟਾਈਮ ਉਹਦਾ ਦਾ ਸੀਗਾ ਜਾਂ ਮੈਨੂੰ ਲੱਗ ਕਿਸ ਇਹ ਚ ਮੇਰੀ ਮੇਰੇ ਚ ਹੀ ਕਮੀ ਹੋਣੀ ਹੈ ਜੇ ਡਾਇਰੈਕਟਰਸ ਨੂੰ ਜਾਂ ਪ੍ਰੋਡਿਊਸਰਸ ਨੂੰ ਲੱਗਾ ਹੀ ਨਹੀਂ ਕਿ ਇਹਨੂੰ ਲੈਣਾ ਚਾਹੀਦਾ ਹਨਾ ਤੇ ਉਹ ਉਹੀ ਮੈਂ ਕੋਸ਼ਿਸ਼ ਕਰੀ ਜਾਂਦਾ ਹਜੇ ਤੱਕ ਕਿ ਆਪਣੇ ਆਪ ਨੂੰ ਇੰਪਰੂਵ ਕਰਾਂ ਡੇ ਬਾਈ ਡੇ ਜਦੋਂ ਉਹਨਾਂ ਨੂੰ ਲੱਗੂਗਾ ਆਪ ਹੀ ਬੁਲਾ ਲੂਗੇ ਕਿਉਂਕਿ ਮੈਂ ਜਿਵੇਂ ਦੱਸਿਆ ਮੇਰੀ ਨੇਚਰ ਕੰਮ ਮੰਗਣ ਵਾਲੀ ਹੈਗੀ ਆ ਪਰ ਚਾਪਲੂਸੀ ਵਾਲੀ ਨਹੀਂ ਜੀ ਉਹ ਚਲਦੀ ਹੈ ਇੰਡਸਟਰੀ 'ਚ ਵਿਰੇ ਕਿੱਥੇ ਨਹੀਂ ਚਲਦੀ ਇਹ ਤਾਂ ਜਿਹੜਾ ਬੰਨਾ ਕਹੂਗਾ ਨਾ ਨਹੀਂ ਚਲਦੀ ਉਹ ਤਾਂ ਝੂਠਾ ਹੀ ਆ ਓਨੈਸਟਲੀ ਹਰ ਫੀਲਡ ਚ ਚਲਦੀ ਬ੍ਰੋ ਉਹ ਸਿਰਫ ਐਕਟਿੰਗ ਚ ਨਹੀਂ ਉਹ ਸਿਰਫ ਸਿੰਗਿੰਗ ਚ ਨਹੀਂ ਉਹ ਇੱਕ ਆਫਿਸ ਚ ਵੀ ਇੱਕ ਸੀਨੀਅਰ ਨੂੰ ਜੂਨੀਅਰ ਮਸਕੇ ਲਾਉਂਦੇ ਲਾਉਂਦਾ ਬਿਲਕੁਲ ਬਿਲਕੁਲ ਹਾਂ ਬਿਲਕੁਲ ਬਿਲਕੁਲ ਇਹ ਹਿਊਮਨ ਨੇਚਰ ਆ ਬਟ ਕਈਆਂ ਕਈ ਕਰ ਪਾਉਂਦੇ ਕਈ ਨਹੀਂ ਕਰ ਪਾਉਂਦੇ ਮੇਰੇ ਤੋਂ ਨਹੀਂ ਹੁੰਦਾ ਮੈਨੇਕ ਮੱਸੇ ਬਈ ਹੁਣ ਵੀ ਤੁਹਾਡੀ ਫਿਲਮ ਆ ਰਹੀ ਹੈ ਮੁਬਾਰਕ ਬਾਤ ਰੌਕਸਟਾਰ थैंक यू ਫਾਈਨਲੀ ਫਾਈਨਲੀ ਉਹਦੇ ਬਾਰੇ ਕੁਝ ਦੱਸੋ ਬਈ ਫਿਲਮ ਬਾਰੇ ਕਦੋਂ ਲਾਂਚ ਹੋ ਰਹੀ ਹੈ ਬਸ 12 ਤਰੀਕ ਨੂੰ ਆਜੀ ਲੋੜੀ ਤੋਂ ਇੱਕ ਦਿਨ ਪਹਿਲਾਂ ਇਹ ਕਿੱਦਾਂ ਮਿਲਦੀ ਫਿਲਮ ਤੁਹਾਨੂੰ ਇਹ ਬਸ ਘਰੇ ਇਦਾਂ ਹੀ ਬਸ ਇਦਾਂ ਹੀ ਫੋਨ ਕੱਢ ਲਈ ਤੇ ਮਿਲੀ ਤਾਂ ਫੋਨ ਆਇਆ ਇਦਾਂ ਹੀ ਫੋਨ ਆ ਜਾਂਦਾ ਇਦਾਂ ਹੀ ਉਹੀ ਆ ਜੇ ਮੈਂ ਜਿਵੇਂ ਦੱਸਿਆ ਨਾ ਮੇਰੇ ਤੋਂ ਰਿਲੇਸ਼ਨਸ ਤਾਂ ਬਣਾ ਲੈਣਾ ਮੈਂ ਬਟ ਉਹ ਵਾਲਾ ਸਿਸਟਮ ਨਹੀਂ ਹੋਵਦਾ ਕਿ ਰਿਲੇਸ਼ਨ ਬਣਾ ਕੇ ਕੰਮ ਨਹੀਂ ਮੈਂ ਰਹਿ ਸਕਦਾ ਕਮ ਮੇਰੀ ਮਿਹਨਤ ਜੇ ਮੇਰਾ ਡਿਸਰਵ ਕਰਦਾ ਹਾਂਗਾ ਮੈਨੂੰ ਮਿਲ ਹੀ ਜਾਣਾ ਔਰ ਮੈਂ ਕਰ ਲੂੰਗਾ ਜੇ ਡਿਸਰਵਿੰਗ ਨਹੀਂ ਆ ਕੋਈ ਗੱਲ ਨਹੀਂ ਮੈਂ ਹੋਰ ਮਿਹਨਤ ਕਰੂੰਗਾ ਮੈਂ ਕਰਦਾ ਰਹੂੰਗਾ ਲਾਈਫਟਾਈਮ ਕਰਦਾ ਰਹੂੰਗਾ ਹਾਂ ਪਰ ਮਿਹਨਤ ਨਹੀਂ ਛੱਡੂੰਗਾ ਇਹ ਮੇਰੀ ਜ਼ਰੂਰ ਆ ਅੱਜ ਮਿਲੇ ਕੱਲ ਮਿਲੇ ਜੁਨੀਵਰ ਨੂੰ ਤੇ ਬੈਕ ਟੂ ਮੁੰਡਾ ਰੌਕਸਟਾਰ ਇੱਦਾਂ ਹੀ ਬੈਠਾ ਸੀਗਾ ਮੈਂ ਘਰੇ ਤੇ ਸਤਿਆ ਸਰ ਸਤਿਆਜੀਤਪੁਰੀ ਜੀ ਜਿਨ੍ਹਾਂ ਨੇ ਫਿਲਮ ਬਣਾਈਆ ਉਹਨਾਂ ਦਾ ਫੋਨ ਆਇਆ ਨਹੀਂ ਸਰ ਐਕਚੁਅਲੀ ਪਹਿਲਾਂ ਆਇਆ ਸੀ ਜੈਦੇਵ ਕੁਮਾਰ ਜੀ ਜਿਹੜੇ 뮤직 ਡਾਇਰੈਕਟਰ ਨੇ ਉਹਨਾਂ ਦਾ ਫੋਨ ਆਇਆ ਕਹਿੰਦੇ ਯਾਰ ਯੂ ਵੀ ਇੱਕ ਫਿਲਮ ਹੈ ਕਰ मैं क्या सर पैसे दे रहे हो <laughs> <laughs> पैसे दौ मैं पैसे, <laughs> पैसे तो चाहिए पैसा जरूरी यूजफुल है भाजी बिल्कुल पैसे तो मैं इन्े इन्ने पैसे दसे मैं इन्ने के यार थोड़े घट कर ला ਮੈਂ ਕਿਹਾ ਚਲੋ ਸਰ ਇੱਕ ਤਾਂ ਲੈਜੈਂਡ ਬੰਦੇ ਨੇ ਫੋਨ ਜੈਦੇਵ ਕੁਮਾਰ ਜੀ ਅਸੀਂ ਉਹਨਾਂ ਦੇ ਗਾਣੇ ਸੁਣਦੇ ਆਂ ਸ਼ੁਰੂ ਤੋਂ ਗੁਰਦਾਸ ਜੀ ਨਾਲ ਕੀਤੇ ਉਹਨਾਂ ਨੇ ਡੈਡ ਨਾਲ ਕੀਤੇ ਫਿਰ ਫਿਲਮਾਂ ਪਾਣੀ ਦੀਆਂ ਛੱਲਾਂ ਫਿਰੋਜ਼ ਖਾਨ ਭਾਈ ਦੇ ਗਾਣੇ ਮੈਨੂੰ ਇਹ ਸੀ ਇੱਕ ਜ਼ਿੰਦਗੀ ਚ ਇੱਕ ਵਾਰੀ ਕੰਮ ਕਰਨਾ ਜੈਦੇਵ ਜੀ ਨਾਲ ਤੇ ਉਹਨਾਂ ਨੇ ਕਿਹਾ ਕਿ ਫਿਲਮ ਕਰੇਗਾ ਤੂੰ ਮੈਂ ਕਿਹਾ डन ਹੋ ਗਿਆ ਉਹ ਹਿੰਦੀ ਬੋਲਦੇ ਆ ਮੈਂ ਕਿਹਾ ਠੀਕ ਹੈ ਜੀ ਸਰ ਤੁਸੀਂ ਫਿਰ ਫੋਨ ਆ ਗਿਆ ਇੱਦਾਂ ਹੀ ਉਹਨਾਂ ਨੇ ਸਟੋਰੀ ਸੁਣਾਇ ਸਟੋਰੀ ਅੱਛੀ ਲੱਗੀ ਮੈਨੂੰ ਇਹ ਐਕਚੁਅਲੀ ਉਹ ਸਟੋਰੀ ਆ ਕਿ ਇੱਕ ਅਪਕਮਿੰਗ ਯਾਰ ਸਟਰਗਲਰ ਦੀ ਕਹਾਣੀ ਉਹਨੂੰ ਕੀ ਕੀ ਔਕੜਾਂ ਆ ਜਾਂ ਉਹਨੂੰ ਕੀ ਕੀ ਮੁਸ਼ਕਲਾਂ ਆਉਂਦੀਆਂ ਉਹ ਚ ਉਸ ਜਰਨੀ ਚ ਉਹਦੇ ਚ ਸਭ ਤੋਂ ਸੋਹਣੀ ਗੱਲ ਹੈ ਮੈਂ ਟ੍ਰੇਲਰ ਦੇਖਿਆ ਕਿ ਉਹਦੇ ਵਿੱਚ ਜਿਹੜਾ ਮੁੰਡਾ ਹੱਕ ਮੰਗ ਰਿਹਾ ਨਾ ਆਪਣਾ ਉਹ ਉਹੀ ਉਹੀ ਕਿ ਹੱਕ ਲੜ ਕੇ ਮੰਗਣੇ ਪੈਂਦੇ ਆ ਤੇ ਬਸ ਆਦਰ ਦੇਖੋ ਫੋਨ ਵੀ ਆ ਹੀ ਜਾਂਦਾ ਇੱਧਰ ਕੀ ਬਾਤ ਵਿੱਚ ਹੀ ਚੱਕ ਲਓ ਜੀ ਸਪੀਕਰ ਆਨ ਤੇ ਮਾਨਸੀ ਸਪੀਕਰ ਆਨ ਹੈ ਤੇ ਪੋਡਕਾਸਟ ਆਨ ਹੈ ਹਕਚਾ ਮੈਂ 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 ਇਹਨਾਂ ਨੂੰ ਨਾ ਹੁੰਦਈਆਂ ਗੱਲ ਦਸੀ ਮੈਂ ਕਿਹਾ ਮੈਨੂੰ ਮਾਨਸੀ ਦਾ ਫੋਨ ਆਇਆ ਬਾਅਦ ਤੇ ਮੈਨੂੰ ਕਹਿੰਦੀ ਸੈਂਸਿਬਲ ਰਹੋ ਉੱਥੇ ਤੁਸੀਂ ਸਪੀਕਰ ਉੱਪਰੋਂ ਕਹਿੰਦੇ ਹੋ ਜੀ ਸਤਿ ਸ਼੍ਰੀ ਅਕਾਲ ਕਰ ਦੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੈਣਾ ਕਿਵੇਂ ਹੋ ਜੀ ਬਿਲਕੁਲ ਠੀਕ ਪੌਡਕਾਸਟ ਹੋ ਗਿਆ 40 ਮਿੰਟ ਦਾ ਤੁਹਾਡੀਆਂ ਤਾਰੀਫਾਂ ਚੱਲ ਰਹੀਆਂ ਜੀ ਹੁਣ ਤੱਕ ਤਾਂ oh my god ਦੇਖ ਲਓ ਪੌਡਕਾਸਟ ਵੀ ਸਾਡੇ ਬੰਦੇ ਨੇ ਤੁਹਾਡਾ ਫੋਨ ਚੱਕ ਲਿਆ ਇਤੋਂ پتہ ਲੱਗਦਾ ਕਿ ਕਿੰਨੀ ਮੁਹੱਬਤ ਹੈ ਕਿੰਨੀ ਇੱਜ਼ਤ ਨਹੀਂ ਨਹੀਂ ਮੈਂ ਤੁਹਾਡੇ ਪੌਡਕਾਸਟ ਦੇਖਦੇ ਰਹਿਣੀ ਹਮੇਸ਼ਾ ਤਾਂ ਵੈਨਰ ਇਸ ਗ ਜੀ ਦੱਸਦਾ ਕੋਈ ਯਾਰਾ ਕੋਈ ਇਤਹਾਦੀ ਗੱਲ ਦਾ ਹੋ ਰਿਹਾ ਤੇ ਦੂਜੇ ਗੈਸਟ ਨੋਟ ਕਰ ਲਓ ਸਾਡੇ ਪੋਡਕਾਸਟ ਲਈ ਪਲੀਜ਼ ਦੀਦੀ ਤੁਸੀਂ ਵੀ ਮੌਕਾ ਬਣਾਓ ਜੀ ਬਟ ਆਈ نو ਹੀ ਇਜ਼ ਮੋਰ ਸੈਂਸਿਬਲ ਦੈਨ ਮੀ ਬਟ ਸਟਿਲ ਲੈ ਕੇ ਚਲੋ ਕਿਆ ਬਾਤ ਹਾਂਜੀ ਹਾਂਜੀ ਕੋਈ ਜ਼ਰੂਰੀ ਗੱਲ ਤਾਂ ਨਹੀਂ ਸੀ ਜਿਹੜੀ ਗੱਲ ਦੀ ਫੋਨ ਕੀਤਾ ਉਹ ਨੋਰਮੈਂ ਬੰਦ ਕਰਤਾ ਸਪੀਕਰ ਹੁਣ ਤੂੰ ਬੋਲ ਸਕਦੇ ਆ ਕੀ ਕਰ ਦੇਣਾ ਸੀ ਅੱਛਾ ਕਹਿੰਦੀ ਹੋਰੀ ਜਾ ਕੇ ਆ ਦੋ fastag 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 ਨਹੀਂ ਗੱਡੀਆਂ ਤੇ ਲੱਗ ਜਾਂਦਾ ਕਹਿੰਦੀ ਉਹ ਰੀਚਾਰਜ ਕਰ ਦੋ ਓਕੇ ਮੈਨੂੰ ਕਹਿ ਰਹੇ ਹੋ ਮੈਂ ਵਿੱਚ ਹੀ ਕਰੂੰਗਾ ਮੁੱਕ ਗਿਆ ਨਹੀਂ ਨਹੀਂ ਕੋਈ ਨਹੀਂ ਉਹਨਾਂ ਨੂੰ ਕੈਸ਼ ਦੇ ਦੋ ਹੁਣ ਥੋੜੀ ਦੇਰ ਲਈ ਆਪਣਾ ਫਿਲਮ ਚ ਕਮਾ ਲੈਣੇ ਕੋਈ ਗੱਲ ਨਹੀਂ ਪਰ ਮੈਂ ਮੈਂ ਉਹਨਾਂ ਤੋਂ ਪੂਰੇ ਲੈ ਲੂੰਗਾ ਪਰਚੀ ਬਸ ਮੈਨੂੰ ਭੇਜ ਦੇ ਮੈਂ ਫਿਲਮ ਵਾਲਾ ਲੈ ਲੂੰਗਾ ਚੰਗਾ ਬਾਈ ਲਵ ਯੂ ਬਾਈ ਬਹੁਤ ਕੈਂਟ ਇਨਸਾਨ ਹੋ ਬਾਈ ਤੁਸੀਂ ਥੈਂਕ ਯੂ ਵੀਰੇ ਮੈਂ ਪੋਡਕਾਸਟ ਤੋਂ ਪਹਿਲਾਂ ਤੁਹਾਡੇ ਨਾਲ ਤਾਂ ਨਹੀਂ ਬੈਠਾ ਕਿਉਂਕਿ ਜੇ ਸਾਰੀਆਂ ਗੱਲਾਂ ਉਦੋਂ ਨਿਕਲ ਜਾਂਦੀਆਂ ਨੇ ਫਿਰ ਇੱਥੇ ਨਹੀਂ ਨਿਕਲ ਫਿਰ ਉਹ ਮਜ਼ਾ ਵੀ ਨਹੀਂ ਸੋਣਾ ਫਿਰ ਬਹੁਤ ਵਾਈ ਬਹੁਤ ਕੈਂਟ ਤੁਹਾਡੀ ਮੈਨੂੰ ਮੈਨੂੰ ਵੀ ਇਹੀ ਹੁੰਦਾ ਕਿ ਜਦੋਂ ਵੀ ਇੰਟਰਵਿਊ ਹੁੰਦੀ ਹੈ ਉਹ ਕਹਿੰਦੇ ਡਿਸਕਸ ਕਰ ਲਈ ਮੈਂ ਕਹਾ ਨਹੀਂ ਯਾਰ ਡਿਸਕਸ ਰਹਿਣ ਦੋ ਫਿਰ ਮਜ਼ਾ ਨਹੀਂ ਉਹ ਫਿਰ ਬੜੀਆਂ ਆਪਣੀਆਂ ਅੰਦਰ ਥਾਟ ਚੱਲੀ ਜਾਊਗਾ ਜੋ ਸਪੌਂਟੇਨियसਲੀ ਆਉਣੀਆਂ ਉਹ ਫਿਰ ਦੇ ਲੋ ਥੋੜੇ ਪੋਡਕਾਸਟ ਸਾਡੇ ਪਲਾਨਡ ਵੀ ਹੁੰਦੇ ਨੇ ਬਟ ਦਿਸ ਇਜ਼ ਟੋਟਲੀ ਅਨਲੈਂਡ ਅੱਛਾ ਬੜਾ ਮਜ਼ਾ ਆ ਰਿਹਾ ਹੈ ਕਿ ਖੁੱਲ ਕੇ ਗੱਲਬਾਤ ਮੈਨੂੰ ਆਪ ਐਕਚੁਅਲੀ ਸੱਚੀ ਬਹੁਤ ਮਜ਼ਾ ਆ ਰਿਹਾ ਹੈ ਥੈਂਕ ਯੂ ਕਿ ਅਸੀਂ ਇੱਕ ਪ੍ਰਾਣ ਆਵੜੇ ਬੈਠੇ ਆਂ ਔਰ ਤਜਰਬਾ ਸਿੱਖ ਰਹੇ ਆਂ ਫਿਲਮ ਬਾਰੇ ਤੁਸੀਂ ਦੱਸ ਰਹੇ ਸੀਗੇ ਤੇ ਵਿੱਚ ਹੀ ਮਾਨਸੀ ਜੀ ਨੇ ਫਾਸਟ ਟੈਗ ਲਿਆਂਦਾ ਹਾਂ ਤੇ ਉਹ ਉਹੀ ਆ ਕਿ ਹੱਕ ਦੀ ਲੜਾਈ ਲੜਨ ਵਾਲਾ ਮੁੰਡਾ ਆ ਮਿਹਨਤੀ ਮੁੰਡਾ ਆ ਕੰਮ ਕਰਦਾ ਹੱਕ ਲਾਲ ਦੀ ਖਾਂਦਾ ਆ ਬਟ ਉਹਨਾਂ ਕੁਝ ੱਤਕਾ ਹੋ ਜਾਂਦਾ ਉਹ ਫਿਰ ਆਪਣੇ ਦੂਜੇ ਅਵਤਾਰ ਚ ਆ ਜਾਂਦਾ ਫਿਰ ਜਿਹੜਾ ੱਤਕੇ ਤੋਂ ਬਾਅਦ ਆਉਂਦਾ ਬੰਦਾ ਵਾਸੋ ਉਹ ਕਹਾਣੀ ਆ ਉਹਦੀ ਸਟਰਗਲ ਆ ਉਹ ਆਪਣਾ ਅਚੀਵ ਕਰ ਪੰਦਰਾ ਗੋਲ ਨਹੀਂ ਕਰ ਪੰਦਾ ਉਹਦਾ ਪਾਰਟ 2 ਬਣੂਗਾ ਨਹੀਂ ਬਣੂਗਾ ਟਰੇਲਰ ਤਾਂ ਬਹੁਤ ਜ਼ਬਰਦਸਤ ਆ ਔਰ ਮੈਨੂੰ ਉਮੀਦ ਕਰਦਾ ਕਿ ਫਿਲਮ ਵੀ ਬਹੁਤ ਜ਼ਬਰਦਸਤ ਹੋਏਗੀ ਤੇ ਮੈਂ ਇਹ ਪੁੱਛਣਾ ਚਾਹਨਾ ਕਿ ਅਸਲ ਜ਼ਿੰਦਗੀ ਦੇ ਵਿੱਚ ਵੀ ਕਦੀ ਹੋਇਆ ਬਈ ਤੁਹਾਨੂੰ ਫੀਲ ਕੀ ਯਾਰ ਇੱਥੇ ੱਤਕਾ ਹੋ ਰਿਹਾ ਸਮਾਜ ਦੇ ਵਿੱਚ ਜਾਂ ਸੁਸਾਇਟੀ ਦੇ ਵਿੱਚ ਤੁਸੀਂ ਵੀ ਦੇਖਦੇ ਹੋ ਸਾਰਾ ਦਿਨ ਉਦੋਂ ਕਦੀ ਆਵਾਜ਼ ਚੱਕਣ ਦਾ ਦਿਲ ਕੀਤਾ ਕਿ ਕੰਟਰੋਲ ਕਰਕੇ ਕਿ ਛੱਡ ਯਾਰ ੱਤਕਾ ਕਿਸੇ ਵੀ ਫੀਲਡ ਦੇ ਵਿੱਚ ੱਤਕਾ ਮੇਰ मतलब ਤੱਕ ਐਜ਼ਨ ਕਿਵੇਂ ਗੈਸ ਲੈ ਸਕਦੇ ਤੱਕ ਇਹ ਸਭ ਕਿਸੇ ਸੋਸਾਇਟੀ ਦੇ ਵਿੱਚ ਜਿੱਦਾਂ ਆਪਾਂ ਦੇਖਦੇ ਕੋਈ ਨਿਊਜ਼ ਦੇਖ ਲਈ ਕਿਉਂਕਿ ਹੁੰਦਾ ਤਾਂ ਬਹੁਤ ਕੁਝ ਆ ਭਾਜੀ ਕਿਉਂਕਿ ਇੱਕ ਸੈਲੀਬ੍ਰਿਟੀ ਦੀ ਆਵਾਜ਼ ਬਹੁਤ ਵੱਡੀ ਹੁੰਦੀ ਹੈ ਜਿਦਾਂ ਉਹਨਾਂ ਪਿਛਲੇ ਸਾਲ ਚਾਹੇ ਤੁਹਾਡੀ ਕੋਈ ਵੀਡੀਓ ਵਾਇਰਲ ਹੋਈ ਸੀ ਕਿਤੇ ਕੋਈ ਹੱਥੋਂ ਭਾਈ ਹੋ ਗਈ ਤਾਂ ਉਹ ਵੀਡੀਓ ਵਾਇਰਲ ਹੋ ਗਈ ਆਮ ਬੰਦੇ ਵੀ ਰੋਜ਼ ਕਿੰਨੇ ਲੜਦੇ ਨੇ ਕੋਈ ਦੇਖਦਾ ਵੀਡੀਓ ਕੋ ਵੀਡੀਓ ਪੈਂਦੀ ਸੋਸ਼ਲ ਮੀਡੀਆ ਤੇ ਇੱਕ ਸੈਲੀਬ੍ਰਿਟੀ ਬੰਦੇ ਦੀ ਚੇਕ ਮਾਰੀ ਵੀ ਚੱਲਦੀ ਹੈ ਹਾਂ ਤਾਂ ਤੁਹਾਡਾ ਕਦੀ ਹੋਇਆ ਜਦੋਂ ਮਨ ਬਣਿਆ ਯਾਰ ਇਹਦੇ ਲਈ ਖੜ ਜੀਏ ਜੇ ਖੜ ਗਏ ਤਾਂ ਮੁੱਦਾ ਬਣ ਸਕਦਾ ਨਹੀਂ ਦੇਖੋ ਮੈਨੂੰ ਮੈਨੂੰ ਹੁਣ ਐਗਜ਼ੈਕਟਲੀ ਉਹ ਵੀ ਨਹੀਂ ਦਿਮਾਗ ਚਾਰਾ ਕਿ ਤੱਕਾ ਕਿੰਨੂੰ ਕਹਿ ਸਕਦੇ ਆ ਕਿਉਂਕਿ ਬਹੁਤ ਤਰੀਕੇ ਨਾਲ ਹੋ ਜਾਂਦਾ ਕੰਮ ਖਰਾਬ ਹਨਾ ਕਦੀ ਤੱਕੇ ਹੁੰਦਾ ਕਿ ਆ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਕਿ ਸਮਝਦੇ ਤੁਸੀਂ ਕਿ ਆਪਣੇ ਤੋਂ ਛੋਟਾ ਜਿਹੜਾ ਸਪੈਸ਼ਲੀ ਹੁਣ ਮੈਂ ਇੱਕ ਤੁਹਾਨੂੰ ਐਗਜ਼ੈਂਪਲ ਦਿਨਾ ਸਾਡੀ ਫਿਲਮ ਦਾ ਹੀ ਆ ਮੈਂ ਸੌਰੀ ਉਹ ਨਾਮ ਤੇ ਉਹ ਨਹੀਂ ਦੱਸੂਗਾ ਉਹ ਕਰਦੇ ਕੀ ਆ ਇਸੀ ਫਿਲਮ ਚ ਉਹਦਾ ਬਹੁਤ ਇੰਪੋਰਟੈਂਟ ਰੋਲ ਆ ਇਸ ਫਿਲਮ ਚ ਬਟ ਉਹਨੂੰ ਸਮ ਹਾਉ ਆਈ ਡੋਨੋ ਅਸੀਂ ਨਾ ਮਿਸ ਕਰ ਪਾਇ ਮਿਸ ਕਰਤਾ ਸਾਡੀ ਟੀਮ ਨੇ ਪ੍ਰੋਮੋਸ਼ਨਸ ਚ ਮੈਂ ਕਹਾਂ ਮੈਂ ਕਹਾਂ ਯਾਰ ਐ ਨਾ ਕਰੋ ਯਾਰ ਵਾਹ ਜੀ ਵਾਹ ਜਿਹਦਾ ਹੱਕ ਆ ਯਾਰ ਉਹਨੂੰ ਨਾਲ ਰੱਖੋ ਪਲੀਜ਼ ਇਹ ਇਦਾਂ ਦੀ ਚੀਜ਼ਾਂ ਨੂੰ ਮੈਂ ਖੜਦਾ ਹੀ ਰਹਿਣਾ ਬਹੁਤ ਵਧੀਆ ਚੀਜ਼ ਹੈ ਕਿਉਂਕਿ ਮੈਂ ਕਿਹਾ ਸਾਨੂੰ ਤਾਂ ਯਾਰ ਸਾਰੇ ਜਾਣਦੇ ਆ ਸਾਡਾ ਤਾਂ ਪਤਾ ਆ ਅੱਜ ਨਹੀਂ ਕੱਲ ਗਾਣਾ ਆ ਜਾਣਾ ਰੀਲ ਚੱਲ ਜਾਣੀ ਵਾਸੀ ਇੰਸਟਾਗ੍ਰਾਮ ਤੇ ਪਾ ਲੈਣਾ ਕੁਝ ਵੀ ਮੈਂ ਕਿਹਾ ਉਹਦਾ ਤਾਂ ਟਾਈਮ ਆ ਯਾਰ ਵਾਹ ਜੀ ਵਾਹ ਲੈਟ ਹਿਮ ਉਹ ਉਨੂੰ ਤਾਂ ਇੱਕ ਥੋੜਾ ਪੁਸ਼ ਮਿਲੇ ਅਗਲੇ ਨੂੰ ਅਗਲੇ ਦਾ ਪਹਿਲਾ ਕੰਮ ਆ ਇਦਾਂ ਨਾ ਕਰੋ ਤੇ ਫਿਰ ਉਹ ਥੋੜਾ ਜਿਹਾ ਇਦਾਂ ਦੇ ਧੱਕਿਆਂ ਤੇ ਮੈਂ ਖੜੀ ਜਾਂਦਾ ਹਾਂ ਪਰ ਇਦਾਂ ਹੁੰਦਾ ਨਹੀਂ ਇੰਡਸਟਰੀ ਦੇ ਵਿੱਚ ਵੱਡਾ ਸਟਾਰ ਕਿਸੇ ਹੋਰ ਨੂੰ ਅੱਗੇ ਨਹੀਂ ਆਉਂਦਾ ਪਤਾ ਨਹੀਂ ਮੈਂ ਮੈਨੂੰ ਸੱਚੀ ਨਹੀਂ ਮੇਰਾ ਕਦੀ ਤੁਹਾਨੂੰ ਫੀਲ ਹੋਈ ਚੀਜ਼ ਜਿਹੜੀ ਅੱਜ ਤੁਸੀਂ ਮਹਿਸੂਸ ਕੀਤੀ ਕਿ ਉਹਨੂੰ ਅੱਗੇ ਲਿਓ ਹਾਂ ਕਦੀ ਤੁਹਾਨੂੰ ਪਿੱਛੇ ਰੱਖਿਆ ਗਿਆ ਕਨੈਕਟ ਕਰ پا ਰਹੇ ਹੋ ਮੈਂ ਤਾਂ ਹੀ ਤਾਂ ਫਿਰ ਉਹ ਕੋਈ ਆ ਸੀ ਇੱਕ ਦੋ ਇੱਕ ਦੋ ਫਿਲਮਾਂਸ ਹੋਇਆ ਬਟ ਚਲੋ ਕੋਈ ਨਹੀਂ ਉਹ ਕਹਿੰਦੇ ਨਾ ਕਿ ਮੈਂ ਬੁਰੇ ਵਕਤ ਦੇ ਵਿੱਚ ਤਾਂ ਹੀ ਕਿਸੇ ਦੀ ਬਾਹ ਫੜੀ ਕਿਉਂਕਿ ਮੈਂ ਮਹਿਸੂਸ ਕਰਦਾ ਕਿ ਜਦੋਂ ਕੋਈ ਬਾਹ ਨਹੀਂ ਫੜਦਾ ਤਾਂ ਕਿਵੇਂ ਲੱਗਦਾ ਹਾਂ ਮੈਨੂੰ ਉਦੋਂ ਉਦੋਂ ਨਾ ਮੈਂ ਦੋ ਚਾਰ ਜਗ੍ਹਾ ਤੇ ਇਦਾਂ ਪ੍ਰੋਮੋਸ਼ਨਸ ਤੇ ਵੀ ਇਦਾਂ ਹੋਇਆ ਸੀਗਾ ਕਿ ਸਸਰੀਕਾਲ ਕਰੋ ਇਹਦੀ ਕੋਈ ਕਿਸੇ ਕੋਈ ਕਿਸੇ ਦੇ ਕਰਮ ਨਹੀਂ ਖਾਂਦਾ ਇਹ ਸੁਣ ਕੇ ਅਸੀਂ ਵੱਡੇ ਬਟੋ ਮੈਨੂੰ ਮੈਂ ਫਿਰ ਸੋਚਿਆ ਮੈਂ ਕਿ ਯਾਰ ਜਦੋਂ ਮੈਂ ਥੋੜਾ ਜਿਹਾ ਠੀਕ ਹੋ ਗਿਆ ਐ ਨਹੀਂ ਕਰ ਦਿੰਦਾ ਕਿਸੇ ਨੂੰ ਕਦੀ ਨਾ ਕਰਨ ਦੂੰਗਾ ਨਾ ਕਰੂੰਗਾ ਲਾਈਫ 'ਚ ਤੋਂ ਮੈਂ ਹੁਣ ਨੀ ਔਰ ਇਵਨ ਸੈੱਟ ਤੇ ਵੀ ਜੇ ਸਪੌਟ ਬਾਈ ਹੁੰਦਾ ਜਾਂ ਜੋ ਵੀ ਲਾਈਟ ਮੈਨ ਆ ਮੈਂ ਉਹਨਾਂ ਸਾਰਿਆਂ ਨੂੰ ਇਹ ਮੈਂ ਜਿਤਾਉਣ ਦਾ ਮਾਰਾ ਨਹੀਂ ਕਰ ਰਿਹਾ ਇਹ ਗੱਲ ਚੱਲਦੀ ਆ ਮੈਂ ਹਮੇਸ਼ਾ ਉਹਨਾਂ ਨੂੰ ਕਹਿੰਦਾ ਹੁੰਦਾ ਜਿਹੜੇ ਰੂਡ ਬੋਲਦੇ ਐਕਟਰ ਜਿਹਾ ਉਹਨਾਂ ਨਾਲ ਓਏ ਤੂੰ ਮੇਰੇ ਲਈ ਨਹੀਂ ਮੈਂ ਕਹਾਂ ਯਾਰ ਇਨਸਾਨ ਹੈ ਐ ਨਾ ਕਰੋ ਯਾਰ ਪਲੀਜ਼ ਰੱਬ ਨੇ ਰੱਬ ਤਾਂ ਸਾਰਿਆਂ ਨੂੰ ਇੱਕ ਤਰ੍ਹਾਂ ਦਾ ਹੀ ਪੇਜ ਦਾ ਇੱਥੇ ਆ ਕੇ ਚੇਂਜ ਹੋ ਜਾਂਦਾ ਸਿਸਟਮ ਹਨਾ ਆਉਂਦੇ ਤਾਂ ਸਾਰੇ ਬਿਲਕੁਲ ਇੱਕੋ ਜਿਹਾ ਤੇ ਐ ਨਾ ਕਰੋ ਯਾਰ ਛੋਟਾ ਵੱਡਾ ਕੋਈ ਨਹੀਂਗਾ ਉਹਨੇ ਉਹ ਇਹ ਉਹ ਜੱਜ ਕਰੂਗਾ ਕੌਣ ਛੋਟਾ ਕੌਣ ਵੱਡਾ ਪਲੀਜ਼ ਥੋੜਾ ਔਰ ਮੈਨੂੰ ਇਹ ਚੀਜ਼ ਨਹੀਂ ਅੱਛੀ ਲੱਗਦੀ ਸਪੈਸ਼ਲੀ ਜਦੋਂ ਆਪਣੇ ਤੋਂ ਥੋੜਾ ਘੱਟ ਲੈਵਲ ਜਾਂ ਥੋੜਾ ਨਹੀਂ ਉਸ ਚੀਜ਼ ਨੂੰ ਅਫੋਰਡ ਕਰ ਸਕਦਾ ਉਹਨੂੰ ਕਦੇ ਵੀ ਬੁਰਾ ਫੀਲ ਨਾ ਕਰਾਓ ਉਹਨੂੰ ਸਭ ਤੋਂ ਜ਼ਿਆਦਾ ਆਪਣੇ ਨਾਲ ਉਹ ਵੀ ਕੈਨ ਫੀਲ ਕਰਾਉ ਫਿਰ ਉਹਦੀ ਜਿਹੜੀ ਚਿਹਰੇ ਤੇ ਮੁਸਕਾਨ ਹੁੰਦੀ ਆ ਨਾ ਪਾਜੀ ਉਹ ਮੈਂ ਕਈ ਵਾਰੀ ਦੇਖੀ ਆ ਮੈਂ ਮੈਂ ਪਾਉਂਦਾ ਨਹੀਂ ਬਟ ਮੈਂ ਬੱਚਿਆਂ ਨੂੰ ਲੈ ਕੇ ਇਦਾਂ ਦਾ ਮੈਂ ਗੱਡੀ ਚੋਂ ਆ ਜਿੱਦਾਂ ਬੱਚੇ ਮੰਗਦੇ ਆ ਕੋਈ ਵੀ ਉਹਨਾਂ ਨੂੰ ਬਿਠਾ ਕੇ ਅਸੀਂ ਗੇੜੀ-ਗੇੜੀ ਮਾਰ ਲੈਂਦਾ ਜਾਂ ਉਹਨਾਂ ਨੂੰ ਕਦੀ ਖਾਣਾ ਖਵਾ ਦਤਾ ਜਾਂ ਵਧੀਆ ਕਰਤਾ ਉਹ ਚੀਜ਼ਾਂ ਉਹ ਜਿਹੜੀ ਅੰਦਰੋਂ ਸਕੂਨ ਮਿਲਦਾ ਨਾ ਉਹਨਾਂ ਦੇ ਚਿਹਰਿਆਂ ਤੇ ਸਮਾਈਲ ਦੇਖ ਕੇ ਉਹ ਕੁਝ ਹੋਰ ਹੀ ਚੀਜ਼ ਆ ਇਸ ਪੌਡਕਾਸਟ ਦੀ ਸਭ ਤੋਂ ਘੈਂਟ ਗੱਲ ਹੈ ਤੁਹਾਡੀ ਇਹ ਕਿ ਤੁਸੀਂ ਇੰਨੇ ਗਰਾਊਂਡਡ ਹੋ ਔਰ ਹੋਣਾ ਚਾਹੀਦਾ ਸਭ ਨੂੰ ਮੈਨੂੰ ਲੱਗਦਾ ਹੋਣਾ ਚਾਹੀਦਾ ਇੱਕ ਕਾਈਂਡਨੈਸ ਤਾਂ ਇੱਕ ਚੀਜ਼ ਐਸੀ ਹੈ ਨਾ ਜਿਹੜੀ ਹਰ ਇਨਸਾਨ ਦੇ ਅੰਦਰ ਹੋਣੀ ਹੀ ਚਾਹੀਦੀ ਹੈ ਭਾਜੀ ਜਿੰ ਜਿਹੜਾ ਬੰਦਾ ਜਿੰਨੇ ਜੋਗਾ ਹੈਗਾ ਨਾ ਮੈਂ ਇਹ ਨਹੀਂ ਕਹਿੰਦਾ ਤੁਸੀਂ ਕਰੋੜ ਡੋਨੇਟ ਕਰੋ ਪਰ ਜੇ ਤੂੰ ਕਰ ਸਕਦਾ ਫਿਰ ਕਰ ਬਿਲਕੁਲ ਜੇ ਤੂੰ ਇੱਕ ਟੌਫੀ ਲੈ ਕੇ ਦੇਣ ਜੋਗਾ ਵੀ ਆ ਨਾ ਕਿਸੇ ਬੱਚੇ ਨੂੰ ਉੱਥੇ ਖੜੇ ਨੂੰ ਬਿਸਕਟ ਲੈ ਕੇ ਦੇਣ ਜੋਗਾ ਉਹ ਜ਼ਰੂਰ ਕਰੋ ਇੰਨਾ ਕੁ ਜ਼ਰੂਰ ਕਰੋ ਮੈਂ ਕੱਲ ਇੱਕ ਬੱਚੀ ਆਈ ਭਾਜੀ ਮੈਂ ਤੁਹਾਨੂੰ ਵੀਡੀਓ ਦਿਖਾਵਾਂਗਾ ਉਹ 14 ਸਾਲ ਦੀ ਬੱਚੀ ਹੈ ਤੇ ਉਨੇ ਨਾਲ ਸਕੂਲ ਚ ਬੇਲਪੂਰੀ ਦਾ ਸਟਾਲ ਆਇਆ ਸੀ ਬੇਲਪੂਰੀ ਦਾ ਅੱਛਾ 10-10 ਰੁਪਏ ਦੀ ਬੇਲਪੂਰੀ ਵੇਚੀ ਤੇ 430 ਰੁਪਏ ਇਕੱਠੇ ਹੋਏ ਉਹ ਲੈ ਕੇ ਆਈ ਉਹ ਲੇਟੈਸਟ ਵੀਡੀਓ ਮਨ ਲਾਉਦਾ ਆਪਣੇ ਪੋਡਕਾਸਟ ਉੱਧਾ ਘੰਟਾ ਪਹਿਲਾਂ ਹੀ ਅੱਧਾ ਘੰਟਾ ਪਹਿਲਾਂ ਹੀ ਪਾਈ ਹਾਂਜੀ ਹੁਣੀ ਦੀ ਕਿ 430 ਰੁਪਏ ਲੈ ਕੇ ਆਈ ਕਿਉਂ ਕਹਿੰਦੀ ਕਿ ਭਈਆ ਮੈਂ ਇਤਨੀ ਕਰ ਸਕਦੀ ਹਾਂ ਇਸ ਸੇ ਕਿਸੇ ਦੀ ਹੈਲਪ ਹੋ ਸਕਦੀ ਹੈ ਮੈਂ ਕਹਿੰਦਾ ਇਹਦੇ ਨਾਲ ਉਹਦੀ ਹੈਲਪ ਹੋਏ ਨਹੀਂ ਜਿਹੜੀ ਕਰੋੜਾਂ ਦੇ ਕੇ ਵੀ ਨਹੀਂ ਹੋਣੀ ਨੀਅਤ ਹਣਾ ਕਿ ਹਰ ਬੰਦਾ ਅੱਜ ਚਾਹੁੰਦਾ ਹੈ ਕਿ ਮੇਰਾ ਇੱਕ ਦਿਨ ਆਏਗਾ ਮੈਂ ਕਰੂੰਗਾ ਕਦੀ ਤੁਹਾਡੀ ਭਾਜੀ ਜ਼ਿੰਦਗੀ ਦੇ ਨਾਲ ਤ ਨਹੀਂ ਬਹੁਤ ਘੱਟ ਹੁੰਦਾ ਜਿੰਨੇ ਇੱਕ ਬਸ ਅੱਜ ਸਾਡਾ ਜਿੰਨਾ ਕਿ ਮੇਰੇ ਚ ਜੋ ਤੁਸੀਂ ਮੈਨੂੰ ਕਹੋ ਯਾਰ ਮੋਲਜੀ ਮੈਨੂੰ ਆ ਹੈਲਪ ਚਾਹੀਦੀ ਮੈਨੂੰ ਲੱਗੇ ਤੁਹਾਨੂੰ ਚਾਹੀਦੀ ਮੈਂ ਤੁਹਾਨੂੰ ਨਹੀਂ ਨੀ ਕਹੂੰਗਾ ਕਿ ਕੋਈ ਗੱਲ ਨਹੀਂ ਮੇਰੇ ਇੱਕ ਦਿਨ ਮੇਰਾ ਟਾਈਮ ਆਂਦੇ ਮੈਂ ਆ ਦਊਂਗਾ ਨਹੀਂ ਅੱਜ ਮੈਂ ਜਿੰਨੇ ਜੋਗਾ ਬਾਈ ਇੰਨੇ ਜੋਗਾ ਫਾਈਨੈਂਸ਼ਲੀ ਇੰਨੇ ਜੋਗਾ ਫਿਜ਼ੀਕਲੀ ਇੰਨੇ ਜੋਗਾ ਮੈਂਟਲੀ ਤੁਹਾਡੇ ਨਾਲ ਖੜਾ ਦੱਸੋ ਕੀ ਗੱਲ ਹੋਈ ਕਿ ਇੱਕ ਤੌਫੀਕ ਲੈ ਕੇ ਦੇਣ ਜੋਗੇ ਵੀ ਹੈਗੇ ਹੋ ਤੁਸੀਂ ਪਲੀਜ਼ ਹਰ ਇੱਕ ਦੀ ਮੀਡੀ ਬੰਦਿਆਂ ਨੇ ਤਾਂ ਜ਼ਰੂਰ ਹੈਲਪ ਕਰੋ ਤਾਂ ਕਰਕੇ ਤਾਂ ਮੈਂ ਤੁਹਾਡੀ ਬਹੁਤ ਜ਼ਿਆਦਾ ਹਾਲਾਂਕਿ ਸੌਰੀ ਮੇਰੀ ਥੋੜੀ ਨੇਚਰ ਉਹਦਾ ਦੀ ਹੈ ਇੰਟਰੋਵਰਟ ਜਾਂ ਮੈਸੇਜ ਮੂਸੇ ਜਾਂ ਫੋਨ ਨਹੀਂ ਕਰ ਹੁੰਦੇ ਮੇਰੇ ਤੋਂ ਬਟ ਉਹ ਦਿਲੋਂ ਦੁਆਵਾਂ ਹਮੇਸ਼ਾ ਹੁੰਦੀਆਂ ਨੇ ਥੈਂਕ ਯੂ ਭਾਈ ਮੈਂ ਆਲਵੇਜ਼ ਅਸੀਂ ਮਾਨਸੀ ਮੈਂ ਮੈਂ ਬਿਲਕੁਲ ਮਹਿਸੂਸ ਕਰਦਾ ਭਾਈ ਔਰ ਇਹ ਸਾਰਾ ਕੁਝ ਪਿਆਰ ਕਰਕੇ ਹੀ ਹੋ ਰਿਹਾ ਮੈਂ ਤਾਂ ਇੱਕ ਬਿਜ਼ਨਸ ਫੈਮਲੀ ਤੋਂ ਸੀਗਾ ਭਾਈ ਮੈਂ ਤਾਂ ਕਾਰੋਬਾਰ ਕਰਨਾ ਸੀ ਆਪਣਾ ਸਾਡਾ ਟੀ-ਸ਼ਰਟ ਦਾ ਕੰਮ ਹੈ ਫੈਕਟਰੀ ਸਵੈਟਸ਼ਰਟ ਦੀ اچھا ਉਹ ਜੁਆਇਨ ਕਰਨੀ ਸੀ ਕਦੋਂ ਮਾਰਾ ਨਹੀਂ ਮੇਰੇ ਕਾਲਜ ਦਾ ਲਾਸਟ ਦਿਨ ਤੇ ਮੈਂ ਫੇਰਵਲ ਮਨਾ ਰਿਹਾ ਹਾਂ ਤੇ ਸਾਡੇ ਵਰਗੇ ਮੁੰਡੇ ਨਾ ਕਾਲਜ ਪੜ੍ਹਨਾ ਹੀ ਜਾਂਦੇ ਹੁੰਦੇ ਜਿਹੜੇ ਬਿਜ਼ਨਸਮੈਨ ਦਾ ਬੇਟਾ ਹੁੰਦਾ ਨਾ ਮੇਰੇ ਵਰਗੇ ਚਲੋ ਪੜਨ ਵਾਲੇ ਵੀ ਹੋਣਗੇ ਸਾਨੂੰ ਇਹ ਉਨਾਂ ਹੀ ਫੜਾ ਵੱਡ ਡਿਗਰੀ ਲਓ ਖਾਸ ਕਰ ਮੇਰੇ ਘਰੇ ਮਾਹੌਲ ਸੀਗਾ ਕਿ ਮੇਰੀ ਮੰਮਾ ਨੇ ਸੀਗਾ ਕਿ ਮੇਰਾ ਬੇਟਾ ਪੜ੍ਹ ਲਵੇ ਕਿਉਂਕਿ ਮੇਰੇ ਪਾਪਾ ਨਹੀਂ ਪੜੇ ਚਾਚੂ ਨਹੀਂ ਪੜੇ ਉਹ 7ਵੀਂ ਪੜ੍ਹ ਕੇ ਆਪਣੇ ਕਾਰੋਬਾਰਾਂ ਚ ਪੈ ਗਏ ਓਕੇ ਮਤਲਬ ਆ ਬਿਜ਼ਨਸ ਫੈਮਿਲੀ ਜਿੱਤ ਨਹੀਂ ਹੁੰਦਾ ਹਨ ਤੇ ਉਹਨਾਂ ਸੀ ਕਿ ਫਟਾਫਟ بگੜ ਨਾ ਜਾਵੇ ਅਨਮੋਲ ਤੇ ਫਟਾਫਟ ਕੰਮ ਤੇ ਬਹਿ ਜਾਵੇ ਓਕੇ ਤੇ ਕਾਲਜ ਦਾ ਲਾਸਟ ਦਿਨ ਅਸੀਂ ਜਫੀਆਂ ਪਾ ਰਹੇ ਹਾਂ ਕਿ ਮਿਲਾਂਗੇ ਕੋਈ ਗੱਲ ਨਹੀਂ ਇੱਕ ਦਿਨ ਫੈਕਟਰੀਆਂ ਚ ਵਹਿਲੇ ਹੋ ਕੇ ਮਿਲਾਂਗੇ ਤਾਂ ਉਦੋਂ ਪਤਾ ਹੀ ਨਹੀਂ ਸੀ ਮਾਰੇ ਨੇ ਅਗਲੇ 2-3 ਦਿਨਾਂ ਚ ਕਿੱਥੋਂ ਨਹੀਂ ਪੱਥਰ ਰਖਾਤਾ ਸੋਸ਼ਲ ਵਰਕ ਦਾ ਤੇ ਕਿੱਥੇ ਪੰਚਾਇਤ ਆ ਔਰ ਤੁਸੀਂ ਬਹੁਤ ਲੱਕੀਓ ਤੁਹਾਨੂੰ ਪਤਾ ਇਹ ਹਰ ਇੱਕ ਦੇ ਹਿੱਸੇ ਨਹੀਂ ਹੁੰਦੀ ਇਹ ਚੀਜ਼ ਟਰਸਟ ਮੀ bro ਸੋਚਦੇ ਅਸੀਂ ਵੀ ਹਾਂ ਕਈ ਵਾਰੀ ਮੈਂ ਸੋਚਿਆ ਕਿ ਮੈਂ ਇਸ ਲੈਵਲ ਦਾ ਕਰਨਾ ਆ ਬਟ ਟੂ ਹੋਪ ਇਹ ਕਰਨਾ ਬਹੁਤ ਔਖਾ ਕੰਮ ਹੈ ਇਦਾਂ ਕਰਕੇ ਸਿਸਟਮ ਅਸੀਂ ਆਪਣੇ ਜੋਗਾ ਉਹਨਾਂ ਦਾ ਕਰ ਦਿੰਦੇ ਆ ਕਿ ਚੱਲਾ ਲੈ ਯਾਰ ਇਹਨਾਂ ਇਹਨਾਂ ਬਟ ਤੁਸੀਂ ਤਾਂ ਨਹੀਂ ਨਹੀਂ ਸਾਰਾ ਟੱਚ ਨਹੀਂ ਨਹੀਂ ਭਾਈ ਉਹ ਸੰਭਾਲਿਆ ਹੋਇਆ ਵੀਰੇ ਇਹ ਨਾ ਇਹ ਤੁਹਾਨੂੰ ਜਿਹੜਾ ਚੰਗਾ ਕੰਮ ਹੁੰਦਾ ਨਾ ਇਹ ਬੜਿਆਂ ਦਾ ਸੁਪਨਾ ਹੁੰਦਾ ਹਾਂ ਹੋ ਸਕਦਾ ਤੁਸੀਂ ਕੁਝ ਐਸਾ ਕੰਮ ਕਰ ਰਹੇ ਹੋਵੋਗੇ ਜਿਹੜਾ ਮੈਂ ਕਰਨਾ ਚਾਹੁੰਦਾ ਸੀ ਪਰ ਮੈਂ ਨਹੀਂ ਕਰ ਪਾਇਆ ਪਰ ਮੈਂ ਤੁਹਾਨੂੰ ਸਪੋਰਟ ਜ਼ਰੂਰ ਕਰੂੰਗਾ ਕਿ ਯਾਰ ਵੀਰੇ ਤੂੰ ਮੇਰਾ ਸੁਪਨਾ ਪੂਰਾ ਕਰ ਰਿਹਾ ਹੈਂ ਪਰ ਮੈਂ ਤੁਸੀਂ ਕਰ ਰਹੇ ਹੋ ਪਰ ਮੈਂ ਤੇਰੇ ਨਾਲ ਮੈਂ ਤੇਰੇ ਨਾਲ ਹੁਣ ਕਰੋੜਾਂ ਲੋਕ ਬਈ ਜੁੜ ਚੁੱਕੇ ਨੇ ਹੁਣੀ ਆਪਾਂ ਜਾਵਾਂਗੇ ਉਸ ਤੋਂ ਬਾਅਦ ਤੁਹਾਡਾ ਲਾਈਫ ਦਾ ਇਹ ਬੈਸਟ ਡੇ ਹੋਵੇਗਾ ਮੈਂ ਬਿਨਾਂ ਤੁਹਾਨੂੰ ਉੱਥੇ ਲੈ ਜਾਏਗਾ ਮੈਨੂੰ ਤੁਹਾਨੂੰ ਪਤਾ ਮੈਂ ਇੱਥੇ ਦੀ ਮੈਨੂੰ ਐਕਸਾਈਟਮੈਂਟ ਇੰਨੀ ਨਹੀਂ ਸੀ ਓਨੈਸਟਲੀ ਦੱਸ ਰਿਹਾ ਪੌਡਕਾਸਟ ਦੀ ਬਟ ਮੈਨੂੰ ਉੱਥੇ ਦਾ ਬਹੁਤ ਸੀਗਾ ਮੈਂ ਕਿਹਾ ਯਾਰ ਮੈਂ ਉੱਥੇ ਲਾਈਫ ਚੇਂਜਿੰਗ ਮੋਮੈਂਟ ਹੋ ਗਿਆ ਮੈਂ ਥੋੜੇ ਵੀਡੀਓਜ਼ ਦੇਖਦਾ ਰਹਿੰਦਾ ਆ ਆਬਵੀਅਸਲੀ ਔਰ ਹਮੇਸ਼ਾ ਚੰਗਾ ਮੈਂ ਕਿਹਾ ਯਾਰ ਅਸੀਂ ਯਾਰ ਦੋਸਤ ਵੀ ਬੈਠੇ ਹੋਏ ਜਾਂ ਮਾਨਸੀ ਨਾਲ ਵੀ ਮੈਂ ਕਿਹਾ ਯਾਰ ਬੰਦਾ ਕਿੰ ਮਿਹਨਤੀ ਬੰਦਾ ਦੇਖਦਾ ਸੀ ਤੁਸੀਂ ਰਾਤੀ 3 ਵਜੇ ਵੀ ਚੱਲ ਜਾਂਦੇ ਆ 4 ਵਜੇ ਹੁਣ ਚੱਲ ਜਾਂਦੇ ਆ ਉੱਠ ਕੇ ਕੁਝ ਵੀ ਕੋਈ ਨੀਂਦ ਹੀ ਬੰਦਾ ਹੋਵੇ ਇਹਦੀ ਮਦਦ ਆ ਸਾਰੇ ਆ ਜੋ ਉਹ ਤੁਹਾਡੇ ਫੋਨ ਕਾਲ ਤੇ ਪੂਰਾ ਸ਼ਹਿਰ ਇਕੱਠਾ ਹੋ ਜਾਂਦਾ ਹਨਾ ਬਈ ਮਤਲਬ ਮੇਰਾ ਸੁਪਨਾ ਹੈ ਕਿ ਮੇਰਾ ਜਜ਼ਨ ਐਂਡਲਾ ਦਿਨ ਵੀ ਹੋਊਗਾ ਨਾ ਦੁਨੀਆ ਤੇ ਉਹ ਵੀ ਸੇਵਾ ਚ ਹੀ ਲੱਗਿਆ ਹੋਵੇ ਟਿਲ ਮਾਈ ਲਾਸਟ ਬਰੀਥ ਮੈਨੂੰ ਲੱਗਦਾ ਹੈ ਕਿ ਚਲੋ ਪੋਡਕਾਸਟ ਤੁਹਾਡਾ ਹੈ ਬਈ ਮੈਂ ਆਪਣੇ ਬਾਰੇ ਨਹੀਂ 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 ਇਹ ਨਹੀਂ ਇਹੀ ਤਾਂ ਬਿਊਟੀ ਐ ਸਟਿਜ਼ ਦੀ ਆਪਾਂ ਇੱਕ ਇਹ ਇਹ ਦੁਨੀਆ ਨੂੰ ਤਾਂ ਚਲੋ ਉਹਨਾਂ ਨੂੰ ਕੋ ਸਿੱਖਣਗੇ ਬਟ ਆਪਣੀਆਂ ਜਿਹੜੀਆਂ ਗੱਲਾਂ ਹੈ ਕੋਈ ਮਿੱਠੀਆਂ ਗੀਣੀਆਂ ਥੋੜੀਆਂ ਇਹ ਤਾਂ ਦਿਲੋਂ ਹੋ ਰਹੀਆਂ ਇੰਨੀ ਸੋਹਣੀਆਂ ਚੀਜ਼ਾਂ ਹਨ ਔਰ ਆਡੀਅנס ਮੈਂ ਨਾ ਇੱਕ ਭਾਜੀ ਜਿੱਦਾਂ ਸ਼ੁਰੂ ਤੋਂ ਹੀ ਲੋਕ ਕਹਿੰਦੇ ਕਿ ਕੰਟੈਂਟ ਛੋਟਾ ਹੋ ਰਿਹਾ ਪਹਿਲਾਂ 25 ਮਿੰਟ ਦੀ ਵੀਡੀਓ ਚੱਲਦੀ ਸੀ ਫਿਰ 15 ਮਿੰਟ ਦੀ ਤੁਸੀਂ ਯਕੀਨ ਮੰਨੋ ਸੀ 2.5 ਘੰਟੇ ਦਾ ਪੋਡਕਾਸਟ ਕੀਤਾ ਪੰਜਾਬ ਚ ਟ੍ਰੈਂਡਿੰਗ ਚੱਲਿਆ ਸਾਢੇ 6 ਲੱਖ ਵਿਊ ਟੱਪ ਗਿਆ 2.5 ਘੰਟੇ ਦਾ ਪੋਡਕਾਸਟ ਮੈਂ ਕਰਨ ਤੇ ਲਈ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਟਾਈਮ ਕਿੰਨਾ ਹੋ ਰਿਹਾ ਪਰ ਆਡੀਅன்ஸ் ਜਦੋਂ ਸੁਣਨ ਪੈਂਦੀ ਉਹ ਹੱਸਦੀ ਆ ਨਾਲ ਨਾਲ ਰਿਲੇਟ ਕਰਦੀ ਹੈ ਰਿਲੇਟ ਕਰਦੀ ਹੈ ਔਰ ਲੋਕ ਵਾਕਈ ਸ਼ਿਫਟ ਹੋ ਰਹੇ ਨੇ ਪਹਿਲਾਂ ਦੇਖਿਆ ਰੀਲਸ ਚੱਲ ਪਈਆਂ ਕਿ 30 ਸੈਕਿੰਡ ਚ ਤੁਸੀਂ ਐਂਟਰਟੇਨ ਕਰਨਾ ਨਹੀਂ ਕੀਤਾ ਉਹ ਗਾਣਾ ਹੀ ਉੱਪਰ ਰਹਿ ਗਿਆ ਸੀਗਾ ਤੇ ਲੋ 30 ਸੈਕਿੰਡ ਉੱਪਰ 30 ਸੈਕਿੰਡ ਉੱਪਰ ਹੁਣ 2-2 ਘੰਟੇ ਦੇ 1.5 ਘੰਟੇ ਦੇ ਪੋਡਕਾਸਟ ਟ੍ਰੈਂਡਿੰਗ ਚ ਸੁਪਨਾ ਵੀ ਨਹੀਂ ਲੱ ਦਿੱਤਾ ਸੀ ਇਟ ਮੀਨਸ ਕਿ ਲੋਕ ਲੋਕ ਕਿ ਨਾ ਐਕਚੁਅਲੀ 네ਗੇਟਿਵਿਟੀ ਬਹੁਤ ਐਲੀ ਹੋਈ ਆ ਬਹੁਤ ਸਹੀ ਗੱਲ ਆ ਬਈ ਲੋਕ ਕਿ ਪੋਜ਼ਿਟਿਵ ਹੋਣਾ ਸੋਸ਼ਲ ਮੀਡੀਆ ਨੇ ਇੰਨੀ ਫਾਸ ਲਾਈਫ ਕਰਤੀ ਆ ਇੰਨਾ ਇੰਪੇਸ਼ੀਐਂਟ ਕਰਤਾ ਨਾ ਲੋਕਾਂ ਨੂੰ ਜਿੱਦਾਂ ਹੁਣ ਗਾਣਾ ਹੀ 10 ਤੋਂ 20 ਸਕਿੰਡ ਦਾ ਰਹਿ ਗਿਆ ਉਹਨੇ ਝ ਐਂਟਰਟੇਨ ਕਰਨਾ ਹਾਂ ਇਹ ਇਹ ਚੰਗਾ ਲੱਗਾ ਇੱਤੇ ਰੀਲ ਬਣਦੀ ਆ ਸਾਡੀ ਸਹੀ ਗੱਲ ਆ ਬਾਈ ਤਾਂ ਚੱਲੂਗਾ ਗਾਣਾ ਸਹੀ ਤਾਂ ਰੀਲਸ ਤੇ ਰਹਿ ਗਿਆ ਉਹ ਹੀ ਆ ਕਿ ਉਹ ਉਸ ਚੀਜ਼ ਨੂੰ ਗ੍ਰੈਬ ਕਰਨਾ ਲੋਕੀ ਉਹਨਾਂ ਦਾ ਉਹ ਉਹ ਵਾਲਾ ਸਿਸਟਮ ਤਾਂ ਹੈਗਾ 네ਗੈਟਿਵਿਟੀ ਵਾਲਾ ਬਟ ਉਹ ਇੱਕ ਸ਼ਾਂਤੀ ਵੀ ਚਾਹੁੰਦੇ ਆ ਉਹ ਇਹਨਾਂ ਚੀਜ਼ਾਂ ਤੋਂ ਮਿਲ ਜਾਂਦੀ ਆ ਬਟ ਉਹ ਮੈਨੂੰ ਲੱਗਦਾ ਕਿਸ ਵਾਵਾ ਲੋਗ ਹੋਗੇ ਕਿ ਲਿミਟਿਡ ਲੋਗ ਹੋਗੇ ਭਾਜੀ ਦੇਖੋ ਮੈਨੂੰ ਮੇਰੀ ਜੋ ਜਿਹੜੇ ਇਦਾਂ ਦੀਆਂ ਚੀਜ਼ਾਂ ਨੂੰ ਹਜੇ ਵੀ ਹੈਗੇ ਆ ਲੋਕ ਮੈਨੂੰ ਮੈਂ ਕਦੀ ਕਦੀ ਮੈਨੂੰ ਵੀ ਸੱਚੀ ਡਾਊਟ ਹੁੰਦਾ ਕਿ ਯਾਰ ਮੈਂ ਪੇਸ਼ੀਐਂਸ ਨਾਲ ਲੋਕੀ ਬੈਠ ਕੇ ਇਦਾਂ ਚੀਜ਼ਾਂ ਦੇਖ ਸਕਦੇ ਆ ਭਾਜੀ ਸਬੂਤ ਸ਼ੋਅ ਜੇ ਅੱਜ ਚੱਲ ਰਿਹਾ ਹੈ ਸੁਪਰ ਡੂਪਰ ਇਟੇ ਸਬੂਤ ਹੈ ਨਾ ਕਿ ਤੁਸੀਂ ਅੱਛਾ ਕੰਟੈਂਟ ਡਿਲੀਵਰ ਤਾਂ ਕਰੋ ਡਿਲੀਵਰ ਤਾਂ ਕਰੋ ਡਰਾਮਾ ਕਰੋ ਲੋਕ ਕਹਿੰਦੇ ਨੇ ਯਾਰ ਕਿ ਲੋਕ ਚੰਗੇ ਕੰਟੈਂਟ ਨੂੰ ਪ੍ਰਮੋਟ ਨਹੀਂ ਕਰਦੇ ਕਿਸੇ ਦੇ ਘਰ ਦੇ ਕਲੇਸ਼ ਦੀ ਵੀਡੀਓ ਪਾ ਦਿਓ ਜਿਆਦਾ ਚੱਲੇਗੀ ਹੁਣ ਇਹ ਆਪਾਂ ਕਹਿ ਦਈਏ ਹੁਣ ਤੁਸੀਂ ਆਪਾਂ ਮਸਾਲੇ ਵਾਲੀ ਦੋ ਤਿੰਨ ਗੱਲਾਂ ਕਰ ਲਈਏ ਕਿਸੇ ਦਾ ਨਾਮ ਲੈ ਕੇ ਮਿਲੀਅਨ ਜੋ ਆਪਾਂ ਹੁਣ ਕਿੰਨੇ ਸਹਿਬ ਸੁਭਾਅ ਚ ਸਿੱਖ ਰਹੇ ਆ ਤੁਹਾਡੇ ਕੋਲੋਂ ਜਾਂ ਆਪਾਂ ਗੱਲਾਂ ਬਾਤ ਕਰ ਰਹੇ ਉਹਦੇ ਵਿਊਜ਼ ਬੇਸ਼ੱਕ ਘੱਟ ਹੋਣਗੇ ਪਰ ਉਹਦੀ ਜੜ੍ਹਾਂ ਬਹੁਤ ਮਜ਼ਬੂਤ ਹੋਣਗੇ ਇੱਦਾਂ ਸਾਡੇ ਨਾ ਸਿੰਗਿੰਗ ਲਾਈਨ ਚ ਕਹਿੰਦੇ ਆ ਬੀਟ ਵਾਲਾ ਗਾਣਾ ਥੋੜੀ ਦੇਰ ਲਈ ਚੱਲਦਾ ਹੁੰਦਾ ਉਹ ਕੁਛ ਕੁਛੀ ਚੰਨਿੰਦਾ ਗਾਣਾ ਹੁੰਦਾ ਬਟ ਇੱਕ ਨਾ ਜਿਹੜਾ ਸੋਲ ਵਾਲਾ ਗਾਣਾ ਹੁੰਦਾ ਫੀਲ ਵਾਲਾ ਗਾਣਾ ਉਹ ਲਾਈਫਟਾਈਮ ਦਾ ਤੋੜਨਾ ਉਹੀ ਆ ਚੀਜ਼ ਸੋਲ ਆ ਇਹ ਇਹ ਚੀਜ਼ਾਂ ਲੈਟਸ ਹੋ ਪੋਜ਼ਿਟਿਵਿਟੀ ਚ ਜਾਵੇ ਸਭ ਕੁਝ ਮੈਨੂੰ ਬੜਾ ਵਧੀਆ ਲੱਗ ਰਿਹਾ ਮੈਂ ਤੁਹਾਡੇ ਨਾਲ ਗੱਲਬਾਤ ਕਰਕੇ ਆਡੀਅנס ਦੂਜੀ ਹੈ ਪਹਿਲਾਂ ਸਾਨੂੰ ਕਿਵੇਂ ਦਾ ਲੱਗ ਰਿਹਾ ਅਸੀਂ ਸ਼ੋਅ ਇੰਜੋਏ ਕਰ ਰਹੇ ਹਾਂ ਕਿ ਨਹੀਂ ਕਰ ਪਾ ਰਹੇ ਉਹ ਪਹਿਲੀ ਗੱਲ ਹੈ ਮਾਨਸੀ ਜੀ ਦੇ ਆਣ ਤੋਂ ਬਾਅਦ ਜ਼ਿੰਦਗੀ ਚ ਬਈ ਤੁਹਾਡੇ ਕੀ ਬਦਲਾਅ ਆਇਆ ਉਸ ਤੋਂ ਹਾਂ ਸਾਹਿਬ ਕੀ ਸੀ ਤੇ ਬਿਗ ਚੇਂਜ ਕਿਹੜਾ ਆਇਆ ਕਿ ਮੈਨੂੰ ਉਸ ਲੇਡੀ ਨੇ ਆਦਿ ਰੀਅਲ ਲਾਈਫ ਚੇਂਜ ਹੋ ਗਈ ਮੇਰੇ ਤਾਂ 360 ਟਰਨ ਹੋ ਗਈ ਪਹਿਲਾਂ ਮੈਂ ਸੀਰੀਅਸ ਨਹੀਂ ਸੀ ਜਵਾਂ ਸੀਰੀਅਸ ਨਹੀਂ ਸੀਗਾ ਕੁਝ ਵੀ ਮਤਲਬ ਜਿਵੇਂ ਮੈਂ ਤਾਂ ਸਾ ਡਿਪਲੋਮੈਟਿਕ ਇਹ ਉਹ ਐਵੇਂ ਹੀ ਬਸ ਸੀਰੀਅਸ ਨਹੀਂ ਆਉਣਾ ਕਰੀਅਰ ਨੂੰ ਲੈ ਕੇ ਵੀ ਲਾਈਫ ਨੂੰ ਲੈ ਕੇ ਵੀ ਚਲ ਠੀਕ ਆ ਖਰਚਾ ਪਾਣੀ ਮਾੜਾ ਮੋਟਾ ਆਈ ਜਾਂਦਾ ਕਿਉਂਕਿ ਸਿੰਗਲ ਬੰਦੇ ਦਾ ਤੁਹਾਨੂੰ ਪਤਾ ਕਿੰਨਾ ਖਰਚਾ ਆਉਂਦਾ ਬਿਲਕੁਲ ਤੇਲ ਭਰਉਣਾ ਹੁੰਦਾ ਵੱੱਥ ਵੱੱਥ ਇਹੀ ਨੀਡ ਹੁੰਦੀ ਆ ਤੇਲ ਭਰਾਲਾ ਯਾਰਾਂ ਦੋਸਤਾਂ ਨੂੰ ਪਾਰਟੀ ਦਿੱਤੀ ਜਾਂ ਇਕੱਠੇ ਕਰਕੇ ਜਿਹੜੇ ਕੰਟਰੀਬਿਊ ਜਦੋਂ ਆਈ ਐਕਚੁਅਲੀ ਮਾਨਸੀ ਨਾ ਹਾਰਡ ਵਰਕਿੰਗ ਬਹੁਤ ਆ ਉਹਨੇ ਵੀ ਐਕਟਿੰਗ ਕਰੀਅਰ ਦੇ ਵਿੱਚ ਫਿਲਮ ਕੀਤੀ ਛੋਟੇ ਸ਼ਹਿਰ ਤੋਂ ਉੱਠੀ ਅਗਲੀ ਨੇ ਜਾ ਕੇ ਆਪਣਾ ਸਾਰਾ ਸਿਸਟਮ ਉੱਥੇ ਬੰਬੇ ਚ ਸੈਟਲ ਹੋਈ ਫਿਰ ਕੰਮ ਕੀਤਾ ਔਰ ਕੰਮ ਕੀਤਾ ਡਿਗਨਿਟੀ ਨਾਲ ਬੈਸਟ ਸੀਜ਼ ਮੈਨੂੰ ਇਹ ਲੱਗੀ ਕਿਉਂਕਿ ਬ्रो ਬੀਇੰਗ ਇਨ ਥਿਸ ਫੀਲਡ ਸਾਨੂੰ ਐ ਪਤਾ ਲੱਗ ਜਾਂਦਾ ਜੀ ਕਿ ਕਿਸ ਨਜ਼ਰੀਏ ਨਾਲ ਜਾਂ ਕਿੱਦਾਂ ਦਾ ਬੰਦਾ ਮਤਲਬ ਮਾੜਾ ਮੋਟਾ ਤਾਂ ਪਤਾ ਲੱਗਦਾ ਆ ਆਪਾਂ ਸਾਰਾ ਦਿਨ ਜਦੋਂ ਬੰਦਿਆਂ ਨਾਲ ਖੈਨੇ ਪਤਾ ਲੱਗਦਾ ਤੇ ਮੈਂ ਹੈਰਾਨ ਸੀ ਮੈਂ ਕਹਿੰਦਾ ਯਾਰ ਇੱਕ ਤਾਂ ਐਕਟ੍ਰੈਸ ਇੱਕ ਬਾਂਦੇ ਵਰਗੇ ਸ਼ਹਿਰ ਚ ਮੈਂ ਕਹਿੰਦਾ ਇਹ ਦਾਦੀ ਕੁੜੀ ਹੁੰਦੀ ਆ ਸੱਚੀ ਲਾਈਫ ਚ ਕਿੱਦਾਂ ਦੀ ਸੀ ਉਦੋਂ ਇੰਨੀ ਸਿੰਪਲ ਆਪਣੇ ਕੰਮ ਨਾਲ ਮਤਲਬ ਰੱਖਣਾ ਉਹਨੂੰ ਜਦੋਂ ਮੈਂ ਪਹਿਲੀ ਵਾਰੀ ਮਿਲਿਆ ਹੁਣ ਮੈਂ ਦਾ ਯੂਰਾਏ ਹਾਂ ਸਣਾ ਆਪਣੇ ਪਾਣੀ ਨਵਾਂ ਨਵਾਂ ਚੱਲਿਆ ਉਹ ਮੈਨੂੰ ਯਾਦ ਆ ਤੁਸੀਂ ਚਾਬੀ ਚੱਕੀ ਸੀ ਪਹਿਲੀ ਵਾਰੀ ਉੱਥੇ ਤੇ ਕਿਹਾ ਸੀਗਾ ਕੈਨ ਆ ਮੈਂ ਕੀਸ ਮਾਈ ਕੀਸ ਹੈ ਨਾ ਹਾਂ ਤੇ ਉਹਨਾਂ ਨੇ ਵੀ ਕਿਹਾ ਚੱਕ ਤੇ ਜਾ ਚਲੋ ਚਲੋ ਮਾਮਾ ਕਹਿੰਦੀ ਮਤਲਬ ਇੰਟਰਸਟ ਤੇ ਮੈਂ ਨਾ ਆਪਣੇ ਕੋਲੋਂ ਤਾਂ ਪਾਣੀ ਪਣੀ ਚੱਲ ਰਹਾ ਮੈਂ ਆ ਗਿਆ ਠੀਕ ਆ ਵਈ ਬੱਲੇ ਬੱਲੇ ਬੰਬੇ ਸਾਰੀ ਬਾਕੀ ਕੁੜੀਆਂ ਸਾਰੀਆਂ ਉਦਾਂ ਹੀ ਜਾਂਦਾ ਜੀ ਜੀ ਸਿਸਟਮ ਕੇ ਹਾਂਜੀ ਹਾਂਜੀ ਆਈ ਜਸਟ ਹਰਡ ਯੂ ਸੌਂਗ ਆਈ ਲਵ ਯੂ ਸੌਂਗ ਬੋਵਰ ਯਾ ਇਹ ਸੁਣਿਆ ਪਰ ਸੋਣੀ ਨਹੀਂ ਸੁਣਿਆ ਰਹੇ ਸੀ ਕੀ ਕਹਣਾ ਕੋਈ ਡਾਊਟ ਵੀ ਨਹੀਂ ਸੀ ਇਤਨੀ ਕੰਪਲੀਮੈਂਟ ਮਿਲਿਆ ਉਹ ਦਿਲ ਤੇ ਲੱਗ ਗਿਆ ਹਾਂ ਤੇ ਮੈਂ ਉਹਨੂੰ ਔਰ ਥੋੜੀ ਜਿਹੀ ਮੇਰੀ ਇੱਕ ਨੀਚਰ ਵੀ ਆ ਕਿ ਇੱਕਦਮ ਨਹੀਂ ਮੈਂ ਕੁੜੀਆਂ ਤੋਂ ਤਾਂ ਜਵਾਂ ਨਹੀਂ ਗੱਲਬਾਤ ਹੁੰਦੀ ਮੇਰੇ ਤੋਂ ਜਾ ਕੇ ਇੰਟਰੋਡਸਟ ਹੋਇਆ ਪਹਿਲਾਂ ਸਕੂਲ 'ਚ ਵੀ ਜੇ ਕਦੀ ਕਿਸੇ ਕੁੜੀ ਨੂੰ ਲਾਈਕ ਕਰਦਾ ਸੀ ਕਿਸੇ ਦੇ ਥਰੂ ਮੈਸੇਜ ਪਹੁੰਚਵਾਉਂਦਾ ਹੁੰਦਾ ਸੀ ਕਿ ਯਾਰ ਇਹ ਮਾਨਸੀ ਦੀ ਏ ਕਟਣਾ ਤਾਂ ਨਹੀਂ ਨਾ ਨਾ ਉਹਨੂੰ 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 ਮੇਰੀ ਇੱਕ ਇੱਕ ਸਹੇਲੀ ਦਾ ਪਤਾ ਪੁਰਾਣੀ ਦਾ ਵਾਹ ਜੀ ਕਿੰਨੀਆਂ ਕਰੀਆਂ ਬਈ ਸਹੇਲੀਆਂ ਟਾਈਮਸ ਹੀ ਹੋ ਬੱਟ ਛਣਾਉਣਾ ਨਹੀਂ ਸਾਡੇ ਭਰਾ ਦੀ ਪਰਸਨੈਲਿਟੀ ਨਹੀਂ ਨਹੀਂ ਮੈਂ ਮੈਂ ਝੂਠ ਨਹੀਂ ਬੋਲੂਗਾ ਬਟ हां ਮੈਂ ਬਹੁਤ ਇੰਜੋਏ ਕੀਤਾ ਬਹੁਤ ਅਨੰਦ ਕੀਤਾ ਹੈ ਪੂਰਾ ਸਮੁੰਦਰ ਤੈਰ ਕੇ ਆਇਆ ਹੈ ਇੱਕ ਆਕਾ ਦਾ ਦਰਿਆ ਹੈ ਡੂਬ ਕੇ ਜਾਣਾ ਹੈ ਬਟ ਮਾਨਸੀ ਜੀ ਹੁਣ ਨਹੀਂ ਹੁਣ ਨਹੀਂ ਹੁਣ ਤਾਂ ਕਰਨਾ ਵੀ ਨਹੀਂ ਚਾਹੀਦਾ ਬਰੋ ਇਹ ਇੱਕ ਕੁੜੀ ਆਪਣਾ ਘਰ-ਬਾਰ ਛੱਡ ਕੇ ਆਉਂਦੀ ਤੁਹਾਡੇ ਲਈ ਸਭ ਕੁਝ ਛੱਡਣਾ ਬਹੁਤ ਔਖਾ ਆ ਮੁੰਡੇ ਨੂੰ ਕਹੋ ਤਾਂ ਪੇਰੈਂਟਸ ਛੱਡ ਕੇ ਆ ਨਹੀਂ ਨਹੀਂ ਛੱਡ ਸਕਦਾ ਜਵਾਨ ਨਹੀਂ ਛੱਡ ਸਕਦਾ ਉਹ ਇੱਕ ਤਾਂ ਇੱਕ ਤਾਂ ਹੀ ਕੋ ਤੇ ਲਊਗਾ ਸਭ ਤੋਂ ਪਹਿਲਾਂ ਔਰ ਦੂਜਾ ਕੋ ਮੈਂ ਕਿਉਂ ਛੱਡਾਂ ਮੈਂ ਕਿਉਂ ਛੱਡਾਂ ਅਗਲੀ ਛੱਡ ਕੇ ਔਰ ਆਪਣੇ ਮਾਪ ਪਾਪ ਤੋਂ ਪਹਿਲਾਂ ਤੁਹਾਡੇ ਮਾਪ ਪਾਪ ਨੂੰ ਫਿਰ ਅਪਣਾਉਣਾ ਆਉਂਨੇ ਸਮਝਦੇ ਨਾ ਬਿਲਕੁਲ ਬਾਈ ਤੇ ਉਹ ਬਹੁਤ ਮੁਸ਼ਕਿਲ ਕੰਮ ਆ ਜੇ ਉਸ ਕੁੜੀ ਨੂੰ ਤੁਸੀਂ ਦਿਖਾਉਂਗੇ ਉਹਦਾ ਦਿਲ ਦਿਖਾਉਂਗੇ ਜਾਂ ਓਨੈਸਟ ਨਹੀਂ ਰਹੋਗੇ ਫਿਰ ਫਾਇਦਾ ਨਹੀਂ ਇੱਕ ਘਰ ਚ ਕਲੇਸ਼ ਰਹਿੰਦਾ ਜਾਂਦੇ ਛਤਰਪਰੇਟ ਸ਼ੁਰੂ ਹੋਣੀ ਨਾਲੇ ਬੈਡ ਕਰਵਾ ਨਾਲੇ ਬੈਡ ਕਰਵਾ ਨਾਲੇ ਉਹ ਉਹ ਫਿਰ ਬਰਕਤ ਨਹੀਂ ਰਹਿੰਦੀ ਵੀਰੇ ਕੰਮ 'ਚ ਕਦੀ ਵੀ ਨਹੀਂ ਬਰਕਤ ਰਹੂਗੀ ਇਹ ਮੇਰੀ ਗੱਲ ਨੋਟ ਕਰਕੇ ਰੱਖ ਲਿਓ ਜੇ ਤੁਸੀਂ ਵਿਆਹ ਵਰਿਓ ਤੁਸੀਂ ਆਪਣੀ ਵਾਈਫ ਨੂੰ ਚੀਟ ਕਰ ਰਹੇ ਹੋ ਜਾਂ ਕਿਸੇ ਹੋਰ ਨੂੰ ਵੀ ਚੀਟ ਕਰ ਰਹੇ ਹੋ ਦੂਜੀ ਕੁੜੀ ਦੀ ਵੀ ਲਾਈਫ ਖਰਾਬ ਹੀ ਕਰ ਰਹੇ ਹੋ ਜਿਹਨੂੰ ਗਲਤ ਪ੍ਰੋਮਿਸਸਿਸ ਕਰਦੇ ਹੋ ਕਦੀ ਬਰਕਤ ਨਹੀਂ ਆਉਣੇ ਕੰਮ 'ਚ ਬਟ ਹਾਂ ਪਹਿਲਾਂ ਜੋ ਮਰਜ਼ੀ ਕਰੋ ਸਿੰਗਲ ਬੰਦਾ ਯਾਰ ਭਾਜੀ ਸਿੰਗਲ ਰੋਂਗ ਕਮਿਟਮੈਂਟ ਮੈਂ ਕਦੀ ਵੀ ਨਹੀਂ ਕੀਤੀ ਸੀ ਕਿਸੇ ਨਾਲ ਵੀ ਇੱਕ ਟਾਈਮ ਤੇ ਦੋ ਦੋ ਸੇਲੀਆਂ ਨਹੀਂ ਰੱਖਿਆ ਨਾ ਕਦੀ ਵੀ ਨਹੀਂ ਰੋਂਗ ਕਮਿਟਮੈਂਟ ਕਦੀ ਵੀ ਨਹੀਂ ਸੀ ਹੁੰਦੀ ਕਿ ਮਤਲਬ ਇਹ ਹੁੰਦਾ ਸੀ ਕਿ ਯਾਰ ਕੋਈ ਸੀਰੀਅਸ ਵਾਲਾ ਕੰਮ ਨਹੀਂ ਵੀਰੇ ਸੀਰੀਅਸ ਹੋਏ ਸੀ ਮਾਨਸੀ ਜੀ ਤੋਂ ਪਹਿਲਾਂ ਸੌਰੀ ਮਾਨਸ਼ਾਨ ਸੀਗਾ ਇੱਕ ਰਿਲੇਸ਼ਨ ਸੀਗਾ ਉਹ ਤਾਜ਼ਾ-ਤਾਜ਼ੀ ਟੁੱਟਿਆ ਸੀ ਉਦੋਂ ਜਦੋਂ ਮਾਨਸੀ ਉਦੋਂ ਹੀ ਹੀਲ ਹੋ ਗਏ ਫਿਰ ਉਹ ਨਾਲ ਹੀ ਹਫ਼ਤੇ ਸੀ ਦੇਖ ਲਓ ਰੱਬ ਕਿੱਡੀ ਕਹਿਣ ਸੀ ਯਾਰ ਹਫ਼ਤੇ ਚ ਭੁੱਲੇ ਕਿਦਾਂ ਉਹਨੂੰ ਇਹ ਦੱਸੋ ਪਹਿਲਾਂ ਵੀਰੇ ਇੰਨੇ ਭਲਾਤਾ ਮੈਨੂੰ ਤੂੰ ਸੋਚੋ ਤਾਂ ਅਸੀਂ ਕਿੱਡੀ ਕੈਂਟ ਕੁੜੀ ਆ ਇੰਨਾ ਪੁਰਾਣਾ ਪਿਆਰ ਇਹ ਮੁੰਡੇ ਨੂੰ ਟਿਪ ਦਿਓ ਮੁੰਡੇ ਭੁੱਲਦੇ ਨਹੀਂ ਵਿਚਾਰੇ ਹੀਲ ਓਨਲੀ ਤੇ ਕੀ ਰਿਲੇਸ਼ਨਸ਼ਿਪ ਲੱਭਣ ਦੁਆਰਾ ਨਵਾਂ ਦੇਖੋ ਵੀਰੇ ਮੂਵ ਔਨ ਤੋਂ ਹੋਣਾ ਹੀ ਪੈਂਦਾ ਲਾਈਫ 'ਚ ਇਹ ਕੋਈ ਮੈਂ ਮੈਂ ਇਹ ਨਹੀਂ ਕਹਿੰਦਾ ਕਿ ਪਿਆਰ ਨਹੀਂ ਕਰੋ ਬਟ ਪਿਆਰ ਦਾ ਇਹ ਮਤਲਬ ਨਹੀਂ ਤੁਸੀਂ ਆਪਣੀ ਲਾਈਫ ਹੀ ਖਰਾਬ ਕਰ ਲਓ ਯਾਰ ਇੱਕ ਲਾਈਫ ਮਿਲਦੀ ਵੀਰੇ ਔਰ ਸਵਰਗ ਨਰਕ ਉੱਪਰ ਜਾਣਾ ਥੱਲੇ ਹਨਾ ਇੱਥੇ ਹੁਣ ਆਉਣਾ ਮੇਰੇ ਸੂਏ ਵੱਜਣੇ ਉੱਥੇ ਨਰਕ ਜਾ ਕੇ ਕਿਸੇ ਨੇ ਦੇਖਿਆ ਥੋੜੀ ਇਹ ਸਭ ਕੁਝ ਇੱਥੇ ਹੀ ਆ ਵਾਹ ਯਾਰ ਵਾਹ ਯਾਰ ਜੇ ਤੁਸੀਂ ਇੱਥੇ ਹੀ ਨਹੀਂ ਸੇਮ ਭਾਜੀ ਸੇਮ ਹਨਾ ਬਰੋ ਲੋਕ ਦਿੰਦੇ ਨੇ ਨਾ ਡਰਾਵੇ ਮਰਨ ਤੋਂ ਬਾਅਦ ਐ ਉਹਨੂੰ ਕਿਸੇ ਨੂੰ ਉੱਤ ਜਿਹੜਾ ਜਿਹੜਾ ਮਾੜਾ ਕਰਮ ਕਰਾ ਉਹ ਵੀ ਪਤਾ ਹੀ ਜਾਂਦਾ ਮਰਨ ਤੋਂ ਬਾਅਦ ਹੀ ਆਹੋ ਬਟ ਕਿੰਨੇ ਦੇਖਿਆ ਉਹ ਤਾਂ ਗੱਲਾਂ ਹੀ ਆ ਤੇ ਜਿੰਦੇ ਜੀ ਵੀ ਨਹੀਂ ਤੁਸੀਂ ਉਹ ਕੰਮ ਕਰ ਸਕਦੇ ਫਿਰ ਬਹੁਤ ਸਟਾਪ ਪੁਆਇੰਟ ਸੋ ਦਰਕੇ ਕਰਮਾ ਕਰਮਾ ਬਹੁਤ ਵੱਡੀ ਜੇ ਸਾਰੇ ਬਾਈ ਇਹ ਹੀ ਚੀਜ਼ ਤੋਂ ਡਰਨ ਲੱਗ ਜਨ ਕਰ ਤਾ ਕਿ ਕੋਈ ਕਿਸੇ ਨਾਲ ਮਾਰਾ ਹੀ ਨਾ ਕਰੇ ਤੇ ਹੋਰ ਕੀ ਚਾਹੀਦਾ ਯਾਰ ਕਿੰਨੀ ਸੋਹਣੀ ਸੋਚਦਾ ਸੀ ਇਮੇਜਿਨ ਉਹ ਦੁਨੀਆ ਤਾਂ ਇਮੇਜਿਨ ਕਰੋ ਇਮੇਜਿਨ ਤਾਂ ਕਰੋ ਦੁਨੀਆ ਜਿੱਥੇ ਕੋਈ ਕਿਸੇ ਨੂੰ ਕੁਝ ਕਹਿ ਹੀ ਨਹੀਂ ਰਿਹਾ ਮਤਲਬ ਕੰਮ ਕਰ ਰਹੇ ਸਾਰੇ ਅੱਛਾ ਕੰਮ ਕਰ ਰਹੇ ਆ ਬਟ ਕੋਈ ਕਿਸੇ ਬਾਰੇ ਲਾਈਵ ਹੋ ਕੇ ਗਾਲਾਂ ਨਹੀਂ ਕਢ ਰਿਹਾ ਕਿਸੇ ਹੋਏ 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 ਕੋਈ ਕਿਸੇ ਨਾਲ ਆਉਗੀ ਕਦੀ ਜੰਨਤੀ ਏਦਾਂ ਦੀ ਪਤਾ ਹੀ ਨਹੀਂ ਮੈਂ ਵਿਸ਼ ਕਰਦਾ ਮੈਂ ਮੈਂ ਵਿਸ਼ ਕਰਦਾ ਸੀ ਛੱਡ ਤੀ ਹਾਂ ਹੈਨਾ ਕਿਉਂਕਿ ਨਾ ਅੱਛਾ ਹੀ ਬੁਰਾ ਹੀ ਨਾਲ ਹੀ ਜੀਉਂਦੇ ਨੇ ਔਰ ਲੋਕ ਲੋਕਾਂ ਨੂੰ ਵੀ ਚਾਹੀਦਾ ਕਿ ਯਾਰ ਕਿਸੇ ਦਾ ਘਰ ਸੂਕੇ ਤਮਾਸ਼ਾ ਨਹੀਂ ਦੇਖਣਾ ਚਾਹੀਦਾ ਇਸ ਚ ਬਹੁਤ ਇੰਜੋਏ ਕਰਦੇ ਮੈਂ ਅੱਜ ਕਾ ਉਹਨਾਂ ਨੂੰ ਪਤਾ ਨਹੀਂ ਨਾ ਕਿ ਹਵਾ ਦਾ ਰੁਖ ਬਦਲਣਾ ਕੋਆਗ ਸਾਡੇ ਵੱਲ ਵੀ ਆਣੀ ਆ ਉਹ ਵੀਰੇ ਅੱਗ ਦਾ ਕੋਈ ਅੱਗ ਕਿਸੇ ਨਹੀਂ ਸਕੀ ਕਿਸੇ ਦੀ ਸਕੀ ਨਹੀਂ ਨੇਚਰ ਨੇਚਰ ਸਾਹਮਣੇ ਤੁਸੀਂ ਕੀ ਗੱਲੋਂਗੇ ਯਾਰ ਅੱਜ ਤੂੰ ਉਹਦੇ ਤੇ ਹੱਸਦਾ ਪਿਆ ਕਿਸੇ ਤੇ ਕੋਈ ਵੀ ਪ੍ਰੋਬਲਮ ਆ ਵੀਡੀਓ ਕੁਝ ਵੀ ਉਹਦੇ ਤੇ ਵੀਡੀਓ ਤੇ ਜਾਂ ਕੋਈ ਕਮੈਂਟ ਕਰ ਰਿਆ ਕੱਲ ਨੂੰ ਤੇਰਨਾ ਵੀ ਹੋ ਸਕਦਾ ਯਾਰ ਤੇਰੇ ਘਰ ਵੀ ਮਾਂ ਪੈਣਾ ਤੇਰੇ ਘਰ ਵੀ ਭਰਾ ਵੀ ਆ ਜਾਂ ਕੁਝ ਵੀ ਆ ਬਿਲਕੁਲ ਬਿਲਕੁਲ ਤਨੂੰ ਕਿਸੇ ਆਰਟਿਸਟ ਦਾ ਜਾਂ ਕੋਈ ਨਾਰਮਲ ਬੰਦੇ ਦੀ ਨਹੀਂ ਗੱਲ ਦਾ ਆ ਲੱਗ ਜਾਂਦਾ ਕਿ ਓਏ ਇਹਨੂੰ ਇੱਦਾਂ ਕਿੱਦਾਂ ਕਰ ਪਰ ਤੁਸੀਂ ਉਹਦੀ ਮਾਂ ਭੈਣ ਨੂੰ ਗਾਲਾਂ ਕੱਢਦੇ ਆ ਬਿਲਕੁਲ ਡਾਇਰੈਕਟ ਤੇ ਉਹਦੀ ਮਾਂ ਭੈਣ ਜਦੋਂ ਦੇਖੂਗੀ ਉਹ ਚੀਜ਼ ਉਹ ਉਹ ਵੀ ਤਾਂ ਚੀਜ਼ ਆ ਸੋ ਤਨੂੰ ਕੀ ਲੱਗਦਾ ਵੀ ਕਿ ਲੋਕ ਜੱਜ ਕਰ ਲੈਂਦੇ ਨੇ ਕਿ ਐਕਟਰ ਨੂੰ ਜੇ ਸਪੋਜ਼ ਕੋਈ ਕੌਂਟਰੋਵਰਸੀ ਚੱਲ ਪਈ ਤੇ ਉਹ ਜਵਾਬ ਨਹੀਂ ਦੇ ਰਿਹਾ ਇਹਦਾ ਮਤਲਬ ਉਹਨੂੰ ਕਮਜ਼ੋਰ ਸਮਝ ਲੈਂਦੇ ਨੇ ਕਿ ਕੋਈ ਗੱਲ ਨਹੀਂ ਹੈਗੀ ਹੁਣ ਬੋਲਣ ਨੂੰ ਹਾਂ ਕਮਜ਼ੋਰ ਵੀ ਸਮਝ ਲੈਂਦੇ ਆਂ ਨੇ ਔਰ ਪਲੱਸ ਲੋਕਾਂ ਨੂੰ ਮਸਾਲਾ ਨਹੀਂ ਨਾ ਮਿਲਦਾ ਹੂੰ ਮੇਨ ਤਾਂ ਮਸਾਲਾ ਆ ਮੇਨ ਸਭ ਤੋਂ ਜੜੀ ਮਸਾਲੇ ਆ ਜੜੀ ਜੇ ਰੋਟੀ ਚ ਵੀ ਚਾਟ ਮਸਾਲਾ ਨਾ ਪਾਈਏ ਜਾਂ ਉੱਤੇ ਕਿਸੇ ਟਿੱਕੀ ਤੇ ਤੇ ਮਜ਼ਾ ਨਹੀਂ ਨਾ ਹੁੰਦਾ ਤੁਸੀਂ ਕੌਂਟਰੋਵਰਸੀ ਵੀ ਨਹੀਂ ਕੀਤੀ ਕਦੀ ਕੋਈ ਬਰੋ ਪਰ ਕੀ ਮਿਲ ਜਾਣਾ ਕੌਂਟਰੋਵਰਸੀਆਂ ਚੋਂ ਬਈ ਵਿਊਜ਼ ਵਾਇਰਲ ਫੇਮਸ ਕੁਝ ਇਹ ਨਹੀਂ ਦੇਣਾ ਚਾਹੀਦਾ ਕੁਝ ਵੀ ਸਾਰੀ ਉਮਰ ਇੱਜ਼ਤਦਾਈ ਫਾਦਰ ਸਾਹਿਬ ਤੋਂ ਲੈ ਕੇ ਖਾਦਾ ਮਤਲਬ ਉਹਨਾਂ ਤੋਂ ਦੇਖਦੇ ਆਏ ਉਹਨਾਂ ਨੇ ਵੀ ਇੱਜ਼ਤ ਦੀ ਕਮਾਈ ਆ ਆਪ ਕਮਾ ਲਾਂਗੇ ਥੋੜੀ ਖਾ ਲਾਂਗੇ ਘੱਟ ਕਰ ਲਾਂਗੇ ਕੰਮ ਮਿਲੂਗਾ ਥੋੜਾ ਮਿਲੂਗਾ ਬਟ ਡਿਗਨਿਟੀ ਨਾਲ ਕੰਮ ਕਰਨਾ ਚਾਹੁੰਦਾ ਨਹੀਂ ਤਾਂ ਮੈਨੂੰ ਕਈ ਵਾਰੀ ਕਹਿੰਦੇ ਹੁੰਦੇ ਕਿ ਯਾਰ ਤੇਰਾ ਨਹੀਂ ਕਦੇ ਮੈਂ ਕਿਹਾ ਕਦੋਂ ਯਾਰ ਕੀ ਕਰਾਂਗੇ ਯਾਰ ਵੀਰੇ ਇਹ 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 ਟੈਂਪਰੇਰੀ ਚੀਜ਼ਾਂ ਆ ਸੰਤੁਸ਼ਟ ਇਨਸਾਨ ਹੋ ਬਾਈ ਤੁਸੀਂ ਹਾਂ ਸ਼ੁਕਰ ਹੈ ਰੱਬ ਦਾ ਕਿ ਸੈਟੀਸਫੈਕਸ਼ਨ ਹੈਗੀ ਆ ਮੈਨੂੰ ਇੰਟਰਵਿਊ ਚ ਪੁੱਛਦੇ ਕਿ ਯਾਰ ਤੁਸੀਂ ਗਾਣੇ ਨਹੀਂ ਕਰਦੇ ਦੋ ਦੋ ਤਿੰਨ ਤਿੰਨ ਸਾਲ ਮੈਂ ਕਿਹਾ ਪਾਜੀ ਜਿੰਨਾ ਚਿਰ ਮੈਨੂੰ ਲੱਗਦਾ ਨਹੀਂ ਨਾ ਕਿ ਇਹ ਗਾਣਾ ਅੱਜ ਤੋਂ 10 ਸਾਲ ਬਾਅਦ ਜਦੋਂ ਮੈਂ ਸੁਣੂੰਗਾ ਮੇਰੀ ਫੈਮਿਲੀ ਆ ਮੇਰੇ ਬੱਚਾ ਨੇ ਵੱਡੇ ਹੋ ਕੇ ਸੁਣਨਾ ਜਾਂ ਮੇਰੀ ਬੇਟੀ ਨੇ ਵੀ ਸੁਣਨਾ ਉਹ ਸੁਣੂਗੀ ਉਹ ਇਹ ਨਾ ਗਵੇ ਕਿ ਪਪਾ ਇਹ ਕਿਆ ਕੀਤਾ ਥਾ ਓਏ ਹੋਏ ਇਹ ਤੁਸੀਂ ਕੀ ਕੀਤਾ ਸੀ ਪਪਾ ਲਾਈਫ ਚ ਹਣਾ ਉਹ ਰਿਗਰਟ ਨਹੀਂ ਲੈਣਾ ਚਾਹੀਦਾ ਚੱਲੇ ਨਾ ਚੱਲੇ ਕੋਈ ਟੈਨਸ਼ਨ ਚੱਕ ਲੋ ਧਰ ਲੋ ਤੁਸੀਂ ਕਦੀ ਨਹੀਂ ਕੀਤੀ ਉਹ ਇੱਕ ਤਾਂ ਗਾਣਾ ਵੀ ਨਹੀਂ ਉਦਾਂ ਦਾ ਮੇਰਾ ਹਣਾ ਨੇਚਰ ਨਹੀਂ ਹੈਗੀ ਨੇਚਰ ਚ ਨਹੀਂ ਹੈਗਾ ਇੱਕ ਪਲੱਸ ਮੈਨੂੰ ਇਹ ਨਹੀਂ ਮੈਂ ਉਹਦੇ ਖਿਲਾਫ ਨਹੀਂਗਾ ਬਟ ਇੱਕ ਨੇਚਰ ਹੁੰਦੀ ਮੈਂ ਨਹੀਂ ਗਾ ਸਕਦਾ ਉਦਾਂ ਦੇ ਗਾਣੇ ਔਰ ਰੱਬ ਨਾਏ ਗਵਾਵੇ ਭਾਈ ਤੁਸੀਂ ਬੇਟੀ ਦਾ ਜ਼ਿਕਰ ਕੀਤਾ ਤੇ ਬੇਟੀ ਦੀ ਗੱਲ ਜਿੱਥੇ ਹੁੰਦੀ ਹੈ ਮਤਲਬ ਰੂਹ ਕੁਸ਼ ਹੋ ਜਾਂਦੀ ਬੇਟੀ ਦੇ ਆਉਣ ਤੋਂ ਬਾਅਦ ਕੀ ਯਵਰਾਜ ਹੰਸ ਦੀ ਵਿੱਚ ਚੇਂਜ ਆਇਆ ਮ ਬੇਟੀ ਦੇ ਆਉਣ ਤੋਂ ਐਕਚੁਅਲੀ ਮੈਂ ਪਹਿਲਾਂ ਵੀ ਬੇਟੀ ਹੀ ਚਾਹੁੰਦਾ ਸੀਗਾ ਜਦੋਂ ਰਦਾਨ ਹੋਣਾ ਸੀਗਾ ਮੇਰੀ ਔਰ ਮਾਨਸੀ ਦੀ ਸ਼ਰਤ ਲੱਗੀ ਸੀ ਮੈਂ ਕਿਹਾ ਯਾਰ ਮਾਨਸੀ ਬੇਟੀ ਹੋਗੀ ਕਹਿੰਦੀ ਨਹੀਂ ਬੇਟਾ ਹਾਂ ਮੈਂ ਕਿਹਾ ਸ਼ਰਤ ਲਾ ਲਾ ਤੂੰ ਕਹਿੰਦੀ ਲਾ ਲਾ ਮੈਂ ਤਾਂ ਨਾਂ ਸੋਚ ਲਿਆ ਸੀ ਉਦੋਂ ਉਦੋਂ ਮੈਂ ਨਾਂ ਸੋਚਿਆ ਤੇਹਜੀਬ ਤੇਹਜੀਬ ਹਾਂ ਹੁਣ ਮੈਂ ਜ਼ਰਾਬ ਰੱਖਿਆ ਉਦੋਂ ਤੇਹਜੀਬ ਸੋਚਿਆ ਸੀ ਤੇ ਬਟ ਚਲੋ ਉਹ ਵੀ ਕਹਿੰਦੇ ਨਾ ਛੱਲਾ ਨਾ ਨੋ ਕੇਵੇ ਪੁੱਤਰ ਮਿੱਠੜੇਵੇਂ ਜੀ 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 ਡੈਡੀ ਨੇ ਥੋੜੇ ਦਿਨ ਪਹਿਲਾਂ ਗੱਲ ਕਹੀ ਸੀਗੀ ਤੇ ਇੱਕਦਮ ਯਾਦ ਆ ਗਈ ਮੈਨੂੰ ਤੇ ਉਹ ਫਿਰ ਰਦਾਨ ਹੋ ਗਿਆ ਬਟ ਇਸ ਵਾਰੀ ਮੈਂ ਗਿਆ ਰੱਬਾ ਮੈਂ ਗਿਆ ਪਲੀਜ਼ ਤੂੰ ਆਲਮੋਸਟ ਹਰ ਵਾਰੀ ਸੌਣ ਲੈਣਾ ਮੇਰੀ ਮੈਂ ਇੱਕ ਸਾਡੇ ਜਲੰਧਰ ਗੁਰਦੁਆਰਾ ਸਾਹਿਬ ਆ ਤੰਨਨ ਸਾਹਿਬ ਮੈਂ ਉੱਥੇ ਚੌਥੀ ਪੰਜਵੀ ਤੋਂ ਜਾਣਾ ਮਤਲਬ ਰੈਗੂਲਰਲੀ ਜਾਣਾ ਕਿ ਮੈਨੂੰ ਬਹੁਤ ਕਨੈਕਸ਼ਨ ਫੀਲ ਹੁੰਦਾ ਉੱਥੇ ਵੀ ਔਰ ਹਰ ਗੁਰਦੁਆਰਾ ਸਾਹਿਬ ਜਾਂ ਕਿਸੇ ਵੀ ਸਪਿਰਚੁਅਲ ਜਗ੍ਹਾ ਤੇ ਤੇ ਮੈਂ ਉੱਥੇ ਜਾ ਕੇ ਕਿਹਾ ਮੈਂ ਗਿਆ ਬਾਬਾ ਜੀ ਇਸ ਵਾਰੀ ਪਲੀਜ਼ ਗੁੜੀਆ ਦੇ ਤੂੰ ਮੈਨੂੰ ਮੈਂ ਕੰਪਲੀਟ ਹੋ ਜਾਊਗਾ ਕਿਉਂਕਿ ਮੈਂ ਦੇਖਿਆ ਵੀ ਆ ਆਪਣੀ ਅੱਖੀ ਮਹਿਸੂਸ ਵੀ ਕੀਤਾ ਆ ਜੋ ਪਿਆਰ ਮੋਹ ਤੇ ਤੈਨੂੰ ਕੁੜੀ ਕਰਦੀ ਆ ਨਾ ਆਪਣੇ ਮਾਂ ਪੇਂ ਦਾ ਮੁੰਡਾ ਫਿਰ ਵੀ ਮੁੰਡੇ ਦੀ ਆਪਣੀ ਤੁਸੀਂ ਕਿੱਥੇ ਮਹਿਸੂਸ ਕੀਤਾ ਮੁੰਡੇ ਦੀ ਆਪਣੀ ਮੈਂ ਤੁਹਾਨੂੰ ਦੱਸਦਾ ਮੁੰਡੇ ਦੇ ਆਪਣੀ ਇੱਕ ਫੈਮਲੀ ਹੋ ਜਾਂਦੀ ਆ ਠੀਕ ਆ ਉਹਦੀ ਵਾਈਫ ਹੁੰਦੀ ਉਹਦੇ ਬੱਚੇ ਹੋ ਜਾਂਦੇ ਬਟ ਮੈਂ ਆਪਣੀ ਮਾਂ ਤੋਂ ਮਹਿਸੂਸ ਕੀਤਾ ਮੇਰੀ ਨਾਨੀ ਮੈਂ ਗੱਲ ਦੱਸਦਾ ਮੇਰੀ ਨਾਨੀ ਥੋੜੀ ਬਹੁਤ ਸੀਰੀਅਸ ਹੋ ਗਈ ਸੀ ਪਿੱਛੇ ਜੇ ਤੇ ਪਤਾ ਨਹੀਂ ਗੱਲ ਕਰਨੀ ਚਾਹੀਦੀ ਕਿ ਨਹੀਂ ਚਲੋ ਮੈਂ ਕਰ ਦਿੰਦਾ ਤੇ ਉਹ ਸਮ ਹਾਉ ਨਹੀਂ ਕੇਰ ਉਹਨਾਂ ਦੀ ਹੋ ਪਾਈ ਉੱਥੇ ਨਾਨਕੇ ਸਾਡੇ ਤੇ ਮੇਰੀ ਮਾਂ ਖੁਦ ਵੀ ਥੋੜਾ ਸਿੱਖ ਰਹਿੰਦੇ ਨੇ ਕਾਫੀ ਦੇਰ ਤੋਂ ਉਹਨਾਂ ਨੂੰ ਥੋੜੀ ਫਿਰ ਵੀ ਉਹ ਸਿੱਖਣ ਦੇ باوجود ਹੀ ਆਪਣੀ ਮਾਂ ਨੂੰ ਲਿਆਇਆ ਕਰ ਉਹਨਾਂ ਨੇ ਉਹਨਾਂ ਦੀ ਸੇਵਾ ਕੀਤੀ ਹਜ ਵੀ ਕਰਦੇ ਪਿਆ ਤੇ ਉਹ ਕੁੜੀ ਨੇ ਕੀਤਾ ਨਾ ਹਣਾ ਉਹ ਸੇਮ ਇਅਰ ਭਾਜੀ ਮੇਰੀ ਨਾਨੀ ਜੀ ਵੀ ਲਾਸਟ ਟਾਈਮ ਆਪਣੇ ਆਪਣੀ ਧੀ ਦੇ ਮੇਰੀ ਮਦਰ ਦੇ ਖਾਚੀ ਗਈ ਮੈਂ ਨਹੀਂ ਕਹਿੰਦਾ ਮੁੰਡੇ ਮਾੜੇ ਆ ਹਰ ਕੋਈ ਨਹੀਂ ਮਾੜਾ ਹੁੰਦਾ ਬਰੋ ਦੇਖੋ ਜਿੱਥੇ 10 ਬੰਦੇ ਆ ਉੱਥੇ ਦੋ ਮਾੜੇ ਹੋਗੇ ਆ ਪੰਜ ਸੱਤ ਮਾੜੇ ਹੋਊਗੇ ਹੁੰਦੇ ਹੀ ਨੇ ਬਾਈ ਬਟ ਚੰਗੇ ਵੀ ਹੈਗੇ ਆ ਐਕਸੈਪਸ਼ਨਸ ਹੁੰਦੀਆਂ ਹਮੇਸ਼ਾ ਹੁੰਦੀਆਂ ਹਰ ਫੀਲਡ 'ਚ ਹੁੰਦੀ ਤੇ ਉਹ ਫੇ ਮੈਨੂੰ ਉਹ ਵੀ ਦੇਖੀ ਚੀਜ਼ ਔਰ ਹੋਰ ਵੀ ਸਾਡੇ ਰਿਸ਼ਤੇ ਦਾ ਹੁੰਦਾ ਆ ਬੰਦਾ ਦੇਖਦਾ ਰਹਿੰਦਾ ਮਾਹੌਲ ਸਾਇਟੀ ਦੇਖਦੇ ਰਹੋ ਸੋਸਾਇਟੀ ਦੇਖਦੇ ਆਪਾਂ ਕਿ ਧੀਆ ਵਿਚਾਰੀਆਂ ਬਹੁਤ ਪਿਆਰੀਆਂ ਹੁੰਦੀਆਂ ਤੇ ਮੈਂ ਜਦੋਂ ਕੁੜੀਆ ਹੋਈ ਤੇ ਉਹਦੋਂ ਹੀ ਮੈਂ ਆਨਸੂ ਆ ਗਏ ਮੇਰੇ ਇੰਨਾ ਹੀ ਹਾਲਾ ਕਿ ਮੋਸਲ ਮੈਂ ਰਿਦਾਨ ਟਾਈਮ ਵੀ ਹੋਇਆ ਸੀਗਾ ਬਟ ਉਹ ਕੁਝ ਹੋਰ ਹੀ ਖੁਸ਼ੀ ਸੀਗੀ ਕਿ ਚੱਲ ਸ਼ੁਕਰ ਹੈ ਰੱਬਾ ਮੇਰੀ ਇੱਕ ਦੋਸਤ ਆ ਗਈ ਜੀ ਜੀ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਇਹ ਲੱਗਦਾ ਰਹਿੰਦਾ ਕਿ ਰਿਦਾਨ ਨਾਲ ਤਾਂ ਮੇਰਾ ਪਿਆਰ ਹੈਗਾ ਬਟ ਮਿਜ਼ਰਾਬ ਨਾਲ ਜਾਂ ਕੁੜੀ ਨਾਲ ਮੇਰਾ ਕੁਝ ਹੋਰ ਹੀ ਕਨੈਕਸ਼ਨ ਆਊਗਾ ਬਾਕੀ ਯੂ ਨੇਵਰ نو ਇਨ ਫਿਊਚਰ ਕੀ ਬਣਦਾ ਹਾਲਾਤ ਮੈਂ ਇਹ ਸੁਪਨੇ ਆ ਮੇਰੇ ਕਿ ਮੇਰੀ ਕੁੜੀ ਨਾਲ ਮੈਂ ਗਾਵਾ ਵੀ ਮੈਂ ਚਾਹੁੰਦਾ ਹਾਂ ਬਹੁਤ ਅੱਛੀ ਸਿੰਗਰ ਬਣੇ ਅਸੀਂ ਇਕੱਠੇ ਗਾਈਏ ਕਦੀ ਲਾਈਫ 'ਚ ਮੈਂ ਮੇਰੀ ਬੇਟੀ ਰਿਦਾਨ ਆ ਰੈਡੀ ਜੀ ਹੁਣ ਸਾਰੇ ਇਕੱਠੇ ਗਏ ਆ ਲੈਟਸ ਹੋ ਬڑے ਸੁਪਨੇ ਆ ਕਦੀ ਪੂਰੇ ਹੋਣ ਜੇ ਤੁਸੀਂ ਅੱਜ ਬਈ ਐਕਟਰ ਨਾ ਹੁੰਦੇ ਸਿੰਗਰ ਨਾ ਹੁੰਦੇ ਹੋਰ ਕੀ ਬਣਨਾ ਚਾਹੁੰਦੇ ਸੀ ਕ੍ਰਿਕਟਰ ਤੇ ਮੈਂ ਸ਼ਾਇਦ ਥੋਡੇ ਵਾਲਾ ਕਰਦਾ ਕ ਸੱਚੀ ਓਨੈਸਟਲੀ ਕਿਉਂਕਿ ਮੇਰੇ ਅੰਦਰ ਉਹ ਹੈਗਾ ਆ ਹੈਲਪਿੰਗ ਪਰ ਹੁਣ ਵੀ ਬਈ ਜਿਹੜੀ ਇੱਕ ਜ਼ਰੀਆ ਫਾਊਂਡੇਸ਼ਨ ਉਹ ਤੁਹਾਡੀ ਹੀ ਹੈ ਹਾਂ ਬਸ ਮੈਂ ਉਸੇ ਤੁਹਾਡੇ ਸੁਪਨੇ ਜੀ ਰਹੇ ਉਹ ਹੀ ਮੈਂ ਕਹਿੰਦਾ ਆਪਾਂ ਮਿਲ ਲੈ ਹੁਣ ਹੁਣ ਵਾਈ ਗੁਰੂ ਮੇਰ ਕਰੇ ਤੇ ਬਸ ਮੇਰਾ ਸੁਪਨਾ ਤੁਸੀਂ ਕਰਿਓ ਮੈਂ ਮੈਨੂੰ ਲੱਗ ਰਿਹਾ ਓਨੈਸਟਲੀ ਇਹ ਨਹੀਂ ਤੁਸੀਂ ਸਾਹਮਣੇ ਬੈਠੇ ਦੋਨੋਂ ਇਹ ਸੁਪਨਾ ਪੂਰੀ ਦੁਨੀਆ ਦਾ ਪੂਰਾ ਹੋ ਰਿਹਾ ਭਾਈ ਕਿਉਂਕਿ ਇਸ ਐਨਜੀਓ 'ਚ ਦੇਖੋ ਮੈਂ ਕੁਝ ਘਰੋਂ ਨਹੀਂ ਲਿਆ ਕੇ ਲਾ ਰਿਆ ਸਭ ਕੁਝ ਲੋਕ ਕਰ ਰਹੇ ਨੇ ਕੋਈ ਤਾਂ ਐਨੀਵਲ ਨੇ ਡੈਡੀ ਦੇ ਪੈਸੇ ਲਾਈ ਜਾਂਨਾ ਸਭ ਕੁਝ ਲੋਕ ਕਰ ਰਹੇ ਨੇ ਜਿਹੜੇ ਤੱਕ ਤਕ ਤਕਰੀਬਨ ਸਵਾ ਲੱਖ ਪੇਸ਼ੈਂਟਸ ਦੀ ਹੈਲਪ ਹੋਈ ਉਹ ਲੋਕਾਂ ਨੇ ਹੀ ਕੀਤੀ ਤੁਹਾਡੇ ਵਰਗੇ ਭਰਾ ਨੇ ਡੋਨਰ ਨੇ ਅੱਧਿਆਂ ਦੇ ਮੈਨੂੰ ਨਾਮ ਨਹੀਂ ਪਤਾ ਅੱਧਿਆਂ ਦੀ ਮੈਨੂੰ ਸ਼ਕਲਾਂ ਨਹੀਂ ਪਤਾ ਲੋਕ ਕਹਿੰਦੇ ਨੇ ਨਾ ਗੁਪਤ ਸੇਵਾ ਕਰੀਦੀ ਆ ਇੱਕ ਸਭ ਤੋਂ ਵੱਡੀ ਐਗਜ਼ਾਮਪਲ ਦਿਨਾ ਭਾਈ ਗੁਪਤ ਸੇਵਾ ਕਈ ਵਾਰ ਉੱਥੇ ਡੋ 5 10 20 25 30 ਲੱਖ ਮਾਸਕ ਨਹੀਂ ਲਾਂਦੇ ਸ਼ਕਲ ਤੋਂ ਪਤਾ ਨਹੀਂ ਲੱਗਦਾ ਕਿ ਕੌਣ ਹੈ ਕੋਈ ਵੀਡੀਓ ਨਹੀਂ ਬਣਾਣੀ ਇਹਨਾਂ ਦੇ ਚੁੱਪਚਾਪ ਸਾਡੀ ਸੇਵਾ ਦਵਾਵੋ ਚੱਲ ਗਏ ਦੇਖ ਲਓ ਸੇਵਾ ਗੁਪਤ ਤੇ ਦਿਖਾ ਕੇ ਨਾ ਬਈ ਸਿਚੁਏਸ਼ਨ ਦੇ ਹਿਸਾਬ ਨਾਲ ਬਦਲ ਰਹੀ ਹੈ ਅੱਜ ਜ਼ਮਾਨਾ ਥੋੜਾ ਜਿਹਾ ਕਲਯੁਗ ਵਾਲ ਚੱਲ ਰਿਹਾ ਆਪਾਂ ਬਟ ਦਿਖਾਉਣ ਦਾ ਮੈਨੂੰ ਇਹ ਵੀ ਇੱਕ ਪੁਆਇੰਟ ਆ ਪਲੱਸ ਪਲੱਸ ਪੁਆਇੰਟ ਆ ਨਾਲ ਜੁੜਦੇ ਬਹੁਤ ਆ ਫਿਲੋ ਵੀ ਵੀਰੇ ਜੁੜਦੇ ਨੇ ਲੋਕ ਐਪਾਇਰ ਹੁੰਦੇ ਨੇ ਔਰ ਬਹੁਤ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਪਤਾ ਲੱਗਦੀਆਂ ਪੇਸ਼ੈਂਟਸ ਬਾਰੇ ਲੋਕ ਅਵੇਅਰ ਕਿੰਨੇ ਹੁੰਦੇ ਨੇ ਜਿਨ੍ਹਾਂ ਨੂੰ ਕਿੱਤਾ ਅਵੇਅਰਨੈਸ ਹੋ ਗਈ ਜਿਹੜੇ ਇਨਸਪਾਇਰ ਹੋ ਰਹੇ ਨੇ ਲੋਕ ਇੱਕ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਤੱਕ ਕਿਵੇਂ ਪਹੁੰਚਾਇਆ ਜਾਵੇ ਇੱਕੋ ਜ਼ਰੀਆ ਸੋਸ਼ਲ ਮੀਡੀਆ ਹੋਲਡਿੰਗਸ ਲਵਾ ਨਹੀਂ ਸਕਦੇ ਤੇ ਨਹੀਂ ਉਹੀ ਮੈਂ ਨਾਜ਼ਮ ਵੀਰਾ ਨਾਲ ਇਹੀ ਗੱਲ ਕਰ ਰਿਹਾ ਸੀਗਾ ਤੁਹਾਡੇ ਬਾਰੇ ਅਸੀਂ ਮੈਂ ਕਿਹਾ ਯਾਰ bro ਇਸ ਚੀਜ਼ ਦੀ ਉਹ ਕਿੰਨੀ ਪੋਜ਼ਿਟਿਵਿਟੀ ਆ ਕਿ ਉਹਨਾਂ ਨਾਲ ਉਹਨਾਂ ਨੂੰ ਦੇਖ ਕੇ ਮੇਰੇ ਵਰਗੇ ਹੋਰ ਹਾਲਾਂਕਿ ਮੈਂ ਤਾਂ ਬਹੁਤ ਕੁਝ ਕਰ ਸਕਦਾ ਬਟ ਜਿਹੜੇ ਵਿਚਾਰੇ ਜਿੱਦਾਂ ਹੁਣ ਤੁਸੀਂ ਦੱਸਿਆ 400 ਰੁਪਏ ਇਕੱਠਾ ਕਰਕੇ ਆਏ ਰਿਕਸ਼ੇ ਵਾਲੇ ਰਿਕਸ਼ੇ ਵਾਲੇ 10 ਰੁਪਏ ਵੀ ਉਹ ਆਪਣਾ ਕੰਟਰੀਬਿਊਟ ਕਰ ਰਿਹਾ ਥੋੜਨਾ ਇੱਕ ਆਟੋ ਵਾਲਾ ਬੰਦਾ ਹਰ ਮਹੀਨੇ ਦੀ ਇੱਕ ਦਿਨ ਦੀ ਦਿਹਾੜੀ ਮਹੀਨੇ ਚ ਇੱਕ ਦਿਨ ਦੀ ਦਿਹਾੜੀ ਉਹ ਦੋਨੇਟ ਕਰਕੇ ਜਾਂਦਾ 600 ਕਮਾਵੇ 700 ਕਮਾਵੇ 800 ਕਮਾਵੇ ਕਹਿੰਦਾ ਜੇ ਮੇਰੀ ਪੂਰੀ 29 ਦਿਨਾਂ ਨਾਲ ਨਹੀਂ ਪਈ ਨਾ ਅਮੂਲ ਮੇਰੀ ਇੱਕ ਦਿਨਾਂ ਵੀ ਨਹੀਂ ਪੈਣੀ ਜਿਨ੍ਹਾਂ ਦੀ ਮਹੀਨੇ 10000 ਰੁਪਏ ਤਨਖਾਹ ਹੈ ਉਹ ਇਹ ਸੋਚ ਲਨ 9500 ਰੁਪਏ 500 ਹੀ ਦੇਣਾ ਯਾ ਜਦੋਂ ਅਸੀਂ ਕੋਈ ਖਰਚਾ ਕਰਦੇ ਆਂ ਬਈ ਮੈਂ ਸੁਪੋਦਾ ਸ਼ਾਪਿੰਗ ਕਰਕੇ 1 ਲੱਖ ਰੁਪਏ ਦੀ ਮੈਂ ਸੋਚ ਲਵਾਂ ਯਾਰ 1 ਲੱਖ 10 ਹਜ਼ਾਰ ਦੀ ਕਰ ਲੇ ਯਾ ਮੈਂ 90 ਦੀ ਸ਼ਾਪਿੰਗ ਕਰ ਲਾਂ ਉਹੀ ਉਹੀ ਸੋਚਣ ਔਰ ਇਹ ਵੀ ਨਹੀਂ ਕਿ ਸਾਡੇ ਨਾਲ ਜੁੜੋ ਹਾਂ ਬਈ ਸਾਡੀ ਜੋ ਜ਼ਿੰਦਗੀ ਦਾ ਮਕਸਦ ਹੈ ਉਹ ਇਹ ਹੈ ਕਿ ਕੋਈ ਵੀ ਇਲਾਜ ਪੱਖੋਂ ਨਾ ਮਰੇ ਔਰ ਜਿੰਨਾ ਕ ਮੇਰਾ 8 ਸਾਲ ਦਾ ਤਜਰਬਾ ਹੈ ਬਈ ਮੈਂ ਇਹ ਔਨ ਕੈਮਰਾ ਹਜ਼ਾਰਾਂ ਵਾਰੀ ਗੱਲ ਕਹੀ ਹੈ ਜਿੰਨੀ ਡੋਨੇਸ਼ਨ ਆਪਣੇ ਪੰਜਾਬ ਚ ਹੁੰਦੀ ਹੈ ਪੰਜਾਬੀਆਂ ਵੱਲੋਂ ਇਹਦੇ ਦਸਵਾਂ ਹਿੱਸਾ ਵੀ ਜੇ ਦਾਨ ਦਾ ਸਹੀ ਤਰੀਕੇ ਨਾਲ ਲੱਗ ਜਾਵੇ ਤਾਂ ਕੋਈ ਭੁੱਖਾ ਨਾ ਮਰੇ ਕੋਈ ਬਿਨਾਂ ਇਲਾਜ ਪੱਖੋਂ ਨਾ ਸਿਰਫ ਜਿਹੜੀ ਮਿਸ ਮੈਨੇਜਮੈਂਟ ਡੋਨੇਸ਼ਨ ਦੀ ਹੋ ਰਹੀ ਹੈ ਇਹ ਕਿਦਾਂ ਮਿਸ ਮੈਨੇਜਮੈਂਟ ਕੀਤਾ ਉਹ ਸਾਰਾ ਸਮਝਾਉਂਗਾ ਬਈ ਤੁਹਾਨੂੰ ਮੈਂ ਉੱਥੇ ਦੱਸਿਓ ਮੈਨੂੰ ਕੀ ਮਨਾ ਵੱਡੇ ਪੱਧਰ ਤੇ ਮਿਸ ਮੈਨੇਜਮੈਂਟ ਹੋ ਰਹੀ ਹੈ ਕਿਉਂਕਿ ਲੋਕਾਂ ਨੇ ਸ਼ਰਤਾਂ ਹੀ ਬਣਾਇਆ ਹੋਇਆ ਮਿੱਥ ਕਿ ਟਾਈਮ ਨਹੀਂ ਹੈ ਅਕਾਊਂਟਸ ਪਾ ਦੋ ਟਾਈਮ ਨਹੀਂ ਅਕਾਊਂਟਸ ਪਾ ਦੋ ਜਿਹੜੇ ਅਕਾਊਂਟਸ ਲੈਣ ਵਾਲੇ ਨੇ ਹਾਂ 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 ਬੈਕ ਆਫ ਦ ਮਾਈਂਡ ਸ਼ਤਾਨੀ ਦਿਮਾਗ ਉਹਨਾਂ ਨੂੰ ਵਧੀਆ ਮਰੀਜ਼ ਰੋਂਦਾ ਦਿਖਾਉਂਦੇ ਨੇ ਵੀਡੀਓ ਚ ਆ ਦੇਖੋ ਜੀ ਮਰੀਜ਼ ਰੋ ਰਿਹਾ ਹੁਣ ਫਾਰ ਇਗਜ਼ਾਮਪਲ ਮੈਂ ਤੁਹਾਨੂੰ ਇੱਕ ਪੇਸ਼ੈਂਟ ਦਿਖਾਇਆ ਕਿ ਵੀਰ ਯਾਰ ਕਿਸੇ ਹੋਰ ਨੇ ਵੀਡੀਓ ਦੇਖੀ ਉਹਨੇ ਬਣਾਉ ਯਾਰ ਬੀਅਰ ਮੇਰੇ ਲੋਗ ਹੁਣ ਉਹ ਵੀਡੀਓ 1 ਮਿਲੀਅਨ ਲੋਕਾਂ ਨੇ ਦੇਖਣੀ ਤੇ 100 ਬੰਦੇ ਨੇ ਹੈਲਪ ਕੀਤੀ ਤੇ ਕਿੰਨੇ ਪੈਸੇ ਚਲੇ ਗਏ ਉਹਦੇ ਖਾਤੇ ਚ 10000 ਕਰਕੇ 10000 ਦੇਣ ਵਾਲਿਆਂ ਨੂੰ ਨਹੀਂ ਪਤਾ ਕਿੰਨੇ ਚਲੇ ਗਏ ਉਹ ਮੈਨੂੰ ਪਤਾ ਮੇਰੇ ਖਾਤੇ ਚ ਕਿੰਨੇ ਆ ਗਏ ਕਿੰਨੇ ਆ ਗਏ ਲੱਗਣੇ ਕਿੰਨੇ ਨੇ ਉੱਥੋਂ ਮਿਸਮੈਨੇਜਮੈਂਟ ਸ਼ੁਰੂ ਹੋ ਜਾਂਦੀ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਨਹੀਂ ਨਾ ਨਾ ਰੱਬ ਤੋਂ ਬਈ ਸੈਕੰਡ ਸਟੇਜ ਆ ਸਭ ਤੋਂ ਪਹਿਲੀ ਸਟੇਜ ਕੀ ਅਸੀਂ ਦਾਨ ਦੇਣ ਵਾਲੇ ਆਪਣੀ ਅੱਖਾਂ ਖੋਲਣ ਰੱਬ ਤੋ ਬਈ ਕਰੇਗਾ ਹੀ ਕਰੇਗਾ ਹੁ ਸਕਿੰਡ ਸਟੇਜ ਕਰਮਾ ਹਾਂ ਕਿ ਅਸੀਂ ਜੋ ਕਰਾਂਗੇ ਪਰ ਫਰਸਟ ਸਟੇਜ ਸਾਡੀ ਡੋਨੇਸ਼ਨ ਸਾਡਾ ਕਮਾਇਆ ਦਸਵੰਤ ਕਿੱਦਾਂ ਕਿਸੇ ਗਲਤ ਹੱਥਾਂ ਚਲਾ ਜਾਵੇ ਹਾਂ ਇਹ ਵੀ ਆ ਕਿ ਡੋਨਰ ਡੋਨਰ ਨੂੰ ਵੀ ਚੈੱਕ ਕਰਨਾ ਚਾਹੀਦਾ ਇਹ ਚੀਜ਼ ਡਾਇਰੈਕਟ ਕਰਨਾ ਚਾਹੀਦਾ ਭਾਜੀ ਤੁਸੀਂ ਮਹੀਨੇ ਦਾ 50 ਰੁਪਏ ਡੋਨੇਟ ਕਰਨਾ ਨਾ ਦੋ ਦਿਨ ਕੱਢ ਲਓ ਪੂਰੇ ਕਿ ਦੋ ਦਿਨ 48 ਘੰਟਿਆਂ ਚ ਮੈਂ ਵਹਿਲਾਂ ਜਿੰਨੀਆਂ ਵੀ ਪੰਜਾਬ ਦੀਆਂ ਇੰਡੀਆ ਦੀਆਂ ਐਨ ਜੀਓਜ਼ ਦਾ ਸਭ ਨਾਲ ਕੰਟੈਕਟ ਕਰਾਓ ਦੱਸੋ ਬਈ ਆਪਣਾ ਆਪਣਾ ਮਾਡਲ ਕਿੱਥੇ ਡੋਨੇਸ਼ਨ ਦੇਣੀ ਹੈ ਕਿਉਂ ਦੇਣੀ ਸਵਾਲ ਕਰੋ ਉਹਨਾਂ ਨੂੰ ਆਪਾਂ ਹਰ ਆਰਟਿਸਟ ਨੂੰ ਸਵਾਲ ਕਰਦੇ ਆ ਆ ਕਿਦਾਂ ਕਿਦਾਂ ਐਨਜੀਓ ਵਾਲਿਆਂ ਨੂੰ ਸਵਾਲ ਹੀ ਨਹੀਂ ਹੁੰਦੇ ਕਿਉਂਕਿ ਉਹਨਾਂ ਨੇ ਪਹਿਰਾਵਾ ਪਾਇਆ ਹੋਇਆ ਸਮਝ ਗਏ ਨਾ ਕਿ ਕਿਉਂ ਦੇਣੀ ਸਮਝ ਗਿਆ ਕਿੰਨੂ ਦੇਣੇ ਕਿੰਨੇ ਦੇਣੇ ਹੁਣ ਕਹੀ ਗਈ ਬਰੀ ਪੇਸ਼ੈਂਟ ਐਸੇ ਵੀ ਆਉਂਦੇ ਨੇ ਸਾਡੇ ਕੋਲ ਜਿਨ੍ਹਾਂ ਨੂੰ ਲੱਖ ਰੁਪਏ ਦੀ ਹੁੰਦੀ ਹੈ ਪਰ ਅਸੀਂ ਉਹਨਾਂ ਦਾ ਟ੍ਰੀਟਮੈਂਟ 10000 ਚ ਕਰਾ ਦਿੰਨੇ ਓਕੇ ਕਈਆਂ ਦਾ ਟ੍ਰੀਟਮੈਂਟ ਫ੍ਰੀ ਕਰਾ ਦਿੰਨੇ ਹਾਂ ਸਿਰਫ ਇੱਕ ਮੈਨੇਜਮੈਂਟ ਲੈਕ ਆਫ ਨੋਲੇਜ ਕਈ ਸੁਵਿਧਾਵਾਂ ਸਰਕਾਰ ਵੱਲੋਂ ਹੀ ਅਸੀਂ ਆਨੇ ਜਿਹੜੀਆਂ ਲੋਕਾਂ ਨੂੰ ਪਤਾ ਹੀ ਨਹੀਂ ਆਯੁਸ਼ਮਨ ਕਾਰਡ ਬਈ ਉਹਨਾਂ ਨੂੰ ਬੜਨਾ ਕਿੰਦਾ ਉਹਦਾ ਫਾਇਦਾ ਕਿੰਦਾ ਲੈਣਾ ਚਿੱਟੇ ਮੋਤੀ ਦੇ ਅੱਖਾਂ ਦਾ ਆਪਰੇਸ਼ਨ 30-3000 ਦੇ ਵਿੱਚ ਹੁੰਦੇ ਨੇ ਅਸੀਂ 3100 ਦਾ ਕਰਾਣੇ ਆ ਅੱਛਾ আরে ਤੁਹਾਨੂੰ ਪਤਾ ਨਹੀਂ ਕਿੰਨੀ ਇੱਕ ਦੁਆਵਾਂ ਲੱਗਦੀਆਂ ਨੇ ਟੱਚਵੁੱਡ ਤੁਸੀਂ ਤੁਹਾਡਾ ਮਕਸਦ ਕੀ ਬਾਈ ਜ਼ਿੰਦਗੀ ਦਾ ਤੁਸੀਂ ਇੱਕ ਲਾਈਫ ਕੀ ਦੇਖਦੇ ਹੋ ਬਾਈ ਨਚੋੜ ਗਈ ਕਰਦੇ ਹੋ ਜ਼ਿੰਦਗੀ ਦਾ ਕਿ ਜਦੋਂ ਮੈਂ ਕਈ ਵਾਰ ਸੋਚਦਾ ਕਿ ਦੁਨੀਆ ਬਣੀ ਹੋਊਗੀ ਰੱਬ ਨੇ ਕਿਉਂ ਬਣਾਈ ਹੋਊਗੀ ਮੇਰੇ ਮਨ 'ਚ ਥਾਟਸ ਆਉਂਦੇ ਨੇ ਮੈਂ ਪੁੱਛਦਾ ਵੀ ਹਾਂ ਹਰ ਇੱਕ ਨੂੰ ਕਿ ਕਿਉਂ ਬਣੀ ਹੋਊਗੀ ਇਸ ਲਈ ਤਾਂ ਨਹੀਂ ਬਣੀ ਕਿਸੀ ਆਏ ساری ਜ਼ਿੰਦਗੀ ਮਿਹਨਤ ਕਰਦੇ ਰਹੇ ਐਂਡ ਤੇ ਪ੍ਰੋਪਰਟੀ ਸਾਮਰਾਜ ਛੱਡ ਗਏ ਚੱਲ ਗਏ ਨਹੀਂ ਤੁਹਾਨੂੰ ਕੀ ਲੱਗਦਾ ਕਿ ਦੁਨੀਆ ਕਿਉਂ ਬਣੀ ਆ ਆਪਾਂ ਕਿਉਂ ਆਇਆ ਇਹ ਸੱਚੀ ਦੱਸਾਂ ਮੈਂ ਵੀ ਸੋਚਦਾ ਹੁੰਦਾ ਕਿ ਯਾਰ ਮਤਲਬ ਕੀ ਖੇਡ ਹੈ ਰੱਬ ਦੀ ਯਾਰ ਹਨਾ ਐਟ ਦ ਐਂਡ ਆ ਸੋਮਝੀ ਨਹੀਂ ਹੁੰਦੀ ਹਨਾ ਐ ਐ ਐ ਸਾਨੂੰ ਨਚਾਉਂਦਾ ਰਹਿੰਦਾ ਘਟ ਪੁਤਲਿਆਂ ਵਾਂਗ ਐਟ ਦ ਐਂਡ ਆਫ ਡੇਸ ਭਾਜੀ ਜਾਣੇ ਚਲੋ ਜੀ ਹਸਤੀਆਂ ਤੱਕ ਚਲੋ ਸਸਰੀਕਾਰ ਸਾਰਾ ਪ੍ਰਾਪਰਟੀ ਐ ਪ੍ਰਾਪਰਟੀ ਐ ਉਹ ਇੱਥੇ ਤੱਕ ਰਿਆ ਰਹਿ ਜਾਂਦਾ ਹਨਾ 21 ਸਦੀਆਂ ਥੱਲੇ ਦਫਨ ਨੇ ਬਾਈ ਸਾਡੇ ਸਾਡੇ ਨੀਚੇ ਨੇ ਬਾਈ ਕਿ ਮਸੀਹ ਵੀ ਹੋਣੀ ਐ 21 ਸਦੀ ਚੱਲ ਰਹੀ ਐ ਸਾਡੇ ਥੱਲੇ ਵੀ ਸਦੀਆਂ ਦਫਨ ਨੇ ਅਸੀਂ ਵੀ ਦਫਨ ਹੋਵਾਂਗੇ ਐ ਜਿਆਦਾ ਡੀਪ ਹੋ ਜਾਣੀਆਂ ਗੱਲਾਂ ਨਹੀਂ ਨਹੀਂ ਤੁਸੀਂ ਕੀ ਸਮਝਦੇ ਹੋ ਬਾਈ ਮੈਨੂੰ ਸੱਚੀ ਦੇ ਸਾਮਣੇ ਨੂੰ ਕੁਝ ਨਹੀਂ ਆਈਡੀਆ ਆਈ ਸਵਰ ਟੂ ਗੋਡ ਮੈਂ ਵੀ ਗਵਾ ਬਣਾ ਬਣੂ ਕੇ ਗੱਲਾਂ ਮੈਨੂੰ ਰੱਬ ਮਿਸਟਰੀ ਐ ਇੱਕ ਗੁਲਾਮ ਅਲੀ ਖਾਨ ਸਾਹਿਬ ਦੀ ਕਵਾਲੀ ਤੂੰ ਇੱਕ ਗੋਰਗ ਧੰਦਾ ਹੋ ਗੋਰਖ ਧੰਦਾ ਮਤਲਬ ਮਿਸਟਰੀ ਹੋ ਵੀ ਨਹੀਂ ਹਰ ਜਾ ਹੋ ਹੈ ਵੀ ਜਾਂ ਤੇ ਹਰ ਹੈ ਵੀ ਨਹੀਂਗਾ ਕਦੀ ਕਦੀ ਲੱਗਦਾ ਨਾ ਕਿ ਯਾਰ ਤੂੰ ਹੈਗਾ ਆ ਫਿਰ ਲੱਗਦਾ ਹਾਂ ਹੈਗਾ ਹੋ ਵੀ ਨਹੀਂ ਹਰ ਜਾ ਹੋ ਤੂੰ ਇੱਕ ਗੋਰਖ ਧੰਦਾ ਹੋ ਉਹ ਰੱਬ ਮਿਸਟਰੀ ਆ ਜੀ ਇਸੀ ਚੀਜ਼ ਦਾ ਆਨਸਰ ਲੱਭ ਗਿਆ ਫਿਰ ਤਾਂ ਕੰਪਲੀਟ ਹੋ ਗਿਆ ਆਪਾਂ ਫਿਰ ਤਾਂ ਆਪਾਂ ਜੁੜ ਗਏ ਉਹਦੇ ਨਾਲ ਮੈਨੂੰ ਇਹ ਲੱਗਦਾ ਉਹ ਉਹ ਮੈਨੂੰ ਲੱਗਦਾ ਉਹ ਮਜ਼ੇ ਵੀ ਲੈਂਦਾ ਕਿ ਸਵਾਰਾ ਪੂਰੇ ਰਹਿ ਚੱਕੋ ਫੱਟੇ ਪੁੱਟੋ ਨਜ਼ਾਰੇ ਲਓ ਉਹ ਕਹਿੰਦੇ ਆ ਨਾ ਉਹਦੇ ਰੰਗਾਂ ਨੂੰ ਉਹੀ ਜਾਣੇ ਉਹਨੂੰ ਨੂੰ ਪਤਾ ਹੋਣਾ ਕਦੀ ਆਈ ਡੋਨਟ ਨੋ ਹਣੇ ਨਹੀਂ ਗੱਲ ਕਰਕੇ ਹਟੇ ਕਿ ਮਰ ਕੋਈ ਕੀ ਹੁੰਦਾ ਰੱਬ ਨੂੰ ਮਿਲਾਂਗੇ ਨਹੀਂ ਮਿਲਾਂਗੇ ਪਹਿਲਾਂ ਕਿੱਥੇ ਸੀ ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਹੋਣੇ ਹੋਏ ਹੋਏ ਭਾਈ ਗਾਣਾ ਹੋ ਜਾਓ ਫਿਰ ਇੱਕ ਹਣ ਆਈ ਗਾਦੀਏ ਮੈਨੂੰ ਫੇਰ ਮੇਰਾ ਫੇਵਰਟ ਗਾਣਾ ਔਰ ਮੇਰੇ ਫੇਵਰਟ ਸਿੰਗਰ ਨੇ ਆਮਰਿੰਦਰ ਭਾਜੀ ਮੈਂ ਉਹਨਾਂ ਨੂੰ ਬਹੁਤ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਲਾਈਫ ਮੈਂ ਉਹਨਾਂ ਨਾਲ ਨਾ 2.25 ਸਾਲ ਰਿਹਾ ਆ। ਆ ਪਾਣੀ ਟਾਈਮ। ਜਦੋਂ ਤੁਸੀਂ ਮੁੰਡੇ ਕਮਾਲ ਦੇ ਕੀਤੇ। ਮੈਂ ਉਹਨਾਂ ਤੋਂ ਸਿੰਪਲੀਸਿਟੀ ਸਿੱਖੀ ਯਾਰ ਉਸ ਬੰਦੇ ਤੋਂ। ਅਮਰਿੰਦਰ ਗਿੱਲ ਵਾਹ ਜੀ ਬੋ। ਕੀ ਇਨਸਾਨ ਹੋ ਵੀ ਹੁੰਦਾ। ਆਈ ਲਵ ਯੂ ਭਾਜੀ। ਤੁਸੀਂ ਸੱਚੀ ਮੈਨੂੰ ਕੁਝ ਚੀਜ਼ਾਂ 'ਚ ਬਹੁਤ ਇਨਸਪਾਇਰ ਕੀਤਾ। ਸੋ ਤੁਹਾਡੇ ਗਾਣਾ ਤੁਹਾਡੇ ਲਈ। ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ। ਕੁਝ ਮੇਰੇ ਰੋਣ ਦੀਆਂ ਤੇਰੇ ਵਖ ਹੋਣ ਦੀਆਂ ਲਾਉਣਾ ਗਲ ਤੇ ਨਾ ਤੈਨੂੰ ਮੈਂ ਅੱਖਾਂ ਫੇਰ ਪਰਨੀਆਂ ਨਹੀਂ ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ ਵਾਹ ਜੀ ਹੋਰ ਠੀਕਾ ਹੋ ਗਿਆ ਨਹੀਂ ਨਹੀਂ ਤੁਸੀਂ ਪਹਿਲਾਂ ਵੀ ਬਹੁਤ ਸੋਨਾ ਗਾਇਆ ਸੀ ਦੇਖੋ ਮੈਨੂੰ ਨਹੀਂ ਪਤਾ ਲੱਗਿਆ ਹਾਂ ਦੇਖ ਲਓ ਤੁਹਾਨੂੰ ਉਹ ਕੰਪੋਜੀਸ਼ਨ ਹੀ ਮੈਂ ਕਿਤੇ ਹੋਰ ਪਾਸੇ ਲੈ ਗਿਆ ਸੀਗਾ ਬਾਈ ਹੁਣ ਇਹ ਵੀ ਸੁਣਾ ਦਿਓ ਹਾਂ ਸਿੱਲੀ ਸਿੱਲੀ ਆਵਾਜ਼ ਜ਼ਰੂਰ ਹੈ ਤਾਂ ਮੇਰਾ ਫੇਵਰਿਟ ਗਾਣਾ ਇੱਕ ਹਾਂ ਠੀਕ ਹੈ ਅੰਤਰੇ ਤੋਂ ਸ਼ੁਰੂ ਕਰਦਾ ਫਿਰ ਮੇਰਾ ਫੇਵਰਿਟ ਅੰਤਰਾ ਇੱਕ ਅਮਰਦੀਪ ਗਿੱਲ ਭਾਜੀ ਨੇ ਉਹਨਾਂ ਨੇ ਲਿਖਿਆ ਸੀ ਲਵ ਯੂ ਭਾਜੀ ਗੱਲ ਤਾਂ ਕਿੰਨੀ ਐਂਡ ਗੱਲਾਂ ਨਾ ਯਾਰ ਕਿੰਨੀ ਡੀਪ ਗੱਲ ਆ ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਵਾ ਕਿਤੇ ਕੋਈ ਰੋਂਦਾ ਹੋਵੇਗਾ ਮਤਲਬ ਉਹਦੇ ਅੰਸੂਆਂ ਨਾਲ ਛੂ ਕੇ ਉਹ ਹਵਾ ਸਿੱਲੀ ਹੋ ਗਈ ਆ ਤੇ ਉਹ ਜਿਹੜੀ ਮੈਨੂੰ ਫੀਲ ਹੋ ਰਹੀ ਆ ਬਹੁਤ ਕਹਿੰਦੀ ਦੱਸੋ ਬਿਨਾ ਬੱਦਲਾਂ ਤੋਂ ਹੋਈ ਜਾਵੇ ਬਰਸਾਤ ਜੋ ਚੁਨੀ ਨੂੰ ਨਾ ਛੋੜੀ ਜਾਵੇ ਕੋਠੇ ਛੜੀ ਰਾਤ ਜੋ ਬਿਨਾ ਬੱਦਲਾਂ ਤੋਂ ਹੋਈ ਜਾਵੇ ਬਰਸਾਤ ਜੋ ਜੰਨੀ ਨੂੰ ਨਾ ਛੋੜੀ ਜਾਵੇ ਕੋਠੇ ਚੜੀ ਰਾਤ ਜੋ ਪੱਲਾ ਚੰਨ ਦਾ ਵੀ ਭਿੱਜ ਜੋ ਗਿਆ ਉਹੀ ਕਿਤੇ ਰੋਂਦਾ ਹੋਵੇਗਾ ਇਹ ਦਸਿਲੀ ਸਿਲੀ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਜਾਂ ਤਾਂ ਮੇਰੇ ਵਾਂਗੂ ਸੀਨੇ ਨਾਲ ਲਾ ਉਹੀ ਕਿਤੇ ਰੋਂਦਾ ਹੋਵੇਗਾ ਵਾਹ ਜੀ ਵਾਹ ਜੀ ਵਾਹ ਬਹੁਤ ਵਧੀਆ ਭਾਜੀ ਥੈਂਕ ਯੂ ਭਾਜੀ ਬੜਾ ਅਨੰਦ ਤੇ ਬੜਾ ਮੋਟੀਵੇਸ਼ਨ ਤੇ ਬੜਾ ਚੰਗਾ ਮਹਿਸੂਸ ਹੋਇਆ ਤੁਹਾਡੇ ਨਾਲ ਗੱਲਬਾਤ ਕਰਕੇ ਮੋਟੀਵੇਟ ਕਰ ਸਕੋ ਤੁਸੀਂ ਕਰਦੇ ਹੋ ਥੈਂਕਸ ਟੂ ਯੂ ਵੀਰੇ ਨਹੀਂ ਇਹ ਨਹੀਂ ਤੁਹਾਡੇ ਸਾਹਮਣੇ ਬੈਠਾ ਤਾਂ ਕਹਿੰਦਾ ਜੀ ਜੀ ਲਵ ਯੂ ਐਂਡ ਤੁਸੀਂ ਹਮੇਸ਼ਾ ਇਦਾਂ ਹੀ ਕੰਮ ਕਰਦੇ ਰਹੋ ਔਰ ਮੇਰੀ ਸੇਵਾ ਜ਼ਰੂਰ ਤੁਸੀਂ ਭਰਾਵੋਂ ਵੀਰੇ ਮੈਂ ਪਹਿਲਾਂ ਹੀ ਕਿਹਾ ਕਿ ਇਹ ਜਿਹੜਾ ਸੁਪਨਾ ਪੂਰਾ ਹੋ ਰਿਹਾ ਇੱਕ ਜ਼ਰੀਆ ਇਹ ਸਾਰੇ ਤੁਹਾਡੇ ਭਰਾਵਾਂ ਦੀ ਲੱਖਾਂ ਕਰੋੜਾਂ ਲੋਕ ਜਿਹੜੇ ਕੰਮ ਕਰਨਾ ਚਾਹੁੰਦੇ ਸੀ ਕਿਸੇ ਮਜਬੂਰੀਆਂ ਕਰਕੇ ਨਹੀਂ ਕਰ ਪਾਰੇ ਉਹਨਾਂ ਦਾ ਹੀ ਸੁਪਨਾ ਹੈ ਉਹੀ ਪੂਰਾ ਹੋ ਰਿਹਾ ਔਰ ਲਾਈਫਟਾਈਮ ਅਰਦਾਸ ਕਰਨ ਸਾਰੇ ਕਿ ਇਮਾਨਦਾਰੀ ਨਾਲ ਅਸੀਂ ਇਹ ਕੰਮ ਨਿਭਾਉਂਦੇ ਰਹੀਏ ਇਹ ਚੀਜ਼ ਜਿਹੜੀ ਤੁਸੀਂ ਅੱਗੇ ਕਿਹਾ ਸੀ ਕਿ ਸਹੀ ਪੈਸਾ ਸਹੀ ਜਗ੍ਹਾ ਪਹੁੰਚੇ ਉਹ ਬਹੁਤ ਜ਼ਰੂਰੀ ਆ ਸੋ ਜਿਹੜੇ ਦੇਖ ਰਹੇ ਪਲੀਜ਼ ਤੁਸੀਂ ਜਿਵੇਂ ਵੀਰੇ ਨੇ ਕਿਹਾ ਸੀ ਸਵਾਲ ਜਰੂਰ ਕਰਾ ਕਰੋ ਸਾਡਾ ਪੈਸਾ ਕਿੱਥੇ ਲੱਗ ਰਿਹਾ ਕਿਉਂ ਲੱਗ ਰਿਹਾ ਇਹ ਜਿਸ ਦਿਨ ਸਵਾਲ ਹੋਣੇ ਸ਼ੁਰੂ ਹੋਗੇ ਨਾ ਮੇਰੀ ਗੱਲ ਨੋਟ ਕਰ ਲਿਓ ਬਈ ਕਦੀ ਵੀ ਡੋਨੇਸ਼ਨ ਦੀ ਦੁਰਵਰਤੋਂ ਨਹੀਂ ਹੋਏਗੀ ਔਰ ਕੋਈ ਵੀ ਪੰਜਾਬ ਦੀ ਗਾਰੰਟੀ ਲੈਂਦਾ ਮੈਂ ਕਿਉਂਕਿ ਨਾ ਬਈ 8 ਸਾਲਾਂ ਚ ਮੈਂ ਡੋਨੇਸ਼ਨ ਦਾ ਵੀ ਲੈਵਲ ਦੇਖ ਲਿਆ ਮਰੀਜ਼ ਵੀ ਦੇਖ ਲੇ ਡੋਨੇਸ਼ਨ ਇਜ਼ ਲਾਈਕ ਐਨੀਥਿੰਗ ਤੁਸੀਂ ਜਿੰਨੇ ਇਕੱਠੇ ਕਰਨੇ ਚਾਹਦੇ ਹੋ ਪੰਜਾਬ ਚੋਂ ਕਰ ਲਓ ਇਹ ਮੈਂ ਔਨ ਰਿਕਾਰਡ ਗੱਲ ਕਰ ਰਿਹਾ ਹਾਂ ਸਾਡੀ ਜਿੰਨਾ ਮਰਜੀ ਤੁਸੀਂ ਇੱਕ ਮਰੀਜ਼ ਲਈ 5 ਕਰੋੜ ਵੀ ਇਕੱਠਾ ਕਰਨਾ ਚਾਹੁੰਦੇ ਹੋ ਨਾ ਮੈਂ ਕਰਵਾ ਕੇ ਦਿੰਦਾ ਤੁਹਾਨੂੰ ਇੱਕ ਮਰੀਜ਼ ਲਈ ਅੱਛਾ ਇੰਨਾ ਪੈਸਾ ਲੋਕ ਡੋਨੇਟ ਕਰਦੇ ਨੇ ਇੰਨਾ ਡੋਨੇਟ ਕਰਦੇ ਨੇ ਬਸ ਕਿ ਉਹ ਚੁੱਪਚੀਪ ਇਤੇ ਹੀ ਕਰੀ ਜਾਂਦੇ ਨੇ ਦੱਸਣਾ ਨਹੀਂ ਖਾਤਿਆਂ 'ਚ ਪਾਤਾ ਈਜ਼ੀ ਵੇ ਜਿਵੇਂ ਹੁਣ ਕਈ ਸੈਲੀਬ੍ਰਿਟੀ ਨੇ ਉਹ ਫੋਨ ਤੇ ਜਾਂਦੇ ਨੇ ਕਿ ਜਿੱਦਾਂ ਵੀਡੀਓਜ਼ ਦੇਖਦੇ ਨੇ ਮੈਂ ਉਹ ਨਾਂ ਨਹੀਂ ਲਊਗਾ ਬਟ ਮੈਂ ਵੀ ਉਹ ਉਹ ਫੋਨ ਤੋਂ ਜਿਹੜਾ ਪਤਾ ਹੀ ਜਾਂਦੇ ਨੇ ਹੁਣ ਸਭ ਤੋਂ ਤੁਸੀਂ ਮੈਨੂੰ ਜੇ ਸਾਲ ਪਹਿਲਾਂ ਘਰੇ ਬੈ ਕੇ ਕਾਲ ਕਰਦੇ ਕਿ ਨਵਲਾ ਟਰਾਂਸਫਰ ਮੈਂ ਕਿਹਾ ਨਹੀਂ ਭਾਈ ਜਿਸ ਦਿਨ ਮੌਕਾ ਲੱਗਿਆ ਤੁਸੀਂ ਆਇਓ ਕਿਉਂਕਿ ਨਾ ਭਾਈ ਮੈਂ ਜਾਣਦਾ ਕਿ ਤੁਸੀਂ ਮੇਰੇ ਤੇ ਟਰਸਟ ਕਰਕੇ ਪੈਸੇ ਨਾ ਦਿਓ ਡੋਨਟ ਟਰਸਟ ਮੀ ਟਰਸਟ ਥੈਟ ਪ੍ਰੋਸੈਸ ਕਿ ਇੱਕ ਜ਼ਰੀਆ ਫਾਊਂਡੇਸ਼ਨ ਇੱਕ ਤਾਂ ਉਹ ਐਨ ਜੀਓ ਐਸੀ ਹੈ ਜਿਹੜੀ 365 ਦਿਨ ਤੁਹਾਨੂੰ ਮਿਲਦੇ ਨੇ ਉੱਥੇ ਰੋਜ਼ ਅਨਮੋਲ ਕਵਟਰਾ ਇਜ਼ ਏਵਰੀਡੇ ਅਵੇਲੇਬਲ देयर 7 ਟੂ 9 ਰੋਜ ਦਿਵਾਲੀ ਵਾਲੇ ਦਿਨ ਨਵੇਂ ਸਾਲ ਦੇ ਦਿਨ ਲੋਹੜੀ ਵਾਲੇ ਦਿਨ ਕੁਝ ਵੀ ਹੋਵੇ ਦੁਨੀਆ 'ਚ ਮੈਂ ਕਿਤੇ ਵੀ ਹੋਵਾਂ ਉੱਥੇ ਹੀ ਮਿਲੂੰਗਾ ਉੱਥੇ ਆ ਕੇ ਦੇਖੋ ਕਿ ਕਿਵੇਂ ਹੋ ਰਿਹਾ ਹੈ ਕੀ ਪ੍ਰੋਸੈਸ ਹੈ ਕਿਦਾਂ ਕਿਦਾਂ ਦੇ ਮਰੀਜ਼ ਆਂਦੇ ਨੇ ਝੂਠੇ ਸੱਚੇ ਫਰਾਡ ਅੱਛਾ ਝੂਠੇ ਵੀ ਆਂਦੇ ਬਹੁਤ ਨਕਲੀ ਆ ਦੇਖਾਂਗੇ ਤੁਸੀਂ ਕਹੋਗੇ ਯਾਰ ਆ ਕੀ ਹੋ ਰਿਹਾ ਹੈ ਅੱਛਾ ਤੁਸੀਂ ਹੋਰ ਪੱਕੇ ਹੋ ਕੇ ਜਾਓਗੇ ਕਿ ਅੱਜ ਤੋਂ ਬਾਅਦ ਕਿਸੇ ਨੂੰ 50 ਦਾ ਨੋਟ ਵੀ ਨਹੀਂ ਆ ਫੜਾਣਾ ਕਿਸੇ ਨੂੰ ਲੋੜ ਹੈ ਭਾਵੇਂ 5000 ਦੇ ਦਿਓ ਬਾਈ ਪਰ ਜਿਹਨੂੰ ਨਹੀਂ ਲੋੜ ਉਹ 50 ਦੇਣਾ ਵਿੱਚ ਚੁਬਣਾ ਹੈ ਕਲੀਅਰ ਹੈ ਹਰਾਮ ਦਾ ਥੋੜੀ ਕਮਾਇਆ ਹੈ ਇਹ ਨਹੀਂ ਮਿਹਨਤ ਲਾ ਕੇ ਕਮਾਣਾ ਜਿਹੜਾ ਅਖਲਾਲ ਦਾ ਗਮਾਉਂਦਾ ਉਹਨੇ ਫਿਰ ਸਹੀ ਤਰੀਕੇ ਨਾਲ ਹਾਂ ਸਹੀ ਗੱਲ ਬਹੁਤ ਵਧੀਆ ਲੱਗਿਆ ਬਈ ਤੁਹਾਡੇ ਨਾਲ ਗੱਲਬਾਤ ਕਰਕੇ ਵਿੱਚ ਮੇਰਾ ਵੀ ਪੌਡਕਾਸਟ ਹੋ ਜਾਂਦਾ ਨਹੀਂ ਨਹੀਂ ਹੋ ਰਹੀ ਆ ਵਧੀਆ ਮਜ਼ਾ ਆ ਗਿਆ ਮੈਂ ਤੁਹਾਡੀ ਇੰਟਰਵਿਊ ਲੈ ਲਈ ਤੁਹਾਡੀ ਗੁੱਡ ਟੂ ਸੀ ਟੀਡੀ ਮਨ ਚ ਵੀ ਆਪਾਂ ਕੇ ਹਾਲਾ ਕਿ ਪਹਿਲੀ ਵਾਰ ਹੀ ਮਿਲੇ ਪਹਿਲੀ ਵਾਰੀ ਗੱਲ ਹੋਈ ਬਟ ਐਨ ਲੱਗ ਨਹੀਂ ਰਿਹਾ ਕਿ ਤੁਹਾਨੂੰ ਮਿਲ ਕੇ ਥੈਂਕ ਯੂ ਤੁਸੀਂ ਮੈਨੂੰ ਆਪਣੇ ਕਿਉਂਕਿ ਜਦੋਂ ਕੋਈ ਮਹਿਮਾਨ ਨੂੰ ਬੁਲਾਉਂਦਾ ਹੈ ਉਹਦੇ ਉਹਦਾ ਬਹੁਤ ਰਿਸਪੌਂਸਿਬਿਲਟੀ ਹੁੰਦੀ ਉਹਨੂੰ ਗੁੱਡ ਫੀਲ ਕਰਾਉਣਾ ਥੈਂਕ ਯੂ ਮੈਨੂੰ ਬਸ ਇੱਕੋ ਹੀ ਹੁੰਦਾ ਹੈ ਕਿ ਗੈਸਟ ਕੰਫਰਟੇਬਲ ਰਹੇ ਸਾਡੀ ਕਰੇ ਮਹਿਮਾਨ ਆਇਆ ਸਾਡੀ ਮਹਿਮਾਨ ਨਵਾਜ਼ੀ ਤਾਂ ਪੰਜਾਬੀਆਂ ਦੀ ਇਹ ਹੈ ਬਸ 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 ਕਿ ਜਦੋਂ ਵੀ ਦੁਆਰਾ ਵੀ ਮਿਲੀ ਇੱਕ ਚੰਗੀ ਅੱਖ ਨਾਲ ਅੱਖ ਮਲਾਈ ਹੈ ਕਿ ਯਾਰ ਕੋਈ ਇਹ ਨਾ ਹੋਵੇ ਕਿ ਕੋਈ ਕਵੇ ਅਨਮੋਲ ਉਹ ਨਹੀਂ ਯਾਰ ਉਹਦੇ ਕੋਲ ਨਹੀਂ ਆ ਹਾਂ ਔਰ ਥੈਂਕ ਯੂ ਸੋ ਮਚ ਤੁਹਾਡੀ ਪਰਮਾਤਮਾ ਤੁਹਾਡੀ ਫਿਲਮ ਨੂੰ ਬਹੁਤ ਬੁਲੰਦੀਆਂ ਦੇਵੇ ਔਰ ਸਾਡਾ ਭਰਾ ਜਿਹੜਾ ਇਨਸਾਨ ਕਰਮਾਂ ਤੋਂ ਬਹੁਤ ਡਰਦਾ ਹੈ ਨਾ ਤੁਸੀਂ ਮੰਨੋਗੇ ਮੇਰਾ ਫਿਲਮ ਵੱਲ ਆ ਗਲੇ ਦੀ ਕਸਮ ਲੱਗੇ ਓ ਕਿਉਂਕਿ ਆਪਾਂ ਗੱਲਾਂ ਹੀ ਦੂਜੀ ਲੈ ਗਏ ਰੋਹਾਨੀ ਮੇਰਾ ਉਹ ਸੱਚੀ ਜੀ ਬੋਲਾਂ ਇੰਟਰਸਟ ਹੀ ਨਹੀਂ ਰਿਹਾ ਉਧਰ ਕਿ ਮੈਂ ਫਿਲਮ ਲਈ ਆਇਆ ਸੀਗਾ ਉਂਡਾ ਰੌਕਸਟਾਰ ਲਈ ਆਇਆ ਸੀਗਾ 1% ਵੀ ਉਹ ਚੀਜ਼ ਨਹੀਂ ਆਈ ਆ ਮੇਰੇ ਨਾਲ ਕਸਮ ਦੀ ਗੱਲ ਮੈਨੂੰ ਫੀਲ ਹੋ ਰਿਹਾ ਬਾਈ ਇਹ ਤਾਂ ਆਡੀਅੰਸ ਨੂੰ ਵੀ ਫੀਲ ਹੋ ਰਿਹਾ ਕਿ ਅਸੀਂ ਕੋਈ ਕੋਈ ਟੌਪ ਫਿਲਮ ਲਈ ਨਹੀਂ ਗਏ ਕੁਝ ਨਹੀਂ ਗਏ ਇਹ ਆਇਆ ਮੈਂ ਫਿਲਮ ਨਹੀਂ ਸੀਗਾ ਬਟ ਕੁਝ ਹੋਰ ਗੱਲਾਂ ਹੋ ਗਈਆਂ ਬਟ ਮਜ਼ਾ ਆ ਗਿਆ ਥੈਂਕ ਯੂ ਥੈਂਕ ਯੂ ਮੈਨੂੰ ਇੰਨਾ ਜ਼ਿਆਦਾ ਮਜ਼ਾ ਆ ਰਿਹਾ ਨੇ ਇੰਨਾ ਜ਼ਿਆਦਾ ਅੱਛਾ ਲੱਗ ਰਿਹਾ ਨਾ ਮੇਰਾ ਮਾਨਸੀ ਕੀ ਪੋਡਕਾਸਟ ਹੋਰ ਵੱਡਾ ਕਰੀਏ 2 2.5 ਘੰਟੇ ਦਾ ਪਰ ਅਸੀਂ ਫਿਰ ਆ ਜੂਗਾ ਮੈਂ ਤਾਂ ਮਾਨਸੀ ਆਵਾਂਗੇ ਕਿਸੇ ਦਿਨ ਜਰੂਰ ਆਇਓ ਬਈ ਪੱਕਾ ਪੋਡਕਾਸਟਿੰਗ ਨਾ ਬਈ ਹੋਰ ਚੀਜ਼ ਐ ਹਾਂ ਇਹ ਇਦ ਰੋਹਾਨੀ ਦਿਲੋਂ ਹਾਂ ਉਹ ਲੋਕ ਕਨੈਕਟ ਕਰਦੇ ਨੇ ਦੇਖੋ ਤੁਸੀਂ ਵੀ ਜ਼ਿੰਦਗੀ ਦੇ ਤਜਰਬਾ ਲੈ ਕੇ ਸਿੱਖ ਰਹੇ ਹੋ ਅਸੀਂ ਮਾਈਕਾਂ ਦੇ ਬੈਠ ਕੇ ਨਹੀਂ ਸਿੱਖ ਰਹੇ ਪਰ ਅਸੀਂ ਇੱਕ ਤਜਰਬਾ ਸ਼ੇਅਰ ਕਰ ਰਹੇ ਹਾਂ ਕਿ ਜਿਹੜੀਆਂ ਗਲ بس اور ایک چیز ਹੋਰ ਕਹਣੀ ਸੌਰੀ ਮੈਂ ਤੁਹਾਡੀ ਗੱਲ ਘੱਟਤੀ ਯਾਰ ਆਪਣੇ ਮੰਮੀ ਡੈਡੀ ਨੂੰ ਨਾ ਤੰਗ ਕਰਿਆ ਕਰੋ ਕਿਈ ਅੱਜਕੱਲ ਮੈਂ ਉਹ ਵੀ ਦੇਖਦਾ ਮਾਂ ਪਿਓ ਬਹੁਤ ਦੁਖੀ ਹੁੰਦੇ ਨੇ ਸਾਰੇ ਦੁਖੀ ਇਸ ਕਰਕੇ ਆ ਕਿ ਕੋਈ ਡਰੱਗਸ 'ਚ ਪੈ ਗਿਆ ਆ ਕੋਈ ਗੱਲ ਨਹੀਂ ਸੁਣਦਾ ਕੋਈ ਇਹ ਨਹੀਂ ਕਰਦਾ ਜਿਵੇਂ ਆਪਾਂ ਗੱਲ ਕਰਦੇ ਯਾਰ ਇੱਕ ਜ਼ਿੰਦਗੀ ਮਿਲਦੀ ਆ ਯਾਰ ਪਲੀਜ਼ ਯਾਰ ਉਹਨੂੰ ਆਪਣੇ ਸਪੈਸ਼ਲੀ ਨਸ਼ਿਆਂ ਨੂੰ ਸ਼ਾਂਚਾ ਆਚਨਾ ਨਾ ਵੇਸਟ ਕਰੋ ਕਿਉਂਕਿ ਸਵਰਗ ਨਰਕ ਕਿਸੇ ਨੇ ਨਹੀਂ ਦੇਖਿਆ ਗੱਲਾਂ ਇੱਥੇ ਆ ਸਭ ਕੁਝ ਇੱਕ ਲਾਈਫ ਐ ਨੂੰ ਇੰਜੋਏ ਕਰੋ ਆਪਣੇ ਮਾਪਿਆਂ ਨੂੰ ਖੁਸ਼ ਰੱਖੋ ਯਾਰ ਬੜੀ ਕਿਉਂਕਿ ਹੁਣ ਮੈਂ ਪਾਲਦਾ ਨਾ ਆਪਣੇ ਬੱਚਾ ਨੂੰ ਮੈਨੂੰ ਪਤਾ ਮਾਪ ਪਿਓ ਕਿੱਦਾਂ ਪਾਲਦੇ ਆ ਬਰੂ ਰਾਤਾਂ ਰਾਤਾਂ ਜਾ ਕੇ ਜਿੱਥੇ ਗਿੱਲਾ ਉਹਦਾ ਬੈੱਡ ਹੋਵੇ ਉੱਥੇ ਮਾਪਿਓ ਸੌਂ ਜਾਂਦੇ ਆ ਅਸੀਂ ਕਈ ਵਾਰੀ ਇਦਾਂ ਕੀਤਾ ਕਿ ਚੱਲ ਉੱਥੇ ਤੌਲੀਆ ਰੱਖ ਲੈ ਇੱਧਰ ਰਿਦਾਨ ਨੂੰ ਨਾ ਕੋਈ ਪ੍ਰੋਬਲਮ ਆਵੇ ਆ ਮਿਸਰਾਬ ਤੰਗ ਨਾ ਹੋਵੇ ਮਾਪਿਓ ਇਦਾਂ ਕਰਦੇ ਆ ਸੋ ਉਹਨਾਂ ਨੂੰ ਐਂਪਲਿਸ ਦੋਖੀ ਨਾ ਕਰਾ ਕਰੋ ਔਰ ਮੰਮੀ ਡੈਡੀ ਨੂੰ ਵੀ ਇਹ ਆ ਕਿ ਬੱਚਾ ਨੂੰ ਵੀ ਸਮਝਾ ਕਰੋ ਤੁਸੀਂ ਬੜੀ ਮਿਹਨਤ ਨਾਲ ਪੁੱਤ ਪਾਲਦੇ ਨੇ ਹਾਂ ਤੁਸੀਂ ਵੀ ਸਮਝਾ ਕਰੋ ਕਿ ਲੋ ਬਾਈ ਦੀ ਫੀਲਿੰਗ ਮੈਂ ਸਮਝ ਸਕਦਾ ਬੀਿੰਗ ਅ ਫਾਦਰ ਹੀ ਫੀਲ ਕਰ ਰਹੇ ਨੇ ਕਿ ਕਿੰਨਾ ਮੁਸ਼ਕਲ ਹੁੰਦਾ ਬੱਚੇ ਨੂੰ ਪਾਲਣਾ ਵੱਡਾ ਕਰਨਾ 25 30 ਸਾਲ ਦਾ ਤੇ ਇੱਕ ਨਸ਼ੇ ਦੀ ਸੂਈ ਉਹਨੂੰ ਮਾਰ ਦਿੰਦੀ ਉਹ ਖਤਮ ਕਰ ਜਾਂਦੀ ਉਹ ਰੀਜ਼ਨ ਕੀ ਵਜ੍ਹੀ ਤੁਸੀਂ ਤਾਂ ਚਲੇ ਜਾਂਦੇ ਯਾਰ ਡਿਪਰੈਸ਼ਨ ਰੀਜ਼ਨ ਤੁਸੀਂ ਤੁਸੀਂ ਤਾਂ ਪਾਜੀ ਡਿਪਰੈਸ਼ਨ ਯਾਰ ਕਿਹਦੀ ਲਾਈਫ 'ਚ ਪ੍ਰੋਬਲਮਸ ਨਹੀਂ ਆਇਆ ਯਾਰ ਇਹ ਤਾਂ ਬਹਾਨਾ ਆ ਪਾਜੀ ਕਿਉਂ ਮੈਂ ਯਾਰ ਤੰਗ ਬਹੁਤ ਆ ਤੰਗ ਗਿਆ ਤਾਂ ਮਿਹਨਤ ਕਰ ਯਾਰ ਸਾਰੇ ਤੰਗ ਨੇ ਤੰਗ ਚੋਂ ਨਿਕਲੇ ਨੇ ਸਾਰੇ ਕੋਣ ਨੀਗਾ ਤੰਗ ਯਾਰ ਲਾਈਫ ਚ ਭਾਜੀ ਹਰ ਇੱਕ ਦੇ ਲਾਈਫ ਇਹ ਤੁਹਾਨੂੰ ਲੱਗਦਾ ਆਰਟਿਸਟ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਹਰ ਸਾਰੇ ਦੀ ਪਰਸਨਲ ਲਾਈਫ ਹੁੰਦੀ ਸਭ ਨੂੰ ਪ੍ਰੋਬਲਮ ਹਰ ਇੱਕ ਨੂੰ ਟੈਨਸ਼ਨ ਹੁੰਦੀ ਯਾਰ ਮੈਂ ਕਿੱਦਾਂ ਕਰਨਾ ਲਾਈਫ ਚ ਹੀ ਕਰਨਾ ਬਟ ਉਹਦਾ ਕੋਈ ਵੇ ਆਊਟ ਇਹ ਥੋੜੀ ਕਿ ਨਸ਼ੇ ਕਰਨ ਲੱਪੋ ਤੁਸੀਂ ਯਾਰ ਉਹਦਾ ਵੇਅ ਆਊਟ ਹੈ ਮਿਹਨਤ ਕਰੋ ਹੋਰ ਆਪਣੇ ਕੰਮ ਨਾਲ ਜਵਾਬ ਦਿਓ ਯਾਰ ਕਿਸੇ ਨੂੰ ਕਾ ਪੌਡਕਾਸਟ ਸੁਣੋ ਹਾਂ ਪੌਡਕਾਸਟ ਸਾਡਾ ਸਾਡਾ ਪੌਡਕਾਸਟ ਸੁਣੋ ਅਸੀਂ ਤੁਹਾਨੂੰ ਸਿਆਣੀਆਂ ਸਿਆਣੀਆਂ ਗੱਲਾਂ ਦਸੀਏ ਕਿਉਂਕਿ ਨਾ ਉਹੀ ਗੱਲਾਂ ਨੇ ਬਾਈ ਲੋਕਾਂ ਚ ਪੇਸ਼ੈਂਸ ਨਹੀਂ ਰੇ ਸੁਣਨ ਸੁਣਨ ਦੀ ਸ਼ਕਤੀ ਨਹੀਂ ਰੇ ਕਿਉਂਕਿ ਸੱਚ ਨਹੀਂ ਸੁਣਨਾ ਚਾਹੁੰਦੇ ਸੱਚ ਸੁਣ ਨਹੀਂ ਸੱਚ ਤੁਸੀਂ ਸਭ ਤੋਂ ਔਖਾ ਸੱਚ ਪਹੁੰਚਾਉਣਾ ਆ ਤੁਸੀਂ ਯਕੀਨ ਮੰਨੋ ਬਾਈ ਮੇਰੀ ਜ਼ਿੰਦਗੀ ਚ ਜੋ ਮੈਨੂੰ ਪੌਡਕਾਸਟ ਨੇ ਦਿੱਤਾ ਨਾ ਮੈਂ ਬ੍ਰਾਡਕਾਸਟ ਕਹਿ ਰਹੇ ਹਾਂ ਮਤਲਬ ਬਿਗ ਚੇਂਜ ਮਤਲਬ ਮੇਰੀ ਲਾਈਫ ਜੇ ਐ ਐ ਸੀ ਨਾ ਐ ਹੋ ਗਈ ਪੌਡਕਾਸਟਿੰਗ ਤੋਂ ਬਾਅਦ ਇਨ ਆ ਪੋਜ਼ਿਟਿਵ ਵੇਅ ਨਾ ਬਈ ਰੋਜ ਨਵਾਂ ਤਜਰਬਾ ਸੁਣ ਰਹੇ ਆ ਯਾਰ ਰੋਜ ਤੁਹਾਡੇ ਕੋ ਕਿੰਨਾ ਹੰਬਲ ਹੋਣਾ ਸਿੱਖ ਰਹੇ ਆ ਅੱਜ ਮੈਂ ਚਲੋ ਤੁਸੀਂ ਮੂੰਹ ਤੇ ਬੈਠੇ ਆ ਮੈਂ ਬੜੇ ਗੈਸਟ ਤਕਰੀਬਨ 65 ਪੌਡਕਾਸਟ ਕਰ ਲਿਆ ਹੁਣ ਤੱਕ ਤੇ ਹਰ ਗੈਸਟ ਦੀ ਆਪਣੀ ਲਾਈਫ ਦਾ ਤਜਰਬਾ ਹਰ ਲਾਈਫ ਦਾ ਆਪਣਾ ਤਜਰਬਾ ਤਾਂ ਨਿਮਰਤਾ ਗੁੱਸਾ ਨਹੀਂ ਆਣਾ ਉਹਦੀ ਰਜਾ ਚ ਸਭ ਕੁਝ ਹੋ ਰਿਹਾ ਜਿੰਨਾ ਮਰਜ਼ੀ ਕਲਪ ਲੋ ਹੋਣਾ ਹੀ ਹੈ ਜੋ ਮਨਜ਼ੂਰ ਹੈ ਖੁਦਾ ਹੁਣ ਉਹ ਹੀ ਹੈ ਬਿਗ ਪਲੇਅਰ ਤਾਂ ਹੋਇਆ ਨਾ ਤੇ ਕਰਮਾ ਕਰਮਾ ਦੀ ਥਿਉਰੀ ਜਿਸ ਨੂੰ ਦਿਮਾਗ ਚ ਰੱਖ ਲਈ ਅੱਜ ਮੈਂ ਜੇ ਤੁਹਾਡੀ ਪਿੱਠ ਤੇ ਵੀ ਤੁਹਾਡੀ ਤਾਰੀਫ ਕਰ ਰਿਹਾ ਨਾ ਮੈਂ ਤੁਹਾਡੇ ਤੇ ਉਸਾਰ ਨਹੀਂ ਕਰ ਰਿਹਾ ਮੈਂ ਆਪਣਾ ਚੰਗਾ ਕਰਮ ਬੀਜ ਰਿਹਾ ਸਹੀ 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 ਅੱਜ ਹਰ ਬੰਦਾ ਦੁਨੀਆ ਦੇ ਵਿੱਚ ਚੰਗਾ ਮਾੜਾ ਆਪਣੇ ਲਈ ਹੈ ਆਪਣੇ ਲਈ ਚੰਗੇ ਕਰਮ ਜਿੱਦਾਂ ਦੇ ਕਰੂਗੇ ਬਈ ਉਦਾਂ ਦੇ ਮੁਰਨੇ ਨੇ ਇਹੀ ਆ ਮਾੜੇ ਕਰਮ ਜਿੱਦਾਂ ਦੇ ਕਰੂਗੇ ਉਦਾਂ ਦੇ ਮੁਰਨੇ ਨੇ ਭੋਗਣੇ ਪੈਣੇ ਨੇ ਜਦੋਂ ਆਪਾਂ ਕਹਿੰਦੇ ਨਾ ਕੋਈ ਬੰਦਾ ਤੁਸੀਂ ਦੇਖਿਆ ਨਾ ਗੱਲ ਵਿੱਚ ਰਹਿ ਗਈ ਤੁਸੀਂ ਕਹਿੰਦੇ ਮੈਂ ਯਾਰ ਉਹ ਬੰਦੇ ਨੂੰ ਦੇਖਿਆ ਬੜਾ ਤਕਲੀਫਚ ਸੀ ਪਰ ਸਾਨੂੰ ਉਹਦੇ ਕਰਮਾਂ ਨਹੀਂ ਪਤਾ ਕਰਮਾਂ ਨਹੀਂ ਪਤਾ ਹਾਂ ਤੁਸੀਂ ਦੱਸਣ ਲੱਗੇ ਸੀ ਉਹਦਾ ਕਰਮਾਂ ਕੀ ਬੰਦੇ ਨੇ ਕਰ ਅੱਜ ਮੈਨੂੰ ਰੋਂਦਾ ਸਾਰੀ ਦੁਨੀਆ ਦੇਖ ਲੂਗੀ ਕਿ ਅਨਮੋਲ ਕਿੰਨੀ ਪ੍ਰੋਬਲਮ ਚ ਹੈ ਪਰ ਉਹਨੇ ਨਹੀਂ ਪਤਾ ਅਨਮੋਲ ਨੇ ਕੰਮ ਕਿਹੜੇ ਕਿਹੜੇ ਕੀਤੇ ਹੋਏ ਨੇ ਹੁਣ ਉਹ ਭੁਗਤਨੇ ਦਾ ਪੈਣਾ ਹੀ ਹੈ ਭੁਗਤਨੇ ਦਾ ਪੈਣਾ ਹੈ ਜਦੋਂ ਬੰਦਾ ਚੰਗੇ ਕੰਮ ਕਰਦਾ ਉਦੋਂ ਮੇਰੇ ਵਾਂਗ ਰੋਲਾ ਪਾਉਂਦਾ ਆ ਦੇਖੋ ਚੰਗਾ ਜਦੋਂ ਮਾੜਾ ਕਰਦਾ ਉਹ ਕੋਈ ਦੇਖਦਾ ਨਹੀਂ ਰਿਹਾ ਹਾਂ ਕਿੱਥੇ ਵੀਡੀਓ ਤਾਂ ਨਹੀਂ ਹੁੰਦੀ ਤੇਜ ਕਰਦਾ ਉਹਦਾ ਵੀ ਤਾਂ حساب ਫਿਰ ਉਹਨੇ ਲੈਣਾ ਹੀ ਆ ਉਹ ਫਿਰ ਉਹੀ ਜਿੱਦਾਂ ਮੈਂ ਗੱਲ ਕਰ ਰਿਹਾ ਸੀ ਕਿ ਬਰਬਤ ਉਹ ਡਰਦੇ ਨੇ ਤੁਸੀਂ ਜਿੱਦਾਂ ਦੱਸਿਆ ਐਨ ਜੀਓ ਵਾਲੇ ਜਾਂ ਉਹ ਕੁਝ ਸਿਸਟਮ ਪੈਸੇ ਗੱਲ ਕਰਦੇ ਜਗ੍ਹਾ ਬਾਈ ਲੋਕਾਂ ਦੇ ਮੈਂ ਤੁਹਾਨੂੰ ਵੀਡੀਓਜ਼ ਦਿਖਾਉਂਗਾ ਮੈਂ ਬਾਥਰੂਮ ਵਾਲੀ ਜਗ੍ਹਾ ਤੇ ਮੁੰਡਿਆਂ ਦੇ ਪਾਟੀ ਵਾਲੀ ਜਗ੍ਹਾ ਤੇ ਕੀੜੇ ਪਏ ਦੇਖੇ ਨੇ ਕੀੜੇ ਚੱਲ ਰਹੇ ਨੇ ਮਾਸ ਖਾ ਰਹੇ ਨੇ ਸਿਰ ਚ ਕੀੜੇ ਨੱਕ ਚ ਕੀੜੇ ਤਾਂ ਆਮ ਹੈ ਪੂਰੀ ਬਾਡੀ ਦਾ ਕੋਈ ਪਾਰਟ ਨਹੀਂ ਜਿੱਥੇ ਕੀੜੇ ਨਹੀਂ ਚੱਲਦੇ ਲੋਕਾਂ ਦੇ ਮੈਂ ਵੀਡੀਓਜ਼ ਦਿਖਦਾ ਸਾਡੇ ਕੋਲ ਕੇਸ ਆਉਂਦੇ ਨੇ ਹਿਲ ਜਾਂਦਾ ਦਿਮਾਗ ਕੀ ਰੱਬਾ ਕਿਸ ਵੱਡੇ ਲੈਵਲ ਦਾ ਕਾਲਿਪ ਚੱਲ ਰਿਹਾ ਹੈ ਕਿ ਲੋਕਲ ਬਈ ਤੂੰ ਦੇਖੋ ਕਿਸੇ ਨਾਲ ਧੋਖਾ ਕਰਨ ਲਈ ਮੈਂਟਲ ਆਂਦੇ ਨੇ ਹਾ ਹਾ ਕਰਮਾ ਹੀ ਆ ਬੈਡ ਕਰਮਾ ਹੀ ਨੇ ਬੈਡ ਕਰਮਾ ਔਰ ਇਹ ਚੀਜ਼ਾਂ ਦੋ ਚਾਰ ਚੀਜ਼ਾਂ ਆਪਾਂ ਕੋਈ ਗ੍ਰੰਥ ਪੜ੍ਹਨੇ ਬਈ ਦੇਖੋ ਗ੍ਰੰਥ ਤਾਂ ਦੁਨੀਆ 'ਚ ਇੰਨੇ ਨੇ ਕਿ ਸਾਰੀ ਜ਼ਿੰਦਗੀ ਲਾ ਕੇ ਵੀ ਨਹੀਂ ਪੜਾ ਸਕਦੇ ਅਮਲ ਕਰਨਾ ਤਾਂ ਬਹੁਤ ਦੂਰ ਦੀ ਗੱਲ ਦੋ ਚਾਰ ਮੋਟੀਆਂ-ਮੋਟੀਆਂ ਗੱਲਾਂ ਕਿਸੇ ਦਾ ਹੱਕ ਨਾ ਮਾਰੋ ਕਰਮ ਚੰਗੇ ਕਰੋ ਕੋਸ਼ਿਸ਼ ਕਰੋ ਆਪਣੇ ਵੱਲੋਂ ਵਧੀਆ ਕਰਨ ਦੀ ਸਾੜਾ ਨਾ ਕਰੋ ਸਾਰਾ ਦਿਨ ਆਪਾਂ ਜੇ ਦੇਖਣੀਆਂ ਹੀ ਵੀਡੀਓਜ਼ ਕੰਟੈਂਟ ਕਿਦਾਂ ਹੁਣ ਦੇਖੋ ਤੁਸੀਂ ਜੋ ਖਾਓਗੇ ਬਾਡੀ ਤੇ ਰਿਫਲੈਕਟ ਕਰ ਸੁਣੋਂਗੇ ਦਿਮਾਗ ਇਹ ਰਿਫਲੈਕਟ ਕਰੇ ਰਿਫਲੈਕਟ ਕਰੇ ਆਪਣੀ ਦੇਖਣੀ ਚੇਂਜ ਕਰ ਕਿ ਚੰਗਾ ਕੰਟੈਂਟ ਵੀ ਸੋਸ਼ਲ ਮੀਡੀਆ ਤੇ ਪਿਆ ਹੈ ਇਹ ਦੇਖਣ ਹੁਣ ਕਿੰਨੇ ਪੋਡਕਾਸਟਰਸ ਨੇ ਬਈ ਇੰਗਲਿਸ਼ ਹਿੰਦੀ ਪੰਜਾਬੀ ਕੁਝ ਨਵਾਂ ਸਿੱਖੋ ਰੋਜ਼ ਉਹ ਹੁਣ ਸੌਰੀ ਮੈਂ ਇੱਕ ਕਿਸੇ ਦੀ ਪਰਸਨਲ ਆਉ ਮੈਂ ਕੋਈ ਐਗਜ਼ੈਕਟਲੀ ਨਹੀਂ ਦੱਸਦਾ ਹੁਣ ਕੋਈ ਕੋਈ ਵੀਡੀਓ ਸੀਗੀ ਕਿਸੇ ਦੀ ਉਹ ਵਾਇਰਲ ਹੋਈ ਹੁਣ ਮੈਨੂੰ ਉਥੂ ਦੇਖੀ ਤੂੰ ਦੇਖੀ ਯਾਰ ਤਾਨੂੰ ਸ਼ਰਮ ਨਹੀਂ ਆਉਂਦੀ ਸਹੀ ਗੱਲ ਹੈ ਮੈਨੂੰ ਜਦੋਂ ਕੋਈ ਕਹਿੰਦਾ ਹੈ ਨਾ ਮੈਂ ਕਹਿੰਦਾ ਚਲ ਪਰੇ ਕਰ ਯਾਰ ਪਾਜੀ ਕਿਸੇ ਤੇ ਪਤਾ ਨਹੀਂ ਕੀ ਬੀਤਦੀ ਹਣੀ ਯਾਰ ਸਾਡੇ ਤੇ ਕਦੋਂ ਆ ਜਾਣਾ ਹਾਂ ਉੱਥੇ ਪਤਾ ਨਹੀਂ ਕੀ ਬੀਤੀ ਹਣੀ ਬਈ ਸਵਾਦ ਉਹੀ ਆਗਾ ਨਾ ਮਸਾਲਾ ਲੋਕ ਸਵਾਦ ਦੇਖਣਾ ਚਾਹੁੰਦੇ ਨੇ ਔਰ ਲੋਕਾ ਹੋ ਵੀ ਕਿਤੇ ਨਾ ਕਿਤੇ ਦੇਖੋ ਲੋਕ ਨੇ ਨਾ ਜਿਹੜੇ ਭਾਜੀ ਉਹਨਾਂ ਦੀ ਆਪਣੀ ਜ਼ਿੰਦਗੀ ਬਣਨੀ ਹੈ ਜੇ ਚੰਗਾ ਕੰਟੈਂਟ ਸੁਣਨਗੇ ਚੰਗੀਆਂ ਬੁੱਕਸ ਪੜ੍ਹਨਗੇ ਹਾਂ ਬਿਲਕੁਲ ਸੁਣਨ ਵਾਲੇ ਦਾ ਕੁਝ ਨਹੀਂ ਜਾਣਾ ਹਾਂ ਜਿੱਦਾਂ ਅਸੀਂ ਸਪੋਜ਼ ਮੈਂ ਵੀ ਸੁਣਦਾ ਅੱਜਕੱਲ ਹੁਣ ਪਹਿਲਾਂ ਪਹਿਲਾਂ ਮੈਂ ਜਿਮ 'ਚ ਗਾਣੇ ਸੁਣਨੇ ਹੁਣ ਪੌਡਕਾਸਟ ਕੰਟੋ ਡੇਢ ਘੰਟਾ ਪੌਡਕਾਸਟ ਹੀ ਸੁਣੀ ਜਾਣਾ ਅੱਜ ਇਸ ਚੀਜ਼ ਬਾਰੇ ਸੁਣਦੇ ਆ ਯਾਰ ਚਲੋ ਅੱਜ ਚਲੋ ਜਿੰਦਗੀ ਤਾਂ ਆਪਣੇ ਆਪਣੀਆਂ ਕਮੀਆਂ ਤਾਂ ਬੰਦੇ ਨੂੰ ਦਿਖਦੀਆਂ ਹੀ ਨਹੀਂ ਬਾਈ ਐਕਚੁਅਲੀ ਆਪਣੇ ਬਦਲਣੀਆਂ ਤਾਂ ਬਹੁਤ ਦੂਰ ਦੀ ਗੱਲ ਆ ਦਿਖਦੀ ਹੋਈ ਨਹੀਂ ਕੋਈ ਸਾਡੇ ਤੇ ਗੱਲ ਦੇਖੋ ਤੁਸੀਂ ਕਿਹਾ ਤਿੰਨ ਚਾਰ ਕਰੀਬੀ ਰਿਸ਼ਤੇ ਨੇ ਤੁਹਾਨੂੰ ਮਾਨਸੀ ਦੀ ਦੱਸ ਦੇਣੀ ਕਿ ਤੇਰੇ ਚਾਹ ਕਮੀ ਦੂਰ ਕਰ ਹੋਰ ਕਿਸੇ ਦੀ ਜਰੂਰਤ ਨਹੀਂ ਕਿਉਂ ਉਹ ਕਹਿੰਦਾ ਯਾਰ ਮੈਂ ਇਹਨਾਂ ਨਾਲ ਕਿਉਂ ਬਗਾੜਾ ਹੁਣ ਸਪੋਜ਼ ਮੈਂ ਹੀ ਤੁਹਾਨੂੰ ਕੋਈ ਸੁਜੈਸ਼ਨ ਦੇਣੀ ਹੋਵੇ ਵੀਰੇ ਯਾਰ ਆ ਚੀਜ਼ ਬਦਲ ਲਓ ਮੈਂ ਸੋਚਣ ਉਹ ਯਾਰ ਰਹਿਣ ਦੇ ਯਾਰ ਐਵੇਂ ਅਗਲਾ ਕੋਈ ਤੂੰ ਕੌਣਾ ਬਾਈ ਉਹ ਫਿਰ ਬੰਦੇ ਨੂੰ ਆਪ ਕਿਉਂਕਿ ਲੋਕ ਤਾਂ ਫੁੱਕਾ ਛਕਾਉਂਦੇ ਉਹ ਚੱਕ ਦੇ ਉਹ ਤੇਰੇ ਤੋਂ ਕੈਂਟ ਕੋਈ ਨਹੀਂ ਉਹ ਕੱਢ ਗਾਲਾਂ ਲਈ ਦੋਗੇ ਉਹਨੂੰ ਤੇ ਬੰਦੇ ਨੂੰ ਜਦੋਂ ਆਪਣੇ ਨਹੀਂ ਯਾਰ ਮੈਂ ਐਦਾਂ ਦਾ ਨਹੀਂ ਆ ਕਈ ਵਾਰ ਆਪਾਂ ਨੂੰ ਸਹੀ ਹੋ ਕੇ ਵੀ ਚੁੱਪ ਰਹਿਣਾ ਪੈਂਦਾ ਹਾਂ ਹਾਂ ਜਿੰਨਾ ਸੈਟੀਸਫੈਕਸ਼ਨ ਔਰ ਜਿੰਨਾ ਕੈਂਟ ਜਵਾਬ ਸ਼ਾਂਤੀ ਚਾਹ ਰੋਏ ਹੋਏ ਬੋਲ ਕੇ ਨਹੀਂ ਆ ਬੰਦਾ ਚੁੱਪ ਕਰਕੇ ਮਾਰ ਦਿੰਦਾ ਬੰਦੇ ਨੂੰ ਅਗਲਾ ਤਾਂ ਚਾਹੁੰਦਾ ਹਾਂ ਨਾ ਕਿ ਮੇਰੀ আর মানসী ਦੀ ਲੜਾਈ ਜਦੋਂ ਹੁੰਦੀ ਆ মানਸੀ ਨੂੰ ਕੁਝ ਨਹੀਂ ਕਹਿੰਦਾ ਚੁੱਪ ਕਰ ਲੈਣਾ ਬਸ ਦੇ ਸਹੀ ਵੀ ਹੋ ਮੈਨਾਂ ਗੱਲ ਕਰ ਮੈਨਾਂ ਗੱਲ ਕਰ ਮੈਨੂੰ ਮੈ ਮੈਂ ਕਹਿੰਦਾ মানਸੀ ਬਸ ਮੇਰਾ ਮਰ ਮਨ ਨਹੀਂ ਹਟ ਰਿਹਾ ਵੀਰੇ ਉਹ ਸਿਰਫ ਉਹ ਟਾਈਮ ਜਿਹੜਾ ਪੀਰੀਅਡ ਹੁੰਦਾ ਨਾ ਉਹ 2 ਤੋਂ 4 ਮਿੰਟ ਦਾ ਟਾਈਮ ਪੀਰੀਅਡ ਹੁੰਦਾ ਉਹ ਸੰਭਾਲ ਕੇ ਤੁਸੀਂ ਤੁਸੀਂ ਸੰਭਲ ਕੇ ਕੋਈ ਗੁੱਸੇ ਚ ਆ ਕੇ ਕਰਕੇ ਇਦਾਂ ਕਰਕੇ ਫਿਰ ਟਾਈਮ ਨਿਕਲ ਗਿਆ ਜਿਹੜੀ ਚੀਜ਼ ਨਿਕਲ ਗਈ ਉਹ ਫੇਰ ਵਾਪਸ ਨਹੀਂ ਤੁਸੀਂ ਕਰ ਸਕਦੇ ਉਹ ਅੱਜ ਜਿੱਦਾਂ ਉਹ ਤੋਂ ਬੋਲਦੇ ਉਹ 5-10 ਸਾਲ ਬਾਅਦ ਕੋਈ ਨਾ ਕੋਈ ਕੱਢ ਕੇ ਵੀ ਲਿਆਊਗਾ ਹਾਂ ਐ ਇਹਦਾ ਤਾਂ ਇੱਥੇ ਕਿੰਦਾ ਸੀਗਾ ਹਨਾ ਸੋ ਬਹੁਤ ਧਿਆਨ ਨਾਲ ਸ਼ਾਂਤੀ ਰੱਖਿਆ ਕਰੋ ਬਸ ਰੱਬ ਤੋਂ ਡਰਿਆ ਕਰੋ ਜਿੱਦਾਂ ਵੀਰੇ ਨੇ ਵੀ ਕਿਹਾ ਕਿ ਕਰਮ కర్మ ਕਰਮ ਸਭ ਕੋ ਇੱਥੇ ਭੁਗਤਿਆ ਜਾਂਦਾ ਇੱਕੋ ਹੀ ਸੱਚ ਹੈ ਸੋ ਪਲੀਜ਼ ਮੇਰਾ ਮਨ ਨਹੀਂ ਭਰ ਰਿਹਾ ਵੈਸੇ ਤੁਹਾਡੇ ਕੋਲ ਸਵਾਲ ਪੁੱਛਣਾ ਮੈਨੂੰ ਆਪ ਨਹੀਂ ਬੜਾ ਬੜਾ ਹਾਂ ਵਾ ਫੇਰ ਬੈਠਾਂਗੇ ਤੁਹਾਡਾ ਟਾਈਮ ਹੋ ਗਿਆ 7 ਦੇ 7 ਮੈਂ ਉਹ ਦਿਨਾ 7 ਤੋਂ 9 ਤੁਹਾਡਾ ਟਾਈਮ ਹੁੰਦਾ ਹੈ ਨਾ ਜੀ ਜੀ ਫੇਰ ਬੈਠਾਂਗੇ ਤੇ ਤੁਸੀਂ ਫੇਰ ਆਇਓ ਕਿਸੇ ਦੇ ਮਨ ਚ ਸਵਾਲ ਹੋਏ ਤਾਂ ਜ਼ਰੂਰ ਪੁੱਛਿਓ ਔਰ ਬੜਾ ਚੰਗਾ ਲੱਗਿਆ ਬਾਈ ਥੈਂਕ ਯੂ ਬਿਲਕੁਲ ਥੈਂਕ ਯੂ ਵੀਰੇ ਥੈਂਕ ਯੂ ਫॉर ਇਨਵਾਈਟਿੰਗ ਥੈਂਕ ਯੂ ਸੋ ਮਚ ਬਾਈ ਥੈਂਕ ਯੂ ਥੈਂਕ ਯੂ